ਫਿਲਟਰ ਚੇਨ ਵਾਲਾ ਲਗਾ ਲੂਗੀ ਵਧੀਆ ਹੈ ਫਿਲਟਰ ਹਣਾ ਇਹ ਵਧੀਆ ਨਹੀਂ ਲੱਗਦਾ ਦੱਸਿਆ ਕਰੋ ਕਿਨੇ ਪੈਰ ਲੱਗਦੇ ਥੈਂਕ ਯੂ ਸੋ ਮੱਚ ਹਬ ਦੱਸੂ ਹਾਂ ਆਸਈਆ ਫਿਲਟਰ ਹੂੰ ਕਿਉਂਕਿ ਮੈਨੂੰ ਹੋਰ ਤਰ੍ਹਾਂ ਲੱਗਦਾ ਪਿਆ ਤੁਹਾਨੂੰ ਕਿਵੇਂ ਦਾ ਲੱਗਦਾ ਦੇਖਣ ਚ ਕਿਉਂਕਿ ਮੈਨੂੰ ਪਤਾ ਨਹੀਂ ਨਾ ਉਹ ਮੀਰਾ ਰੱਖ ਕੇ ਸਾਹਮਣੇ ਰੁਕ ਜਰਾ ਲੰਨੇ ਤੇਰਾ ਵੀ ਸਲਾਮ ਵਾਲੇਕਮ ਵਾਲੇਕਮ ਸਲਾਮ ਵਾਲੇਕਮ ਸਲਾਮ ਹਾਂਜੀ ਕਰ ਲੋ ਚੇਂਜ ਫਿਲਟਰ ਅੱਗ ਕੋਲ ਬੈਠਿਆ ਨੇ ਜੀ ਦਾ ਉਹ ਤੇ ਮੈਂ ਮਗਰ ਲਾਟੂ ਲਾਇਆ ਉਹ ਅੱਗ ਤਾਂ ਲੱਗਦੀ ਪਈ ਤੁਹਾਨੂੰ ਲੱਗ ਹਾਂ ਨਹੀਂ ਤੁਹਾਨੂੰ ਨਹੀਂ ਅੱਗ ਲੱਗਦੀ ਪਈ ਵੀ ਅੱਗ ਦੇਖਣ ਨੂੰ ਲੱਗਦੀ ਪਈ ਐ ਵੀ ਅੱਗ ਲੱਗੀ ਲੱਗੇ ਰੈਨ ਤੋਂ ਦੀ ਫਿਲਟਰ ਸੁਣ ਲਾਦੇ ਬਹੁਤ ਸੋਹਣੇ ਲੱਗ ਰਹੇ ਥੈਂਕ ਯੂ ਸੋ ਮੱਚ ਗਿਆ ਸਰਦਾਰਨੀ ਸਤਿ ਸ਼੍ਰੀ ਅਕਾਲ ਆਇ ਤੇ 150 ਟੱਪ ਗਿਵ ਯੂ ਲਾ ਇਧਰ 400 ਹੋ ਜਾਣੇ ਵੇਖੀ ਤੋ ਬੈਠਿਆ ਰਹੀ ਇੱਥੇ ਚੰਗਾ ਹੈਲੋ ਵਾਲੋ ਮਨਮੋਹਨ ਮਾਰਸਾ ਹੈਲੋ ਹੈਲੋ ਬਹੁਤ ਕੈਂਟ ਜੇ ਹਾਂ ਲਾਵ ਸਿੰਘ ਦਾ ਕੀ ਕੀਤਾ ਜੇ ਇੰਤਰਾ ਟਿਕਟੋਕ ਉਲਾਂ ਆਉਂਦੇ ਆਂ ਉੰਤਰਾ ਸਾਰੀਆਂ ਵੀਡੀਓ ਦੇ ਤੇ ਚਿਪੰਦਾ ਇੱਕ ਇੱਕ ਮੈਂਟ ਵਾ ਫੜ ਲੈ ਗਿਆ ਨਾ ਫਿਰ ਡੀਲੀਟ ਕਰ ਗਿਆ ਤਾਂ ਗਣੀ ਲੱਭਾ ਅੱਜ ਤੇ ਬੜਾ ਫੁੱਲਾਂ ਵਾਲਾ ਸੂਟ ਪਾਇਆ ਲੋ ਮੇਰੇ ਘਰ ਵਾਲਾ ਫੋਨ ਲੱਗ ਜਾਂਦਾ ਵਿੱਚ ਓਏ ਫਿਲਟਰ ਉੱਡ ਗਿਆ ਮਾਰੋ ਨੀ ਕਢ ਨਾ ਕਾ ਹਾਲਾ ਬਦ ਨਹੀਂ ਵਿੱਚੇ ਫੋਨ ਨਾਲ ਲੱਗ ਜਾਂਦਾ ਮੈਨੂੰ ਲੱਗ ਜਿਹਾ ਆਵੇ ਹਾਂ ਆ ਠੀਕ ਸੀਗੀ ਹਾਂ ਅੱਛਾ ਕਰ ਲਾ ਕੋੜੇ ਪ੍ਰਾਣ ਨੰਗਾਲ ਹਾਂ ਪ੍ਰਾਣਾ ਕਰੀ ਆ ਬਾਹਰ ਗਿਆ ਹੀ ਮੜਾ ਜਾ ਤੇ ਮੈਂ ਹਾਂ ਚੱਲ ਲਾ ਲਈ ਗੱਲ ਕਰ ਲੈਣੀ ਆ ਅੱਛਾ ਵੀ ਬੀਰਾਂ ਨਾ ਛਾਪੋ ਫਿਰ ਮੈਂ ਰੈਸਟ੍ਰਿਕਟ ਕਰ ਦੇਣਾ ਤੁਹਾਨੂੰ ਥੋੜੇ ਟਾਈਮ ਲਈ ਲਾਈਵ ਤੋਂ ਹੂੰ ਗੱਲਾਂ ਬਾਤਾਂ ਕਰਿਆ ਕਰੋ ਮੈਨੂੰ ਇਦਾਂ ਬਹਿਣਾ ਜਾਨੀ ਚੰਗਾ ਲੱਗਦਾ ਗਾ ਅੱਗੇ ਨੇਚਰਲ ਬੂਥੀ ਬੱਧੀ ਐ ਨਾਚਲ ਬੂਤੀ ਵੀ ਮੇਰੀ ਹਾਂ ਮੇਰਾ ਲਾਈਫ ਖਰਾਬ ਕਰਤਾ ਮੇਰੇ ਘਰ ਵਾਲੇ ਨੇ ਮੈਨੂੰ ਕੱਟਣਾ ਪੈਣਾ ਪਹਿਲਾਂ ਵਾਲਾ ਅੱਜ ਤੇ ਚਿੰਟਾ ਫੇਰੇ ਵਾਲਾ ਨਹੀਂ ਅੱਜ ਨਹੀਂ ਫੇਰੇ ਵਾਲਾਂ ਦੇ ਤਾਂ ਹੀ ਉਬਾਲ ਐਵੇਂ ਦੇਉ ਇਹ ਪੁੱਜੜੇ ਜੇ ਫੋਲੋ ਕਰੋ ਮੈਂ ਕੈਂਟ ਸ਼ੈਰੀ ਬੋਲਦਾ ਕਰ ਲੋ ਨਹੀਂ ਫੋਲੋ ਸ਼ੈਰੀ ਸ਼ੁਰੀ ਲੈ ਲਓ ਇੰਦੇ ਤੋਂ ਹਾਂ ਬਹੁਤ ਕੈਂਟ ਦੀਦੀ ਤੁਸੀਂ ਦੁਖੀ ਬੰਦੇ ਨੂੰ ਹਸਾ ਦਿੰਨੇ ਆ ਹੱਸਦੇ ਰਿਆ ਕਰੋ ਕੀ ਕਰਾਂ ਮੈਂ ਹੁਣ ਕੀ ਕਹਾਂ ਤੁਹਾਨੂੰ ਹਣਾ ਮੈਂ ਤਾਂ ਆ ਬੜਾ ਰੋਨੀ ਆ ਹੂੰ ਮੈਨੂੰ ਇਹ ਤਾਂ ਪਤਾ ਨਹੀਂ ਕਿੰਨੇ ਕਿਹਾ ਸੀ ਵੀ ਮੋਟੀਵੇਸ਼ਨਲ ਟਾਕਸ ਕਰਿਆ ਕਰ ਇੱਥੇ ਬੈ ਕੇ ਤੇ ਮੈਂ ਮੈਨੂੰ ਆਪ ਨੂੰ ਪਤਾ ਲੱਗਦਾਗਾ ਵੀ ਮੈਂ ਜਦੋਂ ਖੁੰਨੀ ਆ ਹਾਂ ਦੂਜਾ ਅਬਸਰਟ ਹੁੰਨੀ ਆ ਤੇ ਮੈਨੂੰ ਆਪ ਕਿਤੇ ਗਲੇ ਡੂ ਆ ਰੁਕਦੇ ਹੀ ਨਹੀਂ ਕਿਤੇ ਹੂੰ ਇੰਨਾ ਜ਼ਿਆਦਾ ਬੁਰਾ ਹਾਲ ਹੋਇਆ ਹੁੰਦਾ ਟ੍ਰੈਡਿੰਗ ਕਰਵਾ ਲਈ ਬੋਲਵਰ ਪੈਣਾ ਤੇ ਇਹਨੂੰ ਐਡੀ ਕਿ ਟੈਨਸ਼ਨ ਪਈ ਜਾਵੇ ਹਾਂ ਤੇ ਫਿਰ ਲਾਇਆ ਹਾਂ ਲਾਇਆ ਲਾਇਆ ਬਹੁਤ ਐਕਸਾਈਟਮੈਂਟ ਰਹੀ ਤੁਹਾਡੇ ਲਾਈਵ ਹੁੰਦੀ ਹਾਂ ਤੇ ਵੇਖ ਲਈਗਾ ਉਹ ਦੱਜਾ ਕੀ ਉਹਨੂੰ ਕਹਿੰਦੇ ਨੇ ਐ ਸਟੇਟਸ ਆਨ ਦਾ ਸਟੇਟਸ ਉਹ ਸਟੇਟਸ ਲਾਇਆ ਕਰੋਂੋਂ ਤੋਂ ਪਹਿਲਾਂ ਮੈਂ ਚਾ ਲਾ ਦਿੰਨੀ ਆ ਵਿਚਾਰੇ ਵੇਂਦੇ ਹੋਣੇ ਆ ਹਨਾ ਤੇ ਆ ਰਾਤੀ ਰੋਟੀ ਸਬਜ਼ੀ ਬਣਾ ਲਈ ਜਾ ਇੱਦਾਂ ਬੈਠੇ ਹੋ ਅਸੀਂ ਤਾਂ ਲੰਗਰ ਦੁਪਹਿਰ ਦਾ ਖਾਧਾ ਆ ਜੇ ਹਾਂ ਹੁਣੇ ਮੈਂ ਦੋ ਰੋਟੀਆਂ ਸੁੱਟ ਕੇ ਆਈ ਅੰਦਰ ਹੂੰ ਦੋ ਸੁੱਟ ਆਪ ਕੇ ਦੀ ਹਾਂ ਲੈ ਆ ਗਏ ਨੇ ਮੈਂ ਨਾ ਆ ਵਾਲੀਆਂ ਪਾਈਆਂ ਮੈਂ ਨਾ ਇੱਕ ਦੋ ਵੀਡੀਓ ਬਣਾਈਆਂ ਨੇ ਮਾਸਤੀ ਵਾਲੀਆਂ ਤੇ ਮੈਂ ਹਾਂ ਚੱਲ ਬਾਕੀ ਜਿਹੜੇ ਤੁਸੀਂ ਕਮੈਂਟ ਕਰੋਗੇ ਨਾ ਥੱਲੇ ਫਿਰ ਤੁਹਾਡੇ ਕਮੈਂਟ ਪਿਕ ਕਰਕੇ ਉਹਦਾ ਟਾਪਿਕ ਅੱਗੇ ਆਪਾਂ ਕੰਟੀਨਿਊ ਕਰਾਂਗੇ ਕਿਉਂਕਿ ਉਹ ਮੇਰੀਆਂ ਪੁਰਾਣੀਆਂ ਵੀਡੀਓ ਸੀਗੀਆਂ ਜਿਹੜੀਆਂ ਮੈਂ ਪਹਿਲਾਂ ਬਣਾਈਆਂ ਸੀ ਠੀਕ ਹੈ ਤੇ ਮੈਂ ਸੋਚਿਆ ਵੀ ਚੱਲ ਇੰਸਟਾਗ੍ਰam ਵਾਲੀ ਜਿਹੜੀ ਆਡੀਅੰਸ ਆ ਉਹਨਾਂ ਦਾ ਐ ਉਹਨਾਂ ਦਾ ਆਪਾਂ ਉਹਨਾਂ ਦੇ ਨਾਲ ਆਪਾਂ ਕੰਟੀਨਿਊ ਕਰਦੇ ਹਾਂ ਸਟੋਰੀ ਇੱਧਰ ਜਿੱਦੋਂ ਜਿੱਦੋਂ ਇੰਟਰਸਟ ਵਧੀ ਜਾਊਗਾ ਉਵੇਂ-ਉਵੇਂ ਆਪਾਂ ਗੱਲਾਂ ਮਾਰੀ ਚੱਲਾਂਗੇ ਹਾਂ ਠੀਕ ਐ ਹ ਕੀ ਚੱਕਰ ਆ ਗੱਲਾਂ ਚੰਮ ਕਰਈਆਂ ਨੇ ਚਾਹ ਬਫਿਲਟਰਾਂ ਦੇ ਕਮਾਲ ਨੇ ਕਦੀ ਕਦੀ ਵਧੀਆ ਫਿਲਟਰ ਅੱਜ ਇੰਡੀਆ ਮੀ ਪੈ ਰਿਆ ਹਾਂ ਇੰਡੀਆ ਮੀ ਪੈ ਰਿਆ ਲੈ ਠੰਡ ਹੋ ਗਈ ਹੋਣੀ ਇੰਡੀਆ ਹੋਰ ਹਨਾ ਤੇ ਦੇਚਾ ਅੱਜ ਮੈਂ ਨਾ ਡਿਸਾਈਡ ਕਰਕੇ ਆਈ ਆ ਵੀ ਅੱਜ ਜਿੰਨੇ ਵੀ ਨਾ ਐ ਜਿੰਨੇ ਵੀ ਗੰਦਾ ਪਿੱਲਾ ਕਮੈਂਟ ਕੀਤਾ ਨਾ ਉਹ ਮੈਂ ਡਾ ਦੇਣਾ ਅੱਜ ਸਿੱਧਾ ਹਮ ਅੱਜ ਮੇਰੇ ਅੰਦਰ ਗੁੱਸਾ ਵੀ ਬਹੁਤ ਹੋਇਆ ਪਿਆ ਅੱਜ ਬਹੁਤ ਜ਼ਿਆਦਾ ਨਾਰਮਲੀ ਮੈਂ ਖੁਸ਼ ਰਹਿਨੀ ਆ ਕੋਸ਼ਿਸ਼ ਕਰਦੀ ਆ ਕਿ ਖੁਸ਼ ਰਵਾਂ ਹਾਂ ਪਰ ਜੇ ਮਾਸੀ ਸਲਫਾਸ ਵਾਲੇ ਦਾ ਰਿਸ਼ਤਾ ਕਰਾ ਦੇ ਤਾਂ ਫਿਰ ਐਵੇਂ ਲਵ ਪੀਣਿਓ ਕੰਟਰੋਵਰਸ਼ੀਅਲ ਚੀਜ਼ਾਂ ਨਾ ਮੈਨੂੰ ਦੱਸਿਆ ਕਰੋ ਹਾਂ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਇੰਗਲੈਂਡ ਰਹਿੰਦੀ ਤੁਸੀਂ ਸਾਰਿਆਂ ਦੇ ਆ ਕਿਹੜੀ ਪੈਣ ਆ ਇੱਕ ਨੂ ਰਿਕਵਰ ਪਲੀਜ਼ ਦੇ ਸਾਰਿਆਂ ਦੇ ਮੈਸੇਜ ਰੀਡ ਕਰ ਲਿਓ ਸਾਡੇ ਵਰਗਿਆਂ ਦੇ ਇਦਾਂ ਹੀ ਵੇਟ ਕਰਦੇ ਹੁਣ ਇਹ ਇਦਾਂ ਦੀ ਗੱਲ ਨਹੀਂ ਹੈਗੀ ਕਿ ਮੈਸੇਜ ਨਾ ਸਾਰਿਆਂ ਦੇ ਹੁੰਦੇ ਨਹੀਂ ਰੀਡ ਮੇਰੇ ਤੋਂ ਮੈਂ ਨਾ ਮੈਂ ਜਿਹੜੇ ਮੈਨੂੰ ਜਾਣਦੇ ਹਨ ਜਿਹੜੇ ਮੇਰੀ ਵੀਡੀਓ ਦੇ ਉੱਪਰ ਇੱਥੇ ਲਾਈਵ ਦੇ ਉੱਪਰ ਰੋਜ਼ ਆਉਂਦੇ ਨੇ ਉਹਨਾਂ ਨੂੰ ਆਉਂ ਹਮੜਾ ਜਾ ਇੱਥੇ ਸੋਣ ਦਿਖਦਾ ਨਹੀਂ ਕੁਝ ਮੈਨੂੰ ਤੇ ਜਿਹੜੇ ਮੈਨੂੰ ਮੇਰੀ ਲਾਈਵ ਨੂੰ ਦੇਖਦੇ ਨੇ ਜਾਂ ਮੇਰੀਆਂ ਵੀਡੀਓਜ਼ ਨੂੰ ਦੇਖਦੇ ਨੇ ਮੈਂ ਉਹਨਾਂ ਨੂੰ ਉਹਨਾਂ ਨੂੰ ਪਤਾ ਆ ਵੀ ਮੈਂ ਮੈਂ ਪਿਛਲੇ 6-7 ਦਿਨ ਤੋਂ ਕਾਫੀ ਜ਼ਿਆਦਾ ਅਫਸਰਟ ਸੀ ਬਿਮਾਰ ਸੀ ਤਾਂ ਕਰਕੇ ਮੈਂ ਤੋਂ ਲਾਈਵ ਨਹੀਂ ਆਇਆ ਗਿਆ ਮੇਰਾ ਘਰ ਵਾਲਾ ਕਹਿੰਦਾ ਵੀ ਤੂੰ ਮਤਲਬ ਮੇਰੇ ਘਰ ਵਾਲੇ ਨੂੰ ਮਤਲਬ ਹੈਗਾ ਮੈਂ ਤਾਂ ਸਪੋਰਟ ਕਰਦੇ ਨੇ ਕਿ ਤੂੰ ਚੱਲ ਜਿਹੜੀ ਚੀਜ਼ ਤੈਨੂੰ ਵਧੀਆ ਲੱਗਦੀ ਆ ਉਹ ਤੂੰ ਕਰਿਆ ਕਰ ਤੇ ਫਿਰ ਮੈਂ ਚੱਲ ਇਦਾਂ ਗੱਲਬਾਤਾਂ ਕਰ ਲੈਣੇ ਅੱਜ ਮੈਂ ਵੀਡੀਓ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹਜੇ ਵੀ ਮਾਈਂਡ ਸੈਟ ਜਿਹੜਾ ਹਜੇ ਪ੍ਰੋਪਰ ਹੈ ਨਹੀਂ ਆ ਠੀਕ ਆ ਤੇ ਤੇ थैंक यू सो मच ए यू आर ऑसम लव यू थैंक यू सो मच लव यू लव यू ਤੇ ਜਿਹੜਾ ਤਾਰੀਫ ਕਰਦਾ ਉਹਦੀ ਉਹਦੀ ਉਹਦਾ ਮੈਸੇਜ ਜੁਟ ਕੋ ਦੋ ਲਾ ਇਹ ਤਾਂ ਗੱਲ ਸੱਚ ਆ ਇਹ ਤਾਂ ਚ ਲਿਖਣ ਵਾਲੀ ਕਿਹੜੀ ਗੱਲ ਆ ਮੈਂ ਜਿਹੜਾ ਤਾਰੀਫ ਕਰਦਾ ਮੈਂ ਤਾਂ ਉਹਦਾ ਮੈਸੇਜ ਪੜਨਾ ਹਮ ਨਿਮਰਤ ਖੇਰਾ हां हां जी ਅਸੀਂ ਤਾਂ हां जी हां जी ਤੁਸੀਂ ਮੈਨੂੰ ਪਤਾ ਤੁਸੀਂ ਹੈਨਾ ਵੇਟ ਕਰਦੇ ਸੀ थैंक यू सो मच ਸਾਰਿਆਂ ਦਾ ਤੇ ਫਿਰ ਮੈਂ ਬਿਮਾਰ ਸੀ ਕਿਤੇ ਉਹਦਾ ਕਰਕੇ ਫਿਰ ਮੈਂ ਸੋਚਿਆ ਜਦੋਂ ਮੈਂ ਬਿਮਾਰ ਸੀ ਕੱਲ ਮੈਂ ਬਿਮਾਰ ਕੱਲ ਮੈਂ ਮਤਲਬ ਕਿ ਬਿਮਾਰ ਸੀ ਤੇ ਕੱਲ ਮੈਂ ਵੀਡੀਓ ਪਾ ਦिती ਉਹ ਉਹ ਦਿੱਲੀ ਕੇਸ ਤੇ ਹੈਨਾ ਤੇ ਉਹਦੇ ਉੱਤੇ ਉਹਦੇ ਉੱਤੇ ਵੀ ਮੈਨੂੰ ਮਤਲਬ ਕਿ ਮੈਂ ਨਾਰਮਲੀ ਮੈਂ ਕੰਟਰੋਵਰਸ਼ੀਅਲ ਚੀਜ਼ਾਂ ਮਤਲਬ ਕਿ ਨਹੀਂ ਕਰਦੀਗੀ ਟਿਕਟੋਕ ਦੇ ਇੱਥੇ ਟਿਕਟੋਕ ਜਾਨੀ ਇਨ ਸੋਸ਼ਲ ਮੀਡੀਆ ਤੇ ਕਿਸੇ ਵੀ ਸਾਈਟ ਤੇ ਜਾ ਕੇ ਮੈਂ ਨਹੀਂ ਕਰਦੀਗੀ ਕੋਈ ਵੀ ਇਦਾਂ ਦੀ ਗੱਲ ਜਿਹਦੇ ਨਾਲ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਹਨਾ ਵੈਨ ਇਸ ਗਰਲ ਲੋੜੀ ਨਾ ਹਾਂ ਆਜੇ ਭੈਣਾ ਜੇ ਨਾ ਪਲਾਨ ਕਰਨਾ ਆ ਉਹ ਮੇਰੇ ਘਰ ਥੋੜੀ ਪ੍ਰੋਬਲਮ ਹੋ ਗਈ ਸੀ ਇਸ ਕਰਕੇ ਫਿਰ ਮੈਂ ਹਜੇ ਉਹਨੂੰ ਪੋਸਟਪੋਨ ਕਰ ਦਿੱਤਾ ਹਨਾ ਉਹ ਹੈ ਗੁਰੂ ਸ਼ੁਕਰ ਅਸੀਂ ਮੈਂ ਤਾਂ ਦੇਖਣਾ ਹੀ ਜਣਾ ਔਰ ਵਾਰ ਟੇੜਾ ਟੇੜਾ ਦੇਖ ਦਿੰਦੇ ਆ ਅੱਛਾ ਹਾਂ ਭੈਣ ਫਿਰ ਫਿਰ ਭੈਣ ਹਿੱਲ ਡਰ ਰ ਮੁਵ ਕਰ ਲਈ ਮੈਂ ਸ਼ੁਰੂ ਚ ਡਰ ਗਿਆ ਹਾਈ ਵੀ ਇਹ ਦਹਣਾ ਚੱਲ ਕੋਈ ਗੱਲ ਨਹੀਂ ਹੂੰ ਉਦਾਂ ਮੈਂ ਭਾਵੇਂ ਤੁਹਾਡੇ ਨਾਲ ਮੇਰਾ ਬਲੱਡ ਰਿਲੇਸ਼ਨ ਕੋਈ ਹੈ ਨਹੀਂਗਾ ਚਲੋ ਆਪਾਂ ਇੱਕ ਦੂਜੇ ਨੂੰ ਆਨਲਾਈਨ ਹੀ ਜਾਣਦੇ ਆ ਤੇ ਪਰ ਘਟੋ ਘਟ ਆਨਲਾਈਨ ਦਾ ਵੀ ਕੋਈ ਪਿਆਰ ਪਿਉਰ ਹੁੰਦਾ ਕਿ ਨਹੀਂ ਹੁੰਦਾ ਹੂੰ ਹੈ ਮਤਲਬ ਮੜਾ ਮੋਟਾ ਥੋੜਾ ਜਿਆਦਾ ਸੋਚਿਆ ਕਰੋ ਇਸ ਗੱਲ ਨੂੰ ਹੂੰ ਸਾਰੀ ਦੁਨੀਆ ਫਿਲਟਰ ਲਾਉਂਦੀ ਆ ਮੈਂ ਕੱਲੀ ਥੋੜੀ ਲੰਮਣੀ ਫਿਲਟਰ ਹੂੰ ਦਿੱਲੀ ਵਾਲੀ ਵੀਡੀਓ ਦੇ ਵਿੱਚ ਤੁਸੀਂ ਲੱਗਦਾ ਸੀ ਰੋ ਕੇ ਹਟਿਓ ਦਿੱਲੀ ਵਾਲੀ ਵੀਡੀਓ ਜਿਹੜੀ ਮੈਂ ਬਣਾਈ ਹੈ ਨਾ ਮੈਂ ਮਤਲਬ ਆਪਣੀ ਫਰਸਟ੍ਰੇਸ਼ਨ ਕੱਢੀ ਉਹਦੇ 'ਚ ਮੇਰਾ ਉਹਦੇ 'ਚ ਕੋਈ ਲੌਜੀਕ ਨਹੀਂ ਸੀ ਉਹਦੇ ਪਿੱਛੇ ਕੁਝ ਵੀ ਇਦਾਂ ਦਾ ਕਿ ਮੈਂ ਕਿਸੇ ਨੂੰ ਟਾਰਗੇਟ ਕਰਾਂ ਜਾਂ ਕਿੱਦਾਂ ਮੈਂ ਅੱਕ ਗਈ ਐ ਇਸ ਚੀਜ਼ ਤੋਂ ਵੀ ਮਤਲਬ ਤੁਸੀਂ ਕਿਸੇ ਪਾਸੇ ਨਹੀਂ ਜੀਣ ਦੇ ਜਾਂਦਾ ਤੇ ਮੈਨੂੰ ਇਹ ਕਾਣ ਕੇ ਇੱਕੋ ਇੱਕ ਮਿੰਟ ਉਹਦੇ ਵਿੱਚ ਆਇਆ ਮੈਨੂੰ ਥੱਲੇ ਬੰਦੇ ਦਾ ਉਹਨੂੰ ਮੈਂ ਬਲੌਕ ਕਰਤਾ ਕਿਉਂਕਿ ਮੇਰ ਕੋ ਨਾ ਮੈਂ ਨਾ ਲੜ ਨਹੀਂ ਸਕਦੀ ਕਿਸੇ ਨਾਲ ਮੇਰ ਕੋ ਪ੍ਰੋਬਲਮ ਬੜੀ ਆ ਜੇ ਲੜਨ ਬੈਜੋ ਨਾ ਦੁਨੀਆ ਅਜ ਤੱਕ ਇਹਨੇ ਜਿੱਤੀ ਆ ਕਿਹਨੇ ਨਹੀਂ ਜਿੱਤੀ ਤੁਸੀਂ ਲੜਨ ਬੈਜੋ ਨਾ ਉੱਥੇ ਤੇ ਤੁਸੀਂ ਲੜੀ ਚੱਲੋ ਲੜੀ ਚੱਲੋ ਉਧਰੋਂ ਦਾ ਵੀਡੀਓ ਉਹ ਉਹਦਾ ਹਕਮੈਂਟ ਉਹ ਕਰ ਜੂਗਾ ਇਧਰੋਂ ਮੈਨੂੰ ਤਾਂ ਵੀਡੀਓ ਬਣਾਉਣ ਚ ਟਾਈਮ ਲੱਗਦਾ ਉਹ ਤਾਂ ਕਮੈਂਟ ਕਰਕੇ ਨਿਕਲ ਜਾਏਗਾ ਹਨਾ ਤੇ ਇਹ ਅਮਰੀਕਾ ਸੁਣੋ ਸੁਨਮਨੀ ਤੈਨੂੰ ਗਾਣਾ ਰੁਕ ਜਾ ਅਵੇ ਤੂੰ ਤਾਂ ਖਰੇ ਹੋ ਨਹੀਂਗਾ ਨਿੰਜਾ ਇਹ ਨਿੰਜਾ ਫਿਲਟਰ ਬਣਾਇਆ ਕਿਉਂ ਹਾਂ ਉਹੀ ਤਾਂ ਗੱਲ ਆ ਫਿਲਟਰ ਬਣਾਇਆ ਕਿਉਂ ਤੇ ਮੈਂ ਦੁੱਜਾ ਕੀ ਗੱਲ ਕਰਨ ਲੱਗੀ ਸਾਂ ਬੀ ਗੱਲ ਪਲਾ ਦਿੰਦੇ ਨੇ ਮੈਨੂੰ ਹਾਂ ਤੇ ਮੈਂ ਫਰਸਟ੍ਰੇਸ਼ਨ ਜੀ ਕੱਢੀ ਆਪਣੀ ਕਿ ਯਾਰ ਕਿੱਥੇ ਤਾਂ ਮਤਲਬ ਕਿ ਜੀਣ ਦਵੋ ਮਤਲਬ ਉਹ ਕੁੜੀ ਤਾਂ ਹੁਣ ਉਹ ਹੋਣ ਸਾਰਾ ਕੁਝ ਹੋਊਗਾ ਸੋਸ਼ਲ ਮੀਡੀਆ ਤੇ ਵੀ ਸਾਰੇ ਕਰਨਗੇ ਇਦਾਂ ਹੋਈ ਉਦਾਂ ਹੋਈ ਸਾਰਿਆਂ ਨੇ ਕਾਰ ਕਰਕੇ ਨਾ ਆਪਣੇ ਘਰ ਬਹਿ ਜਾਣਾ ਪਰ ਜੋ ਉਸ ਕੁੜੀ ਨਾਲ ਬੀਤ ਗਈ ਆ ਜੋ ਉਸ ਕੁੜੀ ਦੀ ਲਾਈਫ ਹੋ ਗਈ ਆ ਉਹ ਨੂੰ ਵਾਪਸ ਨਹੀਂ ਮਿਲਣੀ ਕੋਛ ਮਾਰਜੀ ਕਾਰਲੋ ਕੋਛ ਮਾਰਜੀ ਕਾਰਲੋ ਠੀਕ ਆ ਬੰਦਿਆਂ ਨੂੰ ਸਜ਼ਾ ਵੀ ਹੋ ਜੂਗੀ ਸਾਰਾ ਕੁਝ ਹੋ ਜੂਗਾ ਪਰ ਜੋ ਉਸ ਕੁੜੀ ਨਾਲ ਹੋਇਆ ਉਹ ਉਹਨੂੰ ਵਾਪਸ ਨਹੀਂ ਮਿਲਣਾ ਠੀਕ ਆ ਤੇ ਮੈਂ ਉਸ ਚੀਜ਼ ਦੀ ਫਰਸਟ੍ਰੇਸ਼ਨ ਕੱਢੀ ਦੇਖੋ ਘਰਾਂ ਦੇ ਵਿੱਚ ਵਿਆਹੀ ਸੀ ਘਰਾਂ ਦੇ ਵਿੱਚ ਉਹ ਘਰ ਦੇ ਵਿੱਚ ਉਹ ਸੇਫ ਨਹੀਂ ਅੰਮਾ ਦੇ ਸੇਫ ਨਹੀਂ ਕੁੜੀਆਂ ਠੀਕ ਆ ਪੜ ਲਿਖ ਗਈਆਂ ਨੇ ਠੀਕ ਆ ਕੁੜੀਆਂ ਸੋਸ਼ਲ ਮੀਡੀਆ ਤੇ ਸੇਫ ਨਹੀਂ ਹੈਗੀਆਂ ਕਿੱਥੇ ਜਾਣ ਕੁੜੀਆਂ ਤੇ ਬੰਦੇ ਨੂੰ ਇਹ ਬੰਦੇ ਨੂੰ ਐਡਾ ਗੁੱਸਾ ਲੱਗਿਆ ਅਗਦੇ ਹਿਸਾਬ ਨਹੀਂ ਬੰਦਾ ਕਹਿੰਦਾ ਤੂੰ ਰੋਂਗ ਮੈਸੇਜ ਦੇਂਦੀਆਂ ਕੁੜੀਆਂ ਨੂੰ ਡਾਊਨ ਕਰਦੀ ਪਈਆਂ ਕੁੜੀਆਂ ਨੂੰ ਮੈਂ ਕਿ ਡਾਊਨ ਕਰਨਾ ਤੁਸੀਂ ਜਿਹੜੇ ਕਾਂਡ ਕਰਦੇ ਜੇ ਇਹ ਇਹੋ ਜੇ ਇਹੋ ਜੇ ਇੰਨੇ ਰੂਹ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਕਾਂਡ ਜਿਹੜੇ ਦੇਖਦੀਆਂ ਆ ਉਹਦੇ ਨਾਲ ਸਾਨੂੰ ਕਿਤੇ ਬੜੀ ਇਨਕਰੇਜਮੈਂਟ ਮਿਲਦੀ ਆ ਅਹੀਂ ਤਾਂ ਕੋਈ ਵੀ ਆਪਣੀਆਂ ਹੁਣ ਕਿਸੇ ਵੀ ਮਾਪੇ ਨੂੰ ਪੁੱਛ ਲੋ ਕੁੜੀਆਂ ਨੂੰ ਨਹੀਂ ਬਾਹਰ ਕੱਢਦੇ ਪੈਗੇ ਕਿ ਹਾਂ ਵੀ ਸਾਡੀ ਕੁੜੀ ਇਹ ਨਹੀਂ ਕੋਈ ਕੁੜੀ ਮਾੜੀ ਹੁੰਦੀ ਜਾਂ ਕਿਦਾਂ ਸਮਾਜ ਇੰਨਾ ਮਾੜਾ ਬਣਿਆ ਪਿਆ ਸ਼ਰਮ ਗੁੰਡਾ ਕਰਦੀ ਹੈ ਦਿੱਲੀ ਦੇ ਵਿੱਚ ਪੀਪਲ ਜਿਹੜੇ ਲੋਕ ਨੇ ਨਾ ਇਹ ਨਹੀਂ ਮੈਂ ਕਹਿੰਦੀ ਕਿ ਸਾਰੀ ਮਾੜੇ ਨੇ ਪਰ ਜਦੋਂ ਇਦਾਂ ਦਾ ਕੁਝ ਹੁੰਦਾ ਨਾ ਡੈਫੀਨੇਟਲੀ ਉਸ ਚੀਜ਼ ਤੇ ਆਪਾਂ ਰਿਐਕਟ ਕਰਦੇ ਆਂ ਉਸ ਚੀਜ਼ ਉਹ ਸਾਨੂੰ ਚੀਜ਼ ਬਹੁਤ ਦੁੱਖ ਦਿੰਦੀ ਆ ਮੈਂ ਉੱਤੇ ਬੋਲਿਆ ਸੀ ਕਿਸੇ ਨਾਲ ਬਹਿਸ ਕਰਕੇ ਸੁਭਾ ਖਰਾਬ ਨਹੀਂ ਕਰੀਤ ਕਰਨਾ ਚਾਹੀਦਾ ਹਾਂ ਕਿੱਥੇ ਬਹਿਸ ਕਰਦੀ ਆ ਮੈਂ ਬਹਿਸ ਬਹਿਸ ਕੀ ਹੁੰਦਾ ਬਹਿਸ ਕਰਦੀ ਆ ਮੈਂ ਹਨਾ ਇਹ ਮੈਂ ਗੁੱਸਾ ਨਹੀਂ ਕਰਦੀ ਮੈਂ ਬੱਸ ਨਹੀਂ ਕਹਾਂ ਦੇ ਇਸੇ ਕਰਕੇ ਮੈਂ ਉਹ ਬੰਦੇ ਨੂੰ ਬਲੌਕ ਕਰਦਾ ਬਿਕੋਜ਼ ਮੇਰੇ ਕੋਲ ਅਬ ਮੈਂਟਲ ਇੰਨਾ ਨਹੀਂ ਹੈ ਮੈਂਟਲੀ ਇੰਨੀ ਨਹੀਂ ਮੈਂ ਹੈਗੀ ਕਿ ਮੈਂ ਇਸ ਇੱਥੇ ਕੌਂਟਰੋਵਰਸੀਆਂ ਕਰੀ ਚੱਲਾਂ ਆਨਲਾਈਨ ਠੀਕ ਹੈ ਜੇ ਕਿਸੇ ਨੂੰ ਮੇਰਾ ਵੀਊ ਚੰਗਾ ਲੱਗਿਆ ਠੀਕ ਹੈ ਨਹੀਂ ਲੱਗਿਆ ਤੇ ਚਲੋ ਕੋਈ ਗੱਲ ਨਹੀਂ ਹਰ ਇੱਕ ਦਾ ਆਪਣਾ ਆਪਣਾ ਵੀਊ ਗੱਲ ਖਤਮ ਹੋ ਗਈ ਠੀਕ ਹੈ ਤੇ ਭਾਣੇ ਇੱਕ ਵਾਰੀ ਅੰਗਰੇਜ਼ੀ ਬੋਲ ਕੇ ਦਿਖਾ ਸਾਰਿਆਂ ਨੂੰ ਹਵੇ ਆਂਦੀ ਹੈ ਤੂੰ ਲਿਖੇ ਤੇ ਅੰਗਰੇਜ਼ੀ ਮੈਂ ਪਾੜ ਦਿੰਨੀ ਆ ਹੂੰ ਤੇ ਅਗਲੇ ਨੇ ਬੋਲ ਕੇ ਤੁਰ ਜਾਣਾ ਤੁਹਾਡਾ ਦਿਨ ਖਾ ਹੋਰ ਕੀ ਆ ਹਾਂ ਤੇ ਮੈਂ ਤਾਂ ਕਰਕੇ ਉੱਤੇ ਕੀਤੀ ਗੱਲ ਤੇ ਬਸ ਮੈਨੂੰ ਗੁੱਸਾ ਸੀ ਮੈਂ ਕਾੜਤਾ ਮੈਂ ਕਮੈਂਟ ਐਸੇ ਕਰਕੇ ਬੰਦ ਕਰਤਾ ਮੈਂ ਮੇਰੇ ਕਮੈਂਟ ਚਾਹੀਦੇ ਨਹੀਂ ਹਾਂ ਆਹੋ ਹੁਣ ਉਹ ਬੰਦਾ ਗਲਤ ਕਮੈਂਟ ਕਰਕੇ ਗਿਆ ਇੱਥੇ ਹਨਾ ਪਤਾ ਨਹੀਂ ਅਗਲੀ ਵਿਚਾਰੀ ਨੇ ਜਿੱਦਾਂ ਮੇਰੇ ਵਰਗੀ ਨੇ ਕਿਦਾਂ ਵੀਡੀਓ ਪਾਈ ਹੋਗੀ ਕੀ ਪਤਾ ਵੀ ਸਾਨੂੰ ਵੀ ਆਨਲਾਈਨ ਹੁਣ ਟਾਰਚਰ ਕੀਤਾ ਜਾਂਦਾ ਕਿ ਦੀ ਇੱਕ ਦੀ ਇੱਕ ਦੀ ਕੋਈ ਕਮੈਂਟ ਹੋਣ ਉਹ ਬੰਦੇ ਨੂੰ ਮੈਂ ਉਹ ਲਿਖਣ ਦੇਈਆਂ ਵੀ ਸਾਨੂੰ ਟਾਰਚਰ ਕਰਦੇ ਉਹ ਅੰਤਰਾ ਫਿਰ ਲੱਗ ਗਿਆ ਵਿੱਚ ਦਾ ਸੋਚ ਕਿੱਧਰ ਹਦੀ ਰੱਖਦੇ ਪੈ ਜੇ ਆਪਣੀ 135 ਰਹਿ ਗਏ ਨੇ ਬਾਕੀ ਕਿਧਰ ਚਲੇ ਗਏ ਅੱਜ ਵਧੀਆ ਨਹੀਂ ਲੱਗਨਦੇ ਹੀ ਮੈਂ ਲਾਈਨਰ ਬਹੁਤ ਸੋਹਣਾ ਕੁੜੀਆਂ ਨੂੰ ਤਾਂ ਅੱਗ ਲੱਗੀ ਜਾਂਦੀ ਮੇਕਅਪ ਦੀ ਹਨਾ ਲਾਈਨਰ ਬਹੁਤ ਸੋਹਣਾ ਲੱਗਿਆ ਅੱਜ ਅੱਜ ਸੋਹਣਾ ਹੈ ਪੈਂ ਤੇਰਾ ਸ਼ਹਿਰ ਕਿਹੜਾ ਆ ਮੇਰਾ ਜਲੰਧਰ ਆ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਕਪੂਥਲਾ ਉਹਦੇ ਲਾਗੇ ਤੱਕ ਆਪਾਂ ਰਹਿੰਦੇ ਆ ਮੇ ਸਿਸਟਰ ਪੂਰੀ ਤੁਹਾਡੇ ਵਰਗੀ ਆ ਹਾਂ ਤੇ ਯੂ ਆਰ ਫਰਮ ਪੰਜਾਬ ਜੀ 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 ਆਮ ਫਰਮ ਪੰਜਾਬ ਐਕਸੈਪਟੋਂ ਤਰਲਾਲ 43 ਰਹਿ ਗਏ ਨੇ ਚਲੋ ਕੋਈ ਗੱਲ ਨਹੀਂ ਹਾਂ ਦਾ ਟਾ ਉੱਡ ਜਾਂਦਾ ਹਾਂ ਮੈਨੂੰ ਇੰਡੀਆ ਵਾਲਿਆਂ ਤੇ ਹੁਣ ਨਾ ਇਦਾਂ ਥੋੜਾ ਜਿਹਾ ਤਰਸ ਜਿਆ ਹੁੰਦਾ ਵੀ ਡਾਟੇ ਵਾਲਾ ਕੰਮ ਤਾਂ ਸਹੀ ਨਹੀਂ ਹੈਗਾ ਉਦਾਂ ਸਾਰਾ ਕੁਝ ਠੀਕ ਆ ਤੁਹਾਡਾ ਹਾਂ ਤੁਸੀਂ ਤਾਂ ਰੌਣਕ ਲਾਉਂਦੇ ਜੇ ਤੁਸੀਂ ਮੈਂ ਆਪਣਾ ਨਾ ਉਹ ਚੈੱਕ ਕਰਦੀ ਸੀਗੀ ਆਪਣਾ ਦੂਜਾ ਉਹ ਚੈੱਕ ਕਰੀਦਾ ਨਾ ਜਦੋਂ ਵੀ ਕੌਣ-ਕੌਣ ਤੁਹਾਨੂੰ ਫੋਲੋ ਕਰਦਾ ਕਿੱਥੋਂ-ਕਿੱਥੋਂ ਜ਼ਿਆਦਾ ਫੋਲੋ ਕਰਦੇ ਅੰਮ੍ਰਿਤਸਰ ਵਾਲੇ ਜ਼ਿਆਦਾ ਫੋਲੋ ਕਰਦੇ ਨੇ ਮੈਨੂੰ ਹਾਂ ਮੇਰੀ ਸਹੇਲੀ ਜਮਾ ਤੁਹਾਡੇ ਵਾਂਗੂ ਬੋਲਦੀ ਆ ਤੇ ਲੈ ਆ ਨਾ ਇੱਥੇ ਵੀ ਸਹੇਲੀ ਨੂੰ ਵੀ ਉਹਨੇ ਕਿ ਮੈਨੂੰ ਫੋਲੋ ਕਰ ਹੂੰ ਵੇਲੇ ਤੁਸੀਂ ਸਾਡੇ ਮੈਸੇਜ ਨਹੀਂ ਹਾਈ ਅਸੀਂ ਨਹੀਂ ਵੇਲੇ ਆ ਗਏ ਇਹ ਬਿੰਦੀ ਰੈੱਡ ਲਗਾਓ ਇਹ ਫਿਲਟਰ ਨੇ ਚੇਂਜ ਕਰ ਦਿੱਤੀ ਉਹਦਾ ਬਿਲਕੁਲ ਮੈਚ ਕਰਦੀ ਆ ਹੂੰ ਇਹ ਦੇਖ ਆ ਵੇਖੋ ਨੀ ਮੇ ਵਾਲੀਆਂ ਪਾਈਆਂ ਇਹ ਮੈਂ ਮਾਸੀ ਵਾਸਤੇ ਲਈਆਂ ਨੇ ਵਾਲੀਆਂ ਬਲੈਕ ਐਂਡ ਵਾਈਟ ਕਰ ਲੈਣੀ ਹੁਣ ਫਿਰ ਮੈਂ ਜਲੰਧਰ ਆ ਜਲੰਧਰੀਆਂ ਨਹੀਂ ਜਲੰਧਰ ਦੀ ਆ ਮੈਂ ਕਹਿੰਦ ਦੀਆਂ ਲੁਕਿੰਗ ਕਿਊਟ ਥੈਂਕ ਯੂ ਸੋ ਮਚ ਮੈਂ ਸਿੱਧਾ ਰਿਪਲਾਈ ਕਰੂ ਸੰਤਾ ਵੇਟ ਰਹਿੰਦੀ ਆ ਹਾਂਜੀ ਹਾਂਜੀ ਮੈਂ ਕਰੂੰਗੀ ਡੈਫੀਨਿਟਲੀ ਬਾਜੀ ਨਾ ਪੰਪ ਦਿਓ ਮੈਂ ਤਾਂ ਆ ਗਏ ਹਾਂ ਅੰਬੂਰ ਫਾਜ਼ਿਲ ਕਾ ਵਾਲਦੀ ਆ ਰਈ ਵਾਲਾ ਵੀਰ ਆਇਆ ਸਾਸਰੀ ਕਾ ਵੀਰੇ ਇਹ ਦੂਜਾ ਵੀਰੇ ਮੈਂ ਨਾ ਬਸ ਆ ਜਿਹੜੀ ਬੋਲੀ ਬੋਲਦੀ ਆ ਨਾ ਇਹ ਸਿਰਫ ਮੈਂ ਇਦਾਂ ਕਮੇਡੀ ਕਰਨ ਵਾਸਤੇ ਬੋਲਦੀ ਆ ਨਾਰਮਲ ਤਾਂ ਮੇਰੀ ਬੋਲੀ ਜਿੱਦਾਂ ਨਾਰਮਲ ਹੁੰਦੀ ਆ ਉਦਾਂ ਹੀ ਆ ਹਾਂ ਕਿੱਥੇ ਕੋ ਕਰ ਰਿਹਾ ਕਿੱਥੇ ਕਕਾਰਿਆ ਕੀ ਦਾ ਕਾਰ ਮੈਂ ਵੀ ਜਲੰਧਰ ਦੀ ਆ ਜਲੰਧਰ ਚ ਕਿਥੇ ਕਕਾਰਿਆ ਨਹੀਂ ਮੇਰਾ ਸੁਲਤਾਨਪੁਰਾ ਜਲੰਧਰ ਨਹੀਂ ਆ ਘਰ ਮੇਰਾ ਹਾਂ ਸਪੀਕਿੰਗ ਹਿੰਦੀ ਮਠੰਡੇ ਵਾਲੇ ਵੀ ਕਰਦੇ ਆ ਹਾਂ ਅੱਛਾ ਸੋਣਾ ਬੋਲਦੇ ਆ ਥੈਂਕ ਯੂ ਸੋ ਮਚ ਐ ਬੋਦ ਮਿਸਕੀਪ ਤੁਸੀਂ ਗਾਇਬ ਹੋ ਗਏ ਸੀ ਹਾਂ ਮੈਂ ਬਿਮਾਰ ਸੀ ਗੀਤਾ ਕਰਕੇ ਹਾਂ ਮੈਨੂੰ ਵੀ ਇੱਧੇ ਸੀ ਪਾਕਿਸਤਾਨ ਤੋਂ ਹੇ ਚੱਲ ਕੋਈ ਗੱਲ ਨਹੀਂ ਹਾਂ ਇਹ ਚੱਲ ਕੋਈ ਟਾਪਿਕ ਲਿਖੋ ਫਿਰ ਮੈਂ ਉੱਤ ਆਪਾਂ ਬੋਲਦੇ ਹਾਂ ਕਮੈਂਟ ਕਰ ਕਮੈਂਟ ਲਿਖੋ ਉਹਦੇ ਤੇ ਠੀਕ ਹੈ ਤੇ ਫਿਰ ਆਪਾਂ ਉਹਦੇ ਤੇ ਗੱਲ ਕਰਦੇ ਹਾਂ ਕਰਤਾਰਪੁਰ ਤੋਂ ਅਸੀਂ ਅੱਛਾ ਠੀਕ ਹੈ ਪਾਕਿਸਤਾਨ ਤੋਂ ਨਹੀਂ 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 ਮਨਜੋਤ ਇੰਨੇ ਡਾਟ ਪਾ ਕੇ ਮਨਜੋਤ ਲਿਖਿਆ ਵੇ ਇਕੱਠਾ ਨਹੀਂ ਲਿਖਿਆ ਗਿਆ ਮਨਜੋਤ ਅੰਬਰਸਾਦੀ ਉਹ ਹੀ ਨਾ ਕਾਮੇਡੀ ਕਰਦੀ ਹੈ ਨਾ ਤਾਂ ਕਰਕੇ ਹੂੰ ਫਿਰ ਜਿੱਦ ਤਰ ਜਿਆਦਾ ਫਨ ਫਨੀ ਜਿਹਾ ਲੱਗਦਾ ਐਕਸੈਂਟ ਉਧਰ ਨੂੰ ਬੋਲ ਦਿੰਨੀ ਮੈਂ ਹੁਣ ਦੁਬਈ ਆ ਓਕੇ ਸੂਟ ਬਹੁਤ ਸੋਹਣਾ ਥੋੜਾ ਪੁਰਾਣਾ ਆ ਸੂਟ ਮੈਨੂੰ ਪਤਾ ਹੈ ਤੁਸੀਂ ਕਹਿਣਾ ਸੂਟ ਬੜਾ ਸੋਹਣਾ ਇਹ ਪੁਰਾਣਾ ਆ ਸੂਟ ਤੇ ਜਦੋਂ ਟਾਈਮ ਬਾਅਦ ਪਾਈਏ ਤਾਂ ਨਵਾਂ ਹੀ ਲੱਗਦਾ ਹੂੰ ਸਰ ਦਾ ਲਾਈਟ ਗਈ ਚਾਰਜਿੰਗ ਮੁੱਕ ਜੂਗੀ ਤੇ ਤੁਹਾਨੂੰ ਕਿਨੇ ਆਖਿਆ ਸੀ ਚਾਰਜਰ ਤੁਹਾਨੂੰ ਮੈਂ ਅੱਧਾ ਘੰਟਾ ਤੁਹਾਨੂੰ ਦਿੱਤਾ ਸੀ ਨਾ ਵੀ ਬਸ ਜੀਮੇ ਦਵੀ ਇੰਗਲੈਂਡ ਵੀ ਲਾ ਗਿਆ ਗੇੜਾ ਹੁੰਦਾ ਸੁਖਨਾ ਮੋਹਰਾ ਵੀ ਪਾਸ ਪੜਦੇ ਨੇ ਜੀਮੇ ਦਾ ਕੱਦ ਵਿਆਹ ਕਰਾਉਣਾ ਜੀਮੇ ਨੂੰ ਤਰੱਕੀ ਕਰਨ ਦੋ ਹਾਂ ਹਣੀ ਆ ਗਈ ਉਹ ਲੱਗ ਗਿਆ ਮੈਂ ਮੈਂ ਤਾਂ ਕੁਝ ਕੀਤਾ ਹੀ ਨਹੀਂ ਆ। ਟ੍ਰਾਂਸਲੇਸ਼ਨ ਦੇ ਹੀ ਲੱਗ ਗਿਆ ਇਹ। ਲੋਕ ਪੇਣੇ ਪਤਾ ਨਹੀਂ ਕਿਨੇ ਇੰਸਟਾਗ੍ਰਾਮ ਦੇ ਉੱਤੇ। ਸਮਝ ਨਹੀਂ ਲੱਗਦੀ ਮੈਨੂੰ। ਮੈਨੂੰ ਸਿੱਖਣ ਤੇ ਲੱਗਣਾ ਹਜੇ ਟਾਈਮ ਆ। ਵੋਟ ਕਿਨੂੰ ਪਾਈਏ? ਬਣਾਈ ਵੀਡੀਓ ਮੈਂ ਵੋਟ ਪਾਈਏ। ਹਮ ਅ ਪਰ ਉਸੇ ਗੱਲ ਮੈਂ ਉੱਤਰਾਖੰਡ ਤੋਂ। ਹੈ ਨਹੀਂ ਕਿੱਥੇ-ਕਿੱਥੇ ਫੋਲੋ ਕਰਦੇ ਜਿਵੇਂ ਮੈਨੂੰ। ਉਤਰਾਖੰਡ ਤੋਂ ਕਰਦੇ ਨੇ ਹਰ ਟਾਪਿਕ ਦੱਸੋ ਮੈਨੂੰ ਆਪਾਂ ਉਸ ਟਾਪਿਕ ਦੀ ਗੱਲਾਂ ਕਰਾਂਗੇ ਫਿਰ ਕਿਹੜਾ ਨੱਪ ਬਟਨ ਆਪ ਤੇ ਨਹੀਂ ਕੁੜੀ ਇਹ ਉਹ ਇਤ ਗੱਲ ਆ ਪਤਾ ਨਹੀਂ ਕਿਹੜਾ ਨੱਪੇਗਾ ਹੁਣ ਉਹ ਜਾਂਦਾ ਨਹੀਂ ਪਿਆਗਾ ਕੀ ਲਿਖਦਾ ਪਿਆ ਇਹ ਇੱਕ ਵਾਰੀ ਹੋਰ ਨੱਪਾਂ ਫਿਰ ਇਸੇ ਹੀ ਹੋ ਜੇ ਟੈਪ ਕਰੋ ਆਪੇ ਚਲਾ ਜਾਣਾ ਮੇਰਾ ਫਿਲਟਰ ਨਾ ਉੱਡ ਜੇ ਕੋਈ ਨਹੀਂ ਜਾਂਦਾ ਪਿਆ ਹਾਂ ਚੱਲ ਗਿਆ ਚੱਲ ਗਿਆ ਚਲ ਸ਼ੁਕਰ ਹੈ ਅੱਛਾ ਕੈਨੇਡਾ ਤੋਂ ਦਿੱਲੀ ਤੋਂ ਓਕੇ ਭੈਣ ਜੀ ਇੱਕ ਦਿਨ ਸਾਰਾ ਵਰਡ ਫੋਲੋ ਕਰੂ ਤੁਹਾਨੂੰ ਹਾਏ ਨਹੀਂ ਕੋਈ ਗੱਲ ਨਹੀਂ ਉਹ ਤਾਂ ਫੋਲੋ ਤਾਂ ਕਰੀ ਜਾਂਦੇ ਨੇ ਉਹ ਤਾਂ ਕੋਈ ਚੱਕਰ ਨਹੀਂ ਹੁਣ ਕੁਝ ਵੀਡੀਓ ਪਾਉਂਗੇ ਤਾਂ ਫੋਲੋ ਕਰਨਗੇ ਵਿਚਾਰੇ ਕਿ ਖਾਲੀ ਵੀ ਆਈਡੀ ਨੂੰ ਫੋਲੋ ਕਰੀ ਜਾਣ ਅਗਲਾ ਦਾ ਡਾਟਾ ਲੱਗਦਾ ਵੇਅਰ ਆਰ ਯੂ ਫਰਮ ਮੈਂ ਬੱਬਰ ਆ ਯੈਸ ਆਮ ਫਰਮ ਇੰਗਲੈਂਡ ਯਾ ਮਲੋਟ ਪੰਜਾਬ ਬੈਲਜੀਅਮ ਜਿੱਥੇ-ਜਿੱਥੇ ਪੰਜਾਬੀ ਵਸਦੇ ਉੱਥੇ-ਉੱਥੇ ਸਾਡੀ ਭੈਣ ਦਾ ਨਾਮ ਥੈਂਕ ਯੂ ਸੋ ਮਚ ਮੈਂ ਤਾਂ ਤਾਂਦੂ ਆ ਓਕੇ ਚੁੱਕੇ ਓਕੇ ਅਸੀਂ ਮੰਗਲ ਕਰਿਆ ਤੋਂ ਹਏ ਨਹੀਂ ਲੋਬੇ ਮੰਗਲ ਕਰਿਆ ਤੋਂ ਅਸੀਂ ਕੈਨੇਡਾ ਤੋਂ ਵਿਆਹ ਦੇ ਯੂਕਰੇਨ ਤੋਂ ਮਾਲਦੀਵਸ ਤੋਂ ਹਣੀ ਮਾਲਦੀਵਸ ਜਾਣਾ ਇੱਕ ਦਿਨ ਅਸੀਂ ਹਾਂ ਕਿੰਨੇ ਘੁੰਮਣ ਵਾਲੀ ਜਗ੍ਹਾ ਹੈ ਮੇਰੇ ਮਾਸੀ ਦਾ ਮੁੰਡਾ ਇੰਗਲੈਂਡ ਓਕੇ ਸਾਡੀ ਮੱਝ ਸੂਈ ਬਹੁਲੀ ਖਾਣੀ ਜੇ ਹਾਂ ਨਹੀਂ ਆ ਵਧੀਆ ਹੈ ਨਾ ਮੱਝ ਸੂਈ ਹੈ ਵਧੀਆ ਹੈ ਪਹਿਲਾਂ ਤੋਂ ਬੋਲ ਰਹੀ ਸੀ ਯੂਕੇ ਤੋਂ ਤੁਸੀਂ ਹਾਂ ਹਾਂ ਝੂਠੀ ਗਿਆ ਮੈਂ ਵੀ ਹੁਣ ਲੰਬੀ ਕੌਣ ਆ ਗਿਆ ਦੀਦੀ ਨੀ ਕੰਮੜਾ ਨੀ ਪੈਣੇ ਕਿੰਨੀ ਵਾਰ ਕਿਆ ਨਾ ਲੈਦੇ ਖਾਨ ਕੀ ਜਾਂਦਾ ਪਿਆ ਗੁਰਪੁੱਲਰ ਲਿਆ ਤਸੀ ਪਹਿਲਾਂ ਮੈਂ ਨਾ ਤੇਰਾ ਹੂੰ ਤੇਰੇ ਜਵਾਬ ਕਿੱਥੇ ਨੇ ਅਰੇ ਮੈਨੂੰ ਨਿੱਕੇ ਨੂੰ ਬੁਖਾਰ ਚੜਿਆ ਸੀ ਤੇ ਵੱਡਾ ਵੀ ਵੇਰ ਗਿਆ ਮੈਂ ਚੱਲ ਛੱਡੋ ਘੜਾ ਮੈਂ ਆਪ ਨਹੀਂ ਫਿਰ ਮੈਂ ਚੱਲ ਗੁਰਦਾਨੀ ਬੜੀ ਕਿਤੇੜੀ ਬੀ ਚੱਲਦੀ ਆ ਛੋਟੀਆਂ ਛੋਟੀਆਂ ਕਲਾਸਾਂ ਨੇ ਹਾਂ ਬਾਲੇ ਸੋਨੇ ਮੂੰਹ ਬਣਾਉਂਦੇ ਵੜੇ ਮੈਂ ਫਿਰ ਹੋਰ ਜਪਰ ਤੋਂ ਓਕੇ ਕੀ ਦਿੱਤਾ ਮਾਜ ਨੇ ਹਾਂ ਨਹੀਂ ਕੀ ਦਿੱਤਾ ਮਾਜ ਨੇ ਪੁੱਛੋ ਦੱਸੋ ਹਾਂ ਸੜਕਟਾ ਮਾਰ ਗਿਆ ਮੀਠਾ ਖਾਣਾ ਅੰਤਰੇ ਨਾਲ ਤਾਂ ਹਾਂ ਨਹੀਂ ਕੱਟ ਤੋ ਹੀ ਵੀ ਨਹੀਂ ਜਾਵੇ ਹਾਂ ਮੰਦਰੋਂ ਹੋ ਗਿਆ ਜੇ ਟਿੱਕਾ ਪੀਲਾ ਲਾਇਆ ਲਾਉ ਪੀਣਿਆ ਹੈ ਬਿੰਦੀ ਆ ਹੂੰ ਬਿੰਦੀ ਬੜੀ ਸੋਹਣੀ ਆਵੇ ਨਾਲੇ ਤੁਹਾਡੀ ਨਿਗਾ ਕਾਟਿਆ ਅੱਧਿਆ ਨੂੰ ਬਿੰਦੀ ਦੇਦੀ ਪਈ ਦਰ ਨਹੀਂ ਦੇਦੀ ਪਈ ਟਿੱਕਾ ਲਾਇਆ ਆਂਦਾ ਮੰਦਰ ਤੋਂ ਆਈ ਆਂ ਹੂੰ ਕੱਟਾ ਦਿੱਤਾ ਜੇ ਨਹੀਂ ਹਾਂ ਵਧਾਈ ਹੋ ਗਈ ਨਹੀਂ ਕੱਟੀ ਦੀ ਵਧਾਈ ਹੁੰਦੀ ਏ ਸੱਚ ਹਾਂ ਆ ਸਾਰੇ ਪੱਬੂਨ ਮੇਰੀ ਮੰਮੀ ਲੋੜੇ ਫੈਨ ਆ ਥੈਂਕ ਯੂ ਸੋ ਮੱਚ ਹਾਂ ਕੱਟਾ ਦਿੱਤਾ ਨਹੀਂ ਕੱਟਾ ਹਾਂ ਨਹੀਂ ਕੱਟੇ ਦਾ ਕੱਟਾ ਦਿੱਤਾ ਜੇ ਨਹੀਂ ਸੁਣ ਲੋ ਕਿੰਨੀ ਵਾਰਾ ਕਹਿਦਾ ਨਹੀਂ ਹਾਂ ਇਹ ਮੇਰੇ YouTube ਤੇ ਚਾੜਨੀ ਵੀਡੀਓ ਕੱਟਾ ਦਿੱਤਾ ਹਾਂ ਹਾਂ ਫੇਸਬੁਕ ਤੋਂ ਨਾਲ ਤੁਹਾਡਾ ਥੈਂਕ ਯੂ ਸੋ ਮਾਚ ਪਰ ਵਟੇ ਕਿਥੇ ਸੈੱਟ ਕਰਾਏ ਨੇ ਹੈਗੀ ਕੁੜੀ ਸਾਡੇ ਕੋਲ ਇੱਥੇ ਹਾਂ लिपस्टिक ਦਾ ਕਲਰ ਬੜਾ ਸੋਹਣਾ ਲਿਪਸਟਿਕ ਹੈਗੀ ਆ ਬੇਬੀ ਪਿੰਕ ਲਗਾਈ ਸੀਗੀ ਉਹਦੇ ਉੱਤੇ ਮੈਂ ਲਾ ਲੀ ਵੈਸਲੀਨ ਆ ਜਿਹੜੀ ਲਿਪ ਗਾਰਡ ਹੁੰਦੀ ਆ ਉਹ ਲਗਾ ਲਈ ਉੱਤੋਂ ਮੈਂ ਨਾਲ ਫਿਲਟਰ ਤੇ ਆਪੇ ਗੁੱਡ ਹੋ ਗਈ ਰਿਐਲਿਟੀ ਤੁਸੀਂ ਬਹੁਤ ਸੋਹਣਾ ਬੋਲਦੇ ਥੈਂਕ ਯੂ ਸੋ ਮੱਚ ਬੱਚੇ ਦਿਖਾ ਦਿਓ ਯਾਰ ਨਹੀਂ ਮੈਂ ਕੁੰਡੀ ਲਈ ਆ ਖੋਲਿਆ ਨਹੀਂ ਮੈਂ ਭਜਾਤੇ ਹਾਂ ਮੁੰਡਿਆਂ ਨੂੰ ਕੁੰਡੀ ਵਰਟੇ ਪੇਪਰ ਵਰਟੇ ਵਾਲਿਆਂ ਕਿਥੋਂ ਲਈਆਂ ਹਾਂ ਇਹ ਵਾਲੀਆਂ ਮਾਸੀ ਦੀਆਂ ਮੈਂ ਇੱਕ ਦੋ ਵੀਡੀਓ ਬਣਾਈਆਂ ਫਿਰ ਉਹਦੇ ਫੇਲੇ ਤੁਸੀਂ ਕਮੈਂਟ ਕਰਿਓ ਆਪਣੇ ਹਿਸਾਬ ਨਾਲ ਫਿਰ ਆਪਾਂ ਉਥੇ ਸਟੋਰੀ ਸਟਾਰਟ ਕਰ ਦਾਂਗੇ ਹੂੰ ਉਹ ਮੇਰਾ ਸੂਟ ਨਹੀਂ ਲੱਭਾ ਮੈਨੂੰ ਮਾਸੀ ਵਾਲਾ ਫਿਰ ਮੈਂ ਆ ਹੀ ਪਾ ਲਿਆ ਫਿਰ ਮੈਂ ਇੱਥੇ ਥੋੜਾ ਜਿਹਾ ਇੱਕ ਬਣਾਤਾ ਸੀਗਾ ਵੀ ਮੈਂ ਸੂਟ ਕਿਉਂ ਪਾਇਆ ਜਿਵੇਂ ਦਾ ਹੂੰ ਤੇ ਦੀ ਸੀਰੀਅਸ ਬਹੁਤ ਕੀ ਲੀਗਾ ਜੀ ਮੈਨੂੰ ਸਾਨੂੰ ਵੀ ਕਰਵਾ ਦਿਓ ਫੋਲੋ ਨਹੀਂ ਆ ਰੋਜ਼ ਹੀ ਕਹਿ ਦਿੰਦਾ ਮੈਨੂੰ ਫੋਲੋ ਕਰਵਾ ਦਿਓ ਤੁ ਕੋ ਵੀਡੀਓ ਵੀਡੀਓ ਪਾਤ ਨੂੰ ਲੋਕ ਆ ਫੋਲੋ ਕਰਨਾ ਤੇਰੀ ਖਾਲੀ ਵੀਡੀ ਖਾਲੀ ਆਈਡੀ ਦੇ ਉੱਤੇ ਫੋਲੋ ਕੀ ਕਰਨਾ ਮੈਨੂੰ ਤੇਰੀ ਆਵਾਜ਼ ਨਹੀਂ ਆ ਰਹੀ ਛੱਡ ਘੜਾ ਮੈਂ ਘੜਾ ਕੋਈ ਇੱਥੇ ਐਸੇ ਸੁਣਾਉਂਦਾ ਜਿਹੜਾ ਤੂੰ ਮਿਸ ਕਰ ਚੱਲੇਆ ਸੂਟ ਬੋਸ ਸੁਣਾ ਪਾਇਆ ਥੈਂਕ ਯੂ ਸੋ ਮੱਚ ਹਾਈ ਮੇ ਕੋ ਗੱਲਾਂ ਲਿਖੋ ਹਾਂ ਹੂੰ ਕੋਈ ਗੱਲ ਦੇ ਟੌਪਿਕ ਤੇ ਗੱਲ ਕਰਦੇ ਆ ਆਪਾਂ ਹੂੰ ਮੈਸੇਜ ਦੇਖਦੇ ਨਹੀਂ ਨਹੀਂ ਮੈਸੇਜ ਦੇਖ ਰਹੀ ਆ ਦੇਖ ਰਹੀ ਆ ਮੈਂ ਹਾਂ ਯੂ ਆਰ ਸੋ ਕਿਊਟ ਥੈਂਕ ਯੂ ਥੈਂਕ ਯੂ ਸੋ ਮੱਚ ਜੀ ਤੁਸੀਂ ਵਲੌਗ ਵੀ ਬਣਾਇਆ ਕਰੋ ਨਹੀਂ ਵਲੌਗ ਬਣਦੇ ਫੈਮਿਲੀਆਂ ਨਾਲ ਹਾਂ ਤੇ ਜਾਂ ਫਿਰ ਉਹ ਜਿਹੜੀਆਂ ਕੁੜੀਆਂ ਜਿਹੜੀਆਂ ਕੁੜੀਆਂ ਮੁੰਡੇ ਜਿਹਦਾ ਹਸਬੰਡ ਵਾਈਫ ਉਹ ਹੁੰਦੇ ਨੇ ਜਿਹਦਾ ਹਸਬੰਡ ਹੁੰਦਾ ਨਾਲ ਇੱਕ ਜਣਾ ਕੈਮਰਾ ਫੜਦਾ ਇੱਕ ਜਣਾ ਫਿਰ ਅੱਗੇ ਅੱਗੇ ਭੱਜਦਾ ਆ ਤੇ ਫਿਰ ਉਹ ਬਣਾਉਂਦੇ ਵਲੌਗ ਹਾਂ ਮੇਰੇ ਰਗੀ ਨੇ ਆ ਐਡਾ ਵੱਡਾ ਲਾਟੂ ਲੈ ਕੇ ਕਿੱਥੇ ਘੁੰਮਾਂ ਮੈਂ ਹੂੰ ਮੈਂ ਕੱਲੀ ਕੀ ਕਰਾਂ ਮੈਂ ਉੱਥੇ ਕੱਲੀ ਕੀ ਮੈਂ ਕਿੱਦਾਂ ਵਲੌਗ ਬਣਾਵਾ ਉੱਥੇ ਤਾਂ ਜੋੜੇ-ਜੋੜੇ ਵਲੌਗ ਬਣਾਉਂਦੇ ਨੇ ਹਾਂ ਕਦੀ ਬੰਦਾ ਫੋਨ ਫੜ ਲੈਂਦਾ ਤੇ ਕਦੀ ਜਨਾਨੀ ਫੋਨ ਫੜ ਲੈਂਦੀ ਹੈ ਤੇ ਇਧਰ ਸਾਡਾ ਤਾਂ ਬੰਦਾ ਵਿਹਲਾ ਹੀ ਨਹੀਂ ਆਏਗਾ ਤੇ ਜਵਾਕ ਮੇਰੇ ਕਦੀ ਆਉਣੂ ਤੇ ਕਦੀ ਆਉਣੂ ਟੱਪ ਕੇ ਸਾਡਾ ਰਿਪਲਾਈ ਨਹੀਂ ਕਰਦੇ ਹਾਂ ਕਰਦੀਆਂ ਰਿਪਲਾਈ ਤੁਸੀਂ ਕੋਈ ਗੱਲ ਲਿਖੋ ਆਪਾਂ ਗੱਲਾਂ ਕਰਦੇ ਆਂ ਹੂੰ ਇਹ ਲਾ ਮਰਦੇ ਰੈਂਜ ਨਾਲ ਤਾਂ ਮੈਂ ਪਹਿਲਾਂ ਵੀ ਟੌਪਿਕ ਬੋਲ ਦਿੱਤਾ ਆ ਫਿਰ ਬੋਰ ਹੋ ਜਾਂਦੇ ਨੇ ਲੋਕ ਹਾਂ ਪਿਛਲੀ ਵੀਡੀਓ ਦੇ ਵਿੱਚ ਬੋਲਿਆ ਸੀ ਮੈਂ ਇਹਦੇ ਤੇ ਨੋਂ ਸਾਸਤੇ ਕਰੋ ਗੱਲ ਇਹ ਤੁਮਰਾ ਘਾਟੜਾਉਣਾ ਹੀ ਲੈ ਆਂਦੇ ਹੂੰ ਸੱਚੀ ਆ ਨਿਕਲਦੀਆਂ ਮੁੜ ਕੇ ਮੂੰਚ ਹਾਂ ਤੁਹਾਡਾ ਨੇਚਰ ਬਹੁਤ ਵਧੀਆ ਥੈਂਕ ਯੂ ਸੋ ਮੱਚ ਥੈਂਕ ਯੂ ਵਾਲੀਆਂ ਬੜੀਆਂ ਭਾਵੀਆਂ ਬਾਈਆਂ ਲੱਗਦੀਆਂ ਵੇ ਤੂੰ ਮੁੰਡਾ ਹੋ ਕੇ ਗੱਲਾਂ ਕਰਦਿਆ ਹੈ ਹੈ ਹਾਂ ਮੈਂ ਕਿ ਦਸ ਨਿਆਰੇ ਤਾਂ ਬਣਵਾਈਆਂ ਨੇ ਇੱਥੋਂ ਲਈਆਂ ਹੀ ਗਿਆ ਛੋਪ ਤਾਂ ਜੋ ਦਿੱਲੀ ਕਾਂਡ ਹੋਇਆ ਉਹ ਗੱਲ ਪਿਛੇ ਵੀਡੀਓ ਵੇਖਿਆ ਵੇ ਵੀਰ ਕਰ ਲਈ ਗੱਲ ਅਸੀਂ ਉਹਦੇ ਤੇ ਤੂੰ ਲੇਟ ਹੋ ਗਿਆ ਮੇਰਾ ਵੀਰ ਹਾਂ ਵਿਆਗਰਾ ਦੋ ਤੇ ਤੂੰ ਮੇਰੇ ਭਾਬੀ ਕਾ ਲਿਖਦਾ ਹੀ ਵੇ ਕਮੈਂਟਾਂ ਦੇ ਵਿੱਚ ਹੂੰ ਬਾਬਾ ਜੀ ਦੀ ਫੋਟੋ ਲਾਈ ਏ ਧੀ ਸੋਣੀ ਮੈਂ ਤੇਰੀ ਭਾਬੀ ਕਿਦਰੋਂ ਲੱਗਦੀ ਆ ਨੈਕਸਟ ਟਾਈਮ ਪੋਨੀ ਪੋਨੀ ਨਹੀਂ ਮੈਨੂੰ ਸੂਟ ਕਰਦੀ ਹੂੰ ਬੂਥਾ ਬੜਾ ਵੱਡਾ ਲੱਗਦਾ ਉਹਦੇ ਚ ਹੂੰ ਸਕੂਲ ਟਾਈਮ ਦੀ ਕੋਈ ਗੱਲ ਕਰੋ ਸਕੂਲ ਟਾਈਮ ਦਾ ਕੋਈ ਖਾਸ ਇਤਨੀ ਨਹੀਂ ਹੈ ਇਹ ਮੈਂ ਬ੍ਰੀ ਕਿ ਕੰਨਾਂ ਨੂੰ ਮਹਿਸੂਸ ਨਹੀਂ ਹੁੰਦੇ ਆ ਵੀ ਅੱਛਾ ਛਾ ਹਾਂ ਨਹੀਂ 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 ਇਹ ਸਸਤੀਆਂ ਜੀਆਂ ਦੇ ਹੌਲੀਆਂ ਜੀਆਂ ਨੇ ਵੀਡੀਓ ਬਣਾ ਲਈਆਂ ਸੀ ਇਹ ਮੈਂ ਤੁਹਾਨੂੰ ਗੱਲ ਕਹਿਣੀ ਸੀ ਇੱਕ ਵੀ ਮੈਂ ਬੋਲ ਦਿੰਨੀ ਆ ਤੁਹਾਡੇ ਕਮੈਂਟ ਬਹੁਤ ਲੇਟ ਆਉਂਦੇ ਆ ਮਤਲਬ ਆ ਨਹੀਂ ਮੈਨੂੰ ਕੰਮ ਸਹੀ ਲੱਗਦਾ ਇਹਨਾਂ ਦਾ ਇੰਸਟਾਗ੍ਰam ਵਾਲਾ ਅੱਜ ਰੋਟੀ ਘਾਲੋ ਸਾਗਣਾ ਅਏ ਪਰਸੋ ਸਾਗ ਮੁਕਾਇਆ ਹੀ ਹੈ ਜੀ ਹਮ ਅੱਜ ਰਾਤੀ ਹੀ ਅਮਰਤੀ ਬਣਾਈ ਆ ਕਿਰਪਾ ਕਰਕੇ ਬਜ਼ੁਰਗ ਇਸ ਲਾਈਵ ਤੋਂ ਦੂਰ ਰਹਣ ਰਹੀ। ਇਹ ਕਿਹੜੇ ਬਜ਼ੁਰਗ ਬਜ਼ੁਰਗਾਂ ਨੂੰ ਕਾਹਤੋ ਕਹਿਨਾਵੇਂ? ਇੰਗਲੈਂਡ ਦੇ ਵਿੱਚ दारू ਦੇ ਠੇਕੇ ਅੰਤ੍ਰਿਤ दारु। ਇੱਥੇ ਠੇਕੇ ਖੁੱਲੇ ਰਹਿੰਦੇ ਨੇ। ਹਾਂ। ਖੱਪ ਕਰੀ ਜਾ ਹੋਰ ਕੁਛ ਨਹੀਂ। ਕੀ ਕਰੀਏ ਹੋਰ? ਕੌਣ ਬਣੂਗਾ ਸੀਐਮ? ਵੇ ਬਣਾ ਦਿਓ ਕੋ ਟੰਗ ਦਾ। ਹੂੰ। ਆ ਲਉ ਪੀਣੇ ਨਾਲ ਹੁਣ ਬਣਾਇਆ ਜੇ ਜਿਹੜੇ ਪਹਿਲਾਂ ਬਣ ਬਣ ਕੇ ਗਏ ਨੇ ਇਹਨਾਂ ਨੂੰ ਹਿਸਾਬ ਜੇ ਆ ਗਿਆ ਕਿਤਾ ਪੈਸੇ ਖਾਣੇ ਨੇ ਹਾਂ ਹੁਣ ਨਵਾਂ ਜਿਹਾ ਬਣਾਉ ਜਿਹਨੂੰ ਇਹਨਾਂ ਹਿਸਾਬ ਨਹੀਂ ਹੈਗਾ ਪੈਸੇ ਖਾਣ ਦਾ ਹਾਂ ਜਿਹਨੂੰ ਚਲੋ ਨੇ ਸਿੱਖਣਾ ਚਲੋ ਆਪਾਂ ਲਾ ਦਾਂਗੇ ਉਹਨੂੰ ਪੰਜ ਸਾਲਾਂ ਨੂੰ ਫੇਰ ਹੂੰ ਕੀ ਕਹਿੰਦੇ ਜੇ ਮੈਂ ਕੀ ਕਹਿੰਨੀ ਆ ਹੂੰ ਮੈਂ ਬਣ ਗਿਆ ਸੀ ਐਮ ਤੂੰ ਮੋਟਰਸਾਈਕਲ ਤੋਂ ਉੱਤਰ ਪਹਿਲਾਂ ਸੱਲ ਲੈ ਸੀਐਮ ਬਣ ਗਿਆ ਕੌਣ ਬਣੇਗਾ ਬਕਰੋੜਪਤੀ ਹਾਂ ਉਹ ਵੋਟਾਂ ਦੇ ਵਿੱਚ ਸੀਐਮ ਨਹੀਂ ਬੰਨਾ ਉਹਨਾਂ ਨੇ ਕਰੋੜਪਤੀ ਬੰਨਾ ਹੈ ਸੁਸਾਬ ਲਾਇਆ ਜੇ ਵੀ ਕਿੰਨੂੰ ਬਣਾਈਏ ਆਪਾਂ ਤੇ ਜਿਹਨੂੰ ਵੀ ਬਣਾਉਣਾ ਨਾ ਉਹ ਟੰਗ ਦਾ ਜ ਬਣਾਇਆ ਜੇ ਵੀ ਜਿਹਨੂੰ ਇੱਡੀ ਐਡਾ ਖਾਸ ਪਤਾ ਨਹੀਂ ਹੈਗਾ ਪੈਸੇ ਪੂਸੇ ਖਾਂਦਾ ਮੈਂ ਬਣੂੰਗਾ ਸੀਐਮ ਅੱਜ ਦੀ ਗੱਡੀ ਨੂੰ ਮੋੜ ਕੇ ਆ ਪਹਿਲਾਂ ਵੇ ਮੈਂ ਬਣੂੰਗਾ ਸੀਐਮ ਸਾਰੇ ਕਹਿੰਦੇ ਮੈਂ ਬੜੂੰਗਾ ਸੀਐਮ ਮੈਂ ਬੜੂੰਗਾ ਬਾਂਝੋ ਹਾਂ ਫਿਰ ਵੇਲਾ ਘੜ ਵੇਂਦੇ ਜੇ ਦੀ ਤੁਸੀਂ ਬਹੁਤ ਕਿਉਂ ਥੈਂਕ ਯੂ ਦੀ ਤੁਸੀਂ ਕੀ ਲਈ ਹੈ ਇੱਕ ਤਾਂ ਤੜਾ ਰਿਐਕਸ਼ਨ ਬਹੁਤ ਲੇਟ ਆਉਂਦਾ ਮੈਨੂੰ ਆਪਣੇ ਆਪ ਤੋਂ ਸ਼ਰਮ ਜੀ ਆਉਣ ਲੱਗ ਜਾਂਦੀ ਹੈ ਫਿਰ ਨੀ ਟੂ ਸ਼ਟਰ ਵਾਲੇ ਨੂੰ ਬਣਾ ਦੋ ਮੈਂ ਤਾਂ ਕਿੰਨੀ ਬਣਾ ਦੋ ਉਹਨੂੰ ਹਾਂ ਜਿੱਧਰ ਨੂੰ ਤੋਰਾਂ ਕਿ ਉਧਰ ਨੂੰ ਤੁਰ ਪੈਣਾ ਉਹਨੇ ਆਪਣੇ ਨਾਲ ਹੈਂ ਕੀ ਖਿਆਲਿਆ ਮੇਰਾ ਕਮੈਂਟ ਤਾਂ ਦੇਖਦੇ ਨਹੀਂ ਚੀਮੇ ਨੂੰ ਬਣਾ ਦੋ ਸੀਐਮ ਜਾਂ ਚੀਮੇ ਨੂੰ ਬਣਾ ਦੋ ਜਾਂ ਜੀਟੂ ਸ਼ਟਰਾਂ ਵਾਲੇ ਨੂੰ ਬਣਾ ਦੋ ਮੈਂ ਤਾਂ ਕਿੰਨੀ ਆ ਹੂੰ ਇਹਨਾਂ ਨੂੰ ਆਪਾਂ ਲਾ ਲਾਂਗੇ ਆਪਣੇ ਨਾਲ ਮਗਰ ਲਾ ਲਾਂਗੇ ਲੱਗ ਜਾਂਦੇ ਵਿਚਾਰੇ ਰਿਐਕਸ਼ਨ ਤਾਂ ਅਗਰ ਲੇਟ ਆਉਂਦਾ ਸਿਆਪਾ ਆ ਨਾ ਦਿਨ ਆਉਣੇ ਜਿਹੇ ਮੈਸੇਜ ਫਿਰ ਸਵਾਲ ਆਉਂਦਾ ਗੱਲ ਕਰਨ ਦਾ ਬੀਬੀ ਰਣਜੀਤ ਕੋਨ ਬਣਾ ਦੋ ਨਹੀਂ ਨਹੀਂ ਆ ਨਿਊ ਟੂ ਸ਼ਟਰਾਂ ਵਾਲਾ ਫਿਰ ਵੀ ਗੁੱਡ ਆ ਸੁਣ ਲੈਂਦਾ ਗੱਲ ਨੂੰ ਥੈਂਕ ਯੂ ਸੋ ਮੱਚ ਆਵਾਜ਼ ਨਹੀਂ ਆਉਂਦੀ ਆਂਦੀ ਆਵੇ ਕਵਾਲੀਫਿਕੇਸ਼ਨ ਕੀ ਹੈ ਤੁਹਾਡੀ ਜਿਹੜੀ ਦੀ ਸਪੈਲਿੰਗ ਲਿਖੀ ਨਾ ਕੁਆਲਿਫਿਕੇਸ਼ਨ ਦੀ ਇੰਨੀ ਕਿ ਮੇਰੀ ਹੈ ਬਸ ਹਾਵ ਲਾ ਲਓ ਨੀਤੂ ਨੀਟੂ ਨੀ ਜ਼ੋਂ ਦਾ ਕੀ ਕਹਿੰਦੇ ਪੈਨੇ ਬਾਬੀ ਚੁੰਮਾ ਵਾਹੇ ਰੱਬਾ ਮੇਰੇ ਮਰਨੇ ਨਾ ਹੁੰਦਾਂ ਅੰਤ੍ਰਿਓ ਹਾਂ ਫ ਤਾਂ ਲਿਖੀ ਜਾਂਦੇ ਜੇ ਐ ਆ ਤਾਂ ਲਿਖੀ ਜਾਂਦੇ ਜੇ ਤੇ ਮੈਨੂੰ ਇਥੇ ਮੇਰਾ ਸ਼ਬਦ ਆਣਾ ਇਥੇ ਬੂਤਾ ਆ ਮੈਂ ਨੀ ਆਮਤਰੇ ਮਮਾ ਬਹੁਤ ਖੁਸ਼ ਹੁੰਦੇ ਆਂ ਤੁਹਾਡੀਆਂ ਵੀਡੀਓ ਦੇਖ ਕੇ ਥੈਂਕ ਯੂ ਸੋ ਮੱਚ ਖੁਸ਼ ਰਹਾ ਕਰੋ ਐ ਮੈਂ ਤਾਂ ਇੱਕ ਗੱਲ ਦੱਸਦੀ ਆ ਇੱਥੇ ਨਾ ਜਿਹੜਾ ਇੰਸਟਾਗ੍ਰam ਆ ਨਾ ਉਹ ਸਾਰਿਆਂ ਨੂੰ ਨਹੀਂ ਚਲਾਉਣਾ ਆਉਂਦਾ ਕਈਆਂ ਨੂੰ ਲੱਗਦਾ ਵੀ ਅਸੀਂ ਇੰਸਟਾਗ੍ਰam ਕਰ ਲਿਆ ਹਾਂ ਡਾਊਨਲੋਡ ਤੇ ਅਸੀਂ ਹੁਣ ਜੋ ਮਰਜੀ ਗੰਦਪੱਲ ਇੱਥੇ ਕਰ ਸਕਦੇ ਆ ਆਪਣਾ ਕਿਸੇ ਨੂੰ ਵੀ ਟੌਰਚਰ ਕਰ ਸਕਦੇ ਕਿਸੇ ਨੂੰ ਵੀ ਬੁਲੀ ਕਰ ਸਕਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾਗਾ ਕਿ ਜਿਹੜਾ ਇੰਸਟਾਗ੍ਰam ਦੀ ਜਿਹੜੀ ਜਿਹੜੀ ਸਿਕਿਉਰਿਟੀ ਹੈ ਨਾ ਬਹੁਤ ਟਾਈਟ ਆ ਬੰਦਾ ਜੇ ਲੱਭਣ ਤੇ ਲੱਗ ਜੇ ਨਾ ਮਿੰਟ ਚ ਲੱਭ ਜਾਂਦਾ ਇੱਕ ਰਿਪੋਰਟ ਦੇਣ ਦੀ ਕੋਸ਼ਿਸ਼ ਕਰਨੀ ਹੁੰਦੀ ਬਸ ਕਿ ਹਾਂ ਰਿਪੋਰਟ ਕਰੋ ਤੇ ਬੰਦਾ ਲੱਭ ਜਾਂਦਾ ਹੂੰ ਤਾਂ ਮੈਂ ਤੁਹਾਨੂੰ ਇਹ ਕਹਦਾ ਕਿ ਸੱਚੀ ਇੱਥੇ ਨਾ ਬਹੁਤ ਜਲਦੀ ਬੰਦਾ ਲੱਭ ਜਾਂਦਾ ਮੈਨੂੰ ਲੱਗਦਾ ਆ ਨਾ ਦਜਾ ਫੇਕ ਆਈਡੀਆਂ ਨੇ ਸੱਚੇ ਗੁਰੂਆਂ ਮਹਾਰਾਜਾਂ ਦੀਆਂ ਫੋਟੋਆਂ ਲਾ ਲਾ ਕੇ ਕਿੰਨਾ ਗੰਦ ਪਾਉਂਦੇ ਨੇ ਸੱਚੇ ਫਿਰ ਸੱਚਾਈ ਬੋਲਦੇ ਨੇ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਹਾਂਜੀ ਮੈਂ ਇਹ ਸੁਲਤਾਨਪੁਰ ਲੋਧੀ ਤੋਂ ਕਰਦੀ ਹਾਂ ਤੁਸੀਂ ਗੱਲਾਂ ਨਹੀਂ ਲਿਖਦੇ ਪੈਂ ਗੱਲਾਂ ਲਿਖੋ ਜਿਹਦੇ ਟਾਪਿਕ ਕਰੀਏ ਕਿੰਨੀ ਕਰਨੀ ਹੁੰਦੀ ਰਿਪੋਰਟ ਕਿੰਨੀ ਕਰਨੀ ਹੁੰਦੀ ਰਿਪੋਰਟ ਸਮਝ ਨਹੀਂ ਆਈ ਮੇਰੀ ਮੰਮੀ ਵਾਰ-ਵਾਰ ਪੁੱਛਦੀ ਸੀ ਤੁਹਾਡੇ ਬਾਰੇ ਅਸੀਂ ਨਹੀਂ ਫੇਕ ਦੀ ਦੀ ਹਾਂ ਨਹੀਂ ਸਹੀ ਰਵੋ ਤੁਸੀਂ ਕਈਆਂ ਨੂੰ ਲੱਗਦਾ ਕਿ ਅਸੀਂ ਅਰੀਜਨਲ ਆਈਡੀ ਬਣਾ ਕੇ ਨਾ ਮਤਲਬ ਕਿ ਤੇ ਅਸੀਂ ਇੱਥੇ ਜੋ ਮਰਜ਼ੀ ਕਰ ਲਈਏ ਇੰਸਟਾਗ੍ਰam ਦਾ ਮੈਂ ਸਾਬ ਲਾਇਆ ਇੰਸਟਾਗ੍ਰam ਦੇ ਉੱਤੇ ਮੈਂ ਦੋ ਬੰਦੇ ਫੜੇ ਸੀ ਇਹ ਅੱਜ ਮੈਂ ਉਦੋਂ ਮੇਰੀ ਇੱਕ ਆਈਡੀ ਸੀਗੀ ਜਿਹਦੇ ਵਿੱਚ ਮੈਂ ਇੱਕ ਆਈਡੀ ਬਣਾ ਕੇ ਤੇ ਤੁਸੀਂ ਚਿਕਨ ਖਾਂਦੇ ਹੋ ਨਹੀਂ ਨਹੀਂ ਮੈਂ ਵੈਜੀਟੇਰੀਅਨ ਐ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਮੈਂ ਤੁਹਾਨੂੰ ਗੱਲ ਦੱਸਦੀ ਆ ਮੇਰੇ ਨਾਲ ਇੱਕ ਆਈਡੀ ਸੀ ਤੇ ਉਹਦੇ ਵਿੱਚ ਨਾ ਮੈਂ ਨਾ ਉਦੋਂ ਇੰਸਟਾ ਇੰਸਟਾ ਕਿਸੇ ਨੇ ਮਤਲਬ ਸਾਡੇ ਮਤਲਬ ਰਿਸ਼ਤੇਦਾਰਾਂ ਦੇ ਵਿੱਚ ਕਿਸੇ ਨੇ ਕਿਹਾ ਕਿ ਇੰਸਟਾ ਚਲਾ ਲਓ ਇੰਸਟਾ ਮੈਨੂੰ ਇੰਸਟਾ ਦਾ ਪਤਾ ਨਹੀਂ ਇੰਨਾ ਅੱਜ ਤੋਂ 4-5 ਸਾਲ 6 ਸਾਲ ਪਹਿਲਾਂ ਦੀ ਗੱਲ ਆ ਤੇ ਮੈਂ ਸੋਚਿਆ ਵੀ ਚੱਲ ਵੀ ਬਣਾ ਲੈਣੀ ਆ ਇੰਸਟਾ ਮੈਂ ਆਈ ਇੰਸਟਾ ਤੇ ਮੈਂ ਆਪਣੀ ਫੋਟੋ ਫੋਟੋ ਜਿਲਾਈ ਤੇ ਮਾਦਰ ਜਮ ਫੋਟੋ ਵੀ ਆਪਣੀ ਜਿੱਦਾਂ ਮੈਂ ਫੁੱਲ ਨਹੀਂ ਲਾਈ ਆਪਣੀਆਂ ਲੱਤਾਂ ਲੁੱਤਾਂ ਦੀ ਜੁੱਤੀ ਜਿੱਤ ਦੀ ਫੋਟੋ ਲਾਈ ਸੀ ਕੱਲੀ ਤੇ ਇਹ ਤੇ ਉਹ ਨਾ ਇਹ ਮੈਨੂੰ ਉਹਨਾਂ ਨੇ ਕੀ ਕੀਤਾ ਕਿ ਮੈਂ ਉਹ ਬਣਾ ਕੇ ਮੁਰਕੇ ਮੈਂ ਚੱਲ ਗਈ ਉੱਥੇ ਉਹਨੂੰ ਕੁਛ ਕੀਤਾ ਹੀ ਨਹੀਂ ਮੈਂ ਮਤਲਬ ਇਨੀ ਯੂਜ਼ ਨਹੀਂ ਕੀਤੀ ਤੇ ਮੈਂ ਕੰਮ ਕੋ ਮਿਲਦਾ ਲੱਗ ਗਈ ਤੇ ਮੈਂ ਬੰਦ ਹੀ ਕਰ ਦਿਆਤੀ ਆਈਡੀ ਮਤਲਬ ਯੂਜ਼ ਹੀ ਨਹੀਂ ਕੀਤੀ ਬੰਦ ਨਹੀਂ ਕੀਤੀ ਯੂਜ਼ ਨਹੀਂ ਕੀਤੀ ਤੇ ਕਿਸੇ ਨੇ ਨਾ ਮੇਰੀ ਸੇਮ ਆਈਡੀ ਬਣਾ ਕੇ ਨਾ ਸੇਮ ਫੋਟੋ ਲਾ ਕੇ ਤੇ ਆਈਡੀ ਬਣਾ ਕੇ ਤੇ ਮੇਰੀ ਫੋਟੋ ਜਿਹੜੀ ਮੇਰੀ ਲੱਗੀ ਸੀ ਨਾ ਡੀਪੀ ਉਹ ਹੀ ਡੀਪੀ ਆਪਦੇ ਇੰਸਟਾ ਤੇ ਲਾ ਲਈ ਉਹਦੇ ਤੇ ਡੀਪੀ ਤੇ ਲਾ ਲਈ ਤੇ ਮੈਨੂੰ ਕਿਸੇ ਨੇ ਇਦਾਂ ਮੇਰੇ ਰਿਸ਼ਤਦਾਰਾਂ ਦੇ ਵਿੱਚੋਂ ਕਿਸੇ ਨੇ ਭੇਜੀ ਮੈਨੂੰ ਕਿ ਤੁਹਾਡੀ ਆਈਡੀ ਆ ਤੁਹਾਡੀ ਫੋਟੋ ਤੇ ਤੁਹਾਡੀ ਆ ਮਤਲਬ ਇਹ ਕਿੰਨੇ ਲਾਈ ਆ ਤੇ ਮੈਂ ਆਖਿਆ ਵੀ ਮੈਨੂੰ ਨਹੀਂ ਪਤਾਗਾ ਮੈਂ ਆਈ ਦੇ ਇੰਸਟਾ ਵਾਲਿਆਂ ਨੂੰ ਰਿਪੋਰਟ ਕਰ ਦਿੱਤੀ ਵੀ ਮੇਰੀ ਆਏ ਕਿਸੇ ਨੇ ਫੋਟੋ ਯੂਜ਼ ਕੀਤੀ ਆ ਮੇਰੀ ਈਮੇਜ ਯੂਜ਼ ਕੀਤੀ ਆ ਇਹਦੇ ਉੱਤੇ ਤੇ ਉਹਨਾਂ ਨੇ 2 ਸਿਕੰਡਾਂ ਦੇ ਵਿੱਚ ਬੰਦਾ ਲੱਭ ਲਿਆ ਮੈਂ ਉਹਦਾ ਵੈਹੀ ਕੀਤੀ ਮੈਂ ਮੇਰੇ ਕੋਲ 5 5 ਕੋਈ 10 15 ਫੋਲੋਅਰ ਉਹ ਵੀ ਆਪਣੇ ਆਪਣੇ ਘਰ ਦੇ ਘਰ ਦੇ ਸੀਗੇ ਤੇ ਮੈਂ ਇਹਨੂੰ ਯੂਜ਼ ਨਹੀਂ ਕਰਦੀ ਸੀ ਮੈਂ ਜਸਟ ਰਿਪੋਰਟ ਮਾਰੀ ਉਹਨਾਂ ਨੂੰ ਮੈਂ ਵੀ ਆ ਆਈਡੀ ਆ ਆ ਸਕਰੀਨਸ਼ਾਟ ਲਿਆ ਉੱਥੇ ਰਿਪੋਰਟ ਫਾਰਮ ਭਰਿਆ ਇੰਸਟਾਗ੍ਰam ਵਾਲਿਆਂ ਨੂੰ ਠੀਕ ਆ ਉਹਨਾਂ ਨੂੰ ਈਮੇਲ ਕੀਤੀ ਚੱਲ ਜੀ ਉਹਨਾਂ ਨੇ ਬੰਦਾ ਫੜ ਲਿਆ ਉਹ ਬੰਦਾ ਸਾਡੇ ਘਰ ਦਾ ਨਿਕਲਿਆ ਬਾਅਦ ਚੋਂ ਰਿਸ਼ਤਰੀ ਦੇ ਵਿੱਚ ਗਾਂ ਦੀ ਗਾਂ ਜਦਾਂ ਮਤਲਬ ਮਾਸਤੀ ਦਾ ਗਾਂ ਮਤਲਬ ਦੁੱਤਾ ਦੁੱਤ ਨਿਕਲੇ ਗਾਂ ਤੇ ਮਹੱਲਾ ਮੈਂ ਆ ਦੇਖ ਲੋ ਤੇ ਮੈਂ ਕਹਾ ਇੱਥੇ ਲੋਕਾਂ ਨੂੰ ਲੱਗਦਾ ਵੀ ਅਸੀਂ ਆਈਡੀਆ ਬਣਾ ਕੇ ਨਾ ਤੁਸੀਂ ਜੋ ਮਰਜ਼ੀ ਕਰਦੇ ਰਵਾਂਗੇ ਸਾਨੂੰ ਲੱਭਿਆ ਨਹੀਂ ਜਾਣਾ ਹਾਂ ਜਦੋਂ ਤੁਹਾਡੇ ਕੋਲ ਫੋਲੋਅਰ ਜ਼ਿਆਦਾ ਹੁੰਦੇ ਨਾ ਤੁਹਾਨੂੰ ਮਤਲਬ ਕਿ ਤੁਹਾਨੂੰ ਇੰਸਟਾਗ੍ਰam ਜਿਹੜੇ ਹੈ ਨਾ ਕਾਫੀ ਚੀਜ਼ਾਂ ਦਿੰਦਾ ਹੈ ਜਦਾਂ ਮਤਲਬ ਕਿ ਤੁਸੀਂ ਕਿੰਨੇ ਤਰੀਕੇ ਨਾਲ ਤੁਸੀਂ ਕਿ ਕਿਦਾਂ ਆਪਣੇ ਇੰਸਟਾਗ੍ਰam ਨੂੰ ਸਿਕਿਉਰ ਕਰ ਸਕਦੇ ਹੋ ਕਿਉਂਕਿ ਤੁਹਾਡਾ ਪਬਲਿਕ ਅਕਾਊਂਟ ਹੁੰਦਾ ਹੈ ਤਾਂ ਤੁਹਾਨੂੰ ਜ਼ਿਆਦਾ ਸਿਕਿਉਰਿਟੀ ਦੀ ਜ਼ਰੂਰਤ ਹੁੰਦੀ ਆ ਠੀਕ ਹੈ ਦੇ ਵੱਲ ਉਹ ਜਿਹੜੀ ਨਾਮ ਕਿਉਂ ਰੱਖਿਆ ਇਹ ਮੇਰੀ ਵੀਰ ਪਿਛਲੀ ਆਈਡੀ ਚੈੱਕ ਕਰ ਲਈ ਮਤਲਬ ਆਈਡੀ ਨਹੀਂ ਵੀਡੀਓ ਚੈੱਕ ਕਰ ਲਈ ਤੇ ਉਹ ਉਹ ਇੰਸਟਾਗ੍ਰam ਵਾਲੇ ਸਾਨੂੰ ਹਮੇਸ਼ਾ ਨੋਟੀਫਿਕੇਸ਼ਨ ਭੇਜਦੇ ਆ ਕਿ ਤੁਹਾਡੀ ਆਈਡੀ ਜਿਹੜੀ ਆ ਉਹ ਪਬਲਿਕ ਆ ਔਰ ਤੁਹਾਨੂੰ ਜਿਆਦਾ ਸਿਕਿਉਰਿਟੀ ਦੀ ਜ਼ਰੂਰਤ ਹੈ ਤੁਹਾਨੂੰ ਕੋਈ ਬੁਲੀ ਕਰਦਾ ਜਾਂ ਤੁਹਾਨੂੰ ਕੋਈ ਗੰਦਾ ਕਮੈਂਟ ਕਰਦਾ ਜਾਂ ਤੁਹਾਨੂੰ ਕੋਈ ਮੈਸੇਜ ਕਰਦਾ ਆ ਤੁਸੀਂ ਆ ਚੀਜ਼ ਨੂੰ ਰਿਪੋਰਟ ਕਰ ਸਕਦੇ ਅਸੀਂ ਤੁਹਾਡੇ ਅ ਤੁਹਾਨੂੰ ਅਸੀਂ ਇਸ ਜੀ ਤੇ ਸਪੋਰਟ ਕਰਾਂਗੇ ਬਹੁਤ ਸਪੋਰਟ ਕਰਦੇ ਆ ਠੀਕ ਆ ਤੇ ਇਨਾਂ ਨੂੰ ਲੱਗਦਾ ਹੀ ਵੀ ਅਸੀਂ ਅਨਪੜ੍ਹ ਜਨਤਾ ਇੱਥੇ ਬੈਠੀ ਹੁੰਦੀ ਕਈ ਵਿੱਚ ਠੀਕ ਐ ਤੇ ਉਹਨਾਂ ਨੂੰ ਲੱਗਦਾ ਵੀ ਅਸੀਂ ਇੱਥੇ ਬੋਲ ਕੇ ਚੱਲ ਜਾਾਂਗੇ ਇਹ ਲੱਭੇ ਨਾਣਾ ਤੁਸੀਂ ਜਿੱਥੇ ਮਰਜੀ ਬਹਿ ਜਾਓ ਤੁਹਾਨੂੰ ਲੱਭ ਲੈਣਾ ਇੰਸਟਾਗ੍ਰਾਮ ਨੇ ਹੂੰ ਚਲ ਛੱਡੋ ਬਹਿਣਾ ਪੈਣੀ ਇੰਡੀਆ ਕਾ ਦੋ ਆਣਾ ਹਾਂਜੀ ਜਲਦੀ ਆਵਾਂਗੇ ਹਮੇਂ ਜੇ ਇੰਡੀਆ ਆਵਾਂ ਤਾਂ ਕਿੱਦਾਂ ਮਿਲੂੰਗੀ ਤੁਹਾਨੂੰ ਸਾਰਿਆਂ ਨੂੰ ਤੁਸੀਂ ਤਾਂ ਕਿਤੇ ਕੋਈ ਕਿਤੇ ਰਹਿੰਦਾ ਕੋਈ ਕਿਤੇ ਰਹਿੰਦਾ ਹੂੰ ਕੀ ਖਿਆਲਿਆ ਪੰਜਾਬੀ ਮੂਵੀ ਵਿੱਚ ਆਣਾ ਚਾਹੀਏ ਚਾਹੀਏ ਹਾਂ ਟੈਗ ਕਰਿਆ ਕਰੋ ਗਿੱਪੀ ਭਾਜੀ ਹੋਰਾਂ ਨੂੰ ਹੂੰ ਮੇਰੀਆਂ ਵੀਡੀਓ ਦੇ ਵਿੱਚ ਟੈਗ ਕਰ ਦਿਆ ਕਰੋ ਉਹਨਾਂ ਨੂੰ ਸਨੋ ਪੈਂਦੀ ਐ ਇੱਥੇ ਕਿੱਥੇ ਸਨੋ ਪੈਂਦੀ ਵੇ ਹੈਲੋ ਦੀ ਹੈਲੋ ਕੌਰ ਸਰ ਹੈਲੋ ਪੰਜਾਬੀ ਮੂਵੀ ਪੱਕੀ ਤੋੜੀ ਇੱਕ ਹੇ ਮੂਵੀ ਮਾਵਿਆਂ ਵਾਲਾ ਨਹੀਂ ਅਜੇ ਕੰਮ ਹੈਗਾ ਸੀ ਆ ਜਾਾਂਗੇ ਸਲਤਨਪੁਰ ਹਾਂ ਨਹੀਂ ਜਲੰਧਰ ਤੱਕ ਤਾਂ ਮੈਂ ਆ ਜੂੰਗੀ ਕੋਈ ਚੱਕਰ ਨਹੀਂ ਆ ਥੈਂਕ ਯੂ ਸੋ ਮੱਚ ਹੇਅਰ ਸਟਾਈਲਸ ਵਾਲਾ ਰੇਨ ਪੈ ਰਹੀ ਓਕੇ ਚੰਡੀਗੜ੍ਹ ਆਜੋ ਹਾਂ ਉਹੀ ਤੇ ਮੈਂ ਕਹਿਣ ਦਈਆਂ ਵੀ ਜੇ ਮੈਂ ਇੰਡੀਆ ਆਉਂਦੀ ਇੰਡੀਆ ਸੁਖਣਾ ਆਪਣਾ ਹੁਣ ਪੰਜਾਬ ਬਹੁਤ ਵੱਡਾ ਆ ਕਿੱਧਰ ਕਿੱਧਰ ਜਾਉਂਗੀ ਸੋਹਣੇ ਲੱਗ ਰਿਹਾ ਸੂਰਜ ਥੈਂਕ ਯੂ ਸੋ ਮੱਚ ਪਰਮਕੌਰ ਪੈਨੇ ਕਮੈਂਟ ਵੀ ਰੀਡ ਕਰੋ ਤੁਹਾਡਾ ਹੀ ਪੜਿਆ ਕਮੈਂਟ ਮੈਂ ਹੁਣੇ ਹਜੇ ਦਰਬਾਰ ਸਾਹਿਬ ਆ ਜਾਗੇ ਸਾਰੇ ਜਾਣਿਆ ਸੀ ਹਾਂ ਨਹੀਂ ਆਈਡੀਆ ਤਾਂ ਗੁੱਡ ਏ ਉਦਾਂ ਆਜੋ ਬਤੇ ਸਾਰੇ ਜਣੇ ਦਰਬਾਰ ਸਾਹਿਬ ਹਾਂ ਹਾਂ ਗੋਲਡਨ ਟੈਂਪਲ ਨੂੰ ਦਰਬਾਰ ਸਾਹਿਬ ਕਹਿੰਦੇ ਨੇ ਇੰਡੀਆ ਆ ਕੇ ਪ੍ਰੋਗਰਾਮ ਰੱਖ ਲਿਓ ਉੱਥੇ ਹਾਂ ਆ ਤਾਂ ਖਰਚੇ ਲਗਾਂ ਦਾਸਦਾ ਵੇ ਪ੍ਰੋਗਰਾਮ ਰੱਖ ਲੋ ਕਿੰਨਾ ਉੱਥੇ ਆ ਜਾਗੇ ਅਸੀਂ ਮੈਂ ਤਿੰਨ ਵਾਰ ਮੈਸੇਜ ਕੀਤਾ हाय सॉरी। ਜਦੇਰ ਪੁਟੂਤਰ ਕੋ ਉਥੇ ਆ ਜਾਾਂਗੇ। 에어ਪੋਰਟ ਵਾਲੀ ਸਟੋਰੀ ਵੀ ਮੈਂ ਦੱਸਤੀ ਸੀਗੀ। ਮੈਂ 에어ਪੋਰਟ ਰਿਪੋਰਟ ਨਹੀਂ ਮੈਂ ਸੱਦਣਾਗਾ ਤੁਹਾਨੂੰ ਠੀਕ ਹੈ। 에 에어ਪੋਰਟ ਦੇ ਮੈਂ ਹੀ ਟੱਚਿੰਗਾਂ ਲਾਉਣੀਆਂਗੇ ਤੁਹਾਨੂੰ ਵੇਖਾਂਗੇ। 에 ਇੰਡੀਆ ਕੇ ਲਾਈਵ ਸ਼ੋਅ ਕਰ ਦੇਣਾ ਰਿਗਾਰਡਿੰਗ ਯੋਰ ਚੈਰਿਟੀ। ਹਾਂ ਉਹ ਤਾਂ ਮੈਂ ਕਰਿਆ ਕਰਨੇ ਨੇ। ਉਹ ਤਾਂ ਮੈਂ ਉਹ ਮੈਂ ਕਰਿਆ ਕਰਨੇ ਨੇ ਬਟ ਫੈਮਿਲੀ ਨਾਲ ਜਦੋਂ ਜਾਣਾ। ਹਾਂ ਨੀਦਰਬਾਬ ਸਾਹਿਬ ਨਹੀਂ ਆਉਣਗੇ ਪੈਂਦੀਆਂ ਨੇ ਉੱਥੇ ਹਾਂ ਬਾਬੇ ਆਖਣਗੇ ਵੱਡੀ ਸਾਲੀ ਬਲੀਟੀ ਤੂੰ ਖਾੜ ਜਰਾ ਹਾਂ ਮੱਥਾ ਟੇਕਣ ਆਏਗਾ ਤੂੰ ਇਹ ਤਾਂ ਰੰਗ ਬਰੰਗ ਕਰਨ ਆਏ ਜੇ ਰਹਿਣ ਦੇ ਤੂੰ ਇਹ ਗਲਤ ਆਈਡੀਆ ਮੰਮੀ ਰੋਟੀ ਬਣਾ ਰਹੀ ਹੈ ਕਹਿੰਦੇ ਬੋਲ ਕੇ ਲਾਈ ਬੋਲਨੀ ਕਿ ਹੱਲੇ ਲਾਈ ਬਰਿਓ ਹਾਂ ਬਣਾ ਲਓ ਬਣਾ ਲਓ ਰੋਟੀ ਹਾਂ ਮੈਂ ਇੱਥੇ ਹੀ ਹਾਂ ਡੋਂਟ ਵਰੀ ਮੇਰੀਆਂ ਨਾਲ ਆਏ ਜੇ ਮੈਂ ਖਾ ਲਈ ਹਾਂ ਹਾਂ ਬਾਬੇ ਅੱਜਕੱਲ ਸਟ੍ਰਿਕਟ ਨੇ ਦਰਬਾਰ ਸਾਹਿਬ ਚ ਹਣੀ ਫਿਰ ਕਿਉਂ ਪਸੰਦੀਆਂ ਜੇ ਮੈਨੂੰ ਨਹੀਂ ਉੱਥੇ ਦਰਬਾਰ ਸਾਹਿਬ ਆਜੋ ਮੈਂ ਕਮਲੀ ਮਗਰ 에어ਪੋਰਟ ਵਾਲਾ ਕੰਮ ਠੀਕ ਰਹਿਣਾ ਉੱਥੇ ਕੁਝ ਸਿੱਖਤਾਈ ਜਾਣਾ ਸਾਸਰੀ ਕਾਲ ਦੀ ਸਾਸਰੀ ਕਾਲ ਬਤ ਹੁਣਾ ਆ ਤੇਰਾ ਮੈਸੇਜ ਕਦੋਂ ਦਾ ਆਇਆ ਹੀਗਾ ਅਸੀਂ ਹੰਨੇ ਆ ਚਿਕਨ ਖਵਾਈਏ ਅਸੀਂ ਚਿਕਨੀ ਖਾਂਦੇ ਵੀਰ ਤੂੰ ਕੱਲਾ ਖਾ ਦੇਖ ਕੇ ਮੈਸੇਜ ਹੈ ਮੈਸੇਜ ਕਰ ਦੋ ਨਕ ਉੱਧਰ ਆ ਜਾਏ ਉਹ ਦੀਦੀ ਸultanpur ਦਾ ਕੁ ਰੱਖ ਲੋ ਹ ਤੈਨੂੰ ਸultanpur ਨੇੜੇ ਆ ਜਿਹੜੇ ਵਿਚਾਰੇ ਦੂਰ ਵਾਲੇ ਨੇ ਉਹ ਨੋ ਮੈਸੇਜ ਕਰਦੇ ਹ ਤੂੰ ਗਿੰਦਾ ਨਾਲ ਨਾਲ ਮੈਸੇਜ ਕੈਨੇਡਾ ਆਉਣਾ ਤੁਸੀਂ ਕਦੀ ਹਾਂ ਕੈਨੇਡਾ ਆਵਾਂਗੇ ਕਈ ਤੋਂ ਬਰਫ ਬੜੀ ਪੈਣ ਲਈ ਆ ਤੁਸੀਂ ਆਪ ਤਾਂ ਨਿਕਲਦੇ ਨਹੀਂ ਕਰੋ ਬੂਏ ਤੁਹਾਡੇ ਖੁੱਲ ਨਹੀਂ ਦੇ ਬਰਫ ਨਾਲ ਹੈ ਹੇ ਵਿਚਾਰੇ ਬਹੁਤ ਦੂਰ ਦੂਰ ਨੇ ਔਖਾ ਹੋ ਜਾਣਾ ਕੰਮ ਰੰਗੇਜੀ ਸਿੱਖੀ ਅੰਗਰੇਜ਼ੀ ਵੇ ਮੇਰਾ ਨੈਟ ਮੁੱਕਣ ਵਾਲਾ ਬਹੁਤ ਸੋਹਣੀ ਵੀਡੀਓ ਬਣਾ ਲਈ ਤੁਸੀਂ ਥੈਂਕ ਯੂ ਸੋ ਮੱਚ ਜਲੰਧਰ ਹੀ ਰੱਖ ਲੋ ਹਾਂ ਚਲੋ ਵੇਨੇ ਆ ਟੱਬਰ ਦਾ ਕੀ ਹਾਲ ਹੈ ਟੱਬਰ ਠੀਕ ਠਾਕ ਵਧੀਆ ਬੜੇ ਲਿਸ਼ਕੰਦਾ ਜੇ ਹਾਂ ਬੜੇ ਲਿਸ਼ਕੰਦਾ ਹਾਂ ਲਾ ਬੋਲੋ ਬੋਲਦੇ ਭੈਣ ਜਿਹੜੇ ਆਈਬ੍ਰੋਸ ਮਸਤ ਨੇ ਥੈਂਕ ਯੂ ਸੋ ਮੱਚ ਕਿੱਧਰ ਚਲੇ ਗਈ ਸੀ ਬੱਸ ਚੱਲਦਾ ਰਹਿੰਦਾ ਮੇਰਾ ਕੰਮ ਭਾਬੀ ਬੋਲ ਸਕਦੇ ਆ ਜਾਂ ਨਹੀਂ ਨਹੀਂ ਬੋਲ ਸਕਦੇ ਹਾਂਜੀ ਯੂ ਹੈਵ ਸੋ ਮੱਚ ਟੈਲੈਂਟ ਲੈਸ ਐਟੀਟਿਊਡ ਹਾ ਐਟੀਟਿਊਡ ਐਟੀਟਿਊਡ ਨਹੀਂ پتہ ਕੀ ਆ ਐਟੀਟਿਊਡ ਐਟੀਟਿਊਡ پتہ ਨਹੀਂ ਕੀ ਬੋਲਗੀ ਮੈਂ ਇਹ ਤੇ ਜਾਂ پتہ ਕੀ ਆ ਮੇਰੀ ਜਿਹੜੀ ਲਾਈਨ ਆ ਨਾ ਉਹ ਫਨੀ ਆ ਹਨਾ ਖੁਸ਼ ਕਰਨ ਵਾਲੀ ਤੇ ਉਹਦੇ ਚ ਮੈਂ ਐਟੀਟਿਊਡ ਮਾਰਦੇ ਚੰਗੀ ਤਰ੍ਹਾਂ ਲਾਦੀ ਆ ਮਰਜੀ ਬੜਾ ਕਰਦਾ ਐਟੀਟਿਊਡ ਮਾਰਨ ਨੂੰ ਹਾਂ ਮਰਜੀ ਬੜਾ ਕਰਦਾ ਐਟੀਟਿਊਡ ਮਾਰਨ ਮੈਂ ਕਈ ਕੁੜੀਆਂ ਦੀਆਂ ਵੀਡੀਓ ਵੇਖੀ ਹੁੰਦੀਆਂ ਇੱਥੇ ਤੇ ਉਹਨਾਂ ਨੇ ਨਾ ਇਦਾਂ ਮੈਂ ਮੈਨੂੰ ਐਡੀ ਕੋਈ ਰੈਂਡਮ ਜੀ ਵੀਡੀਓ ਆ ਜਾਂਦੀ ਕੋਈ ਕੁੜੀ ਦੀ ਤੇ ਜੂਆਦਾਨੀ ਵਾਲਾ ਚ ਨਹੀਂ ਨਹੀਂ ਜੂਆ ਹੈ ਨਹੀਂ ਗਿਆ ਜੇ ਹੋਈਆਂ ਦੱਸਾਂਗੀ ਤੁਹਾਨੂੰ ਮੈਂ ਇਹ ਦਿੱਜਾ ਇਹ ਮੈਨੇ ਇੱਕ ਰੈਂਡਮ ਜੀ ਵੀਡੀਓ ਆ ਜਾਣਾ ਕੋ ਕੁੜੀ ਦੀ ਏਦਾਂ ਹੀ ਤੇ ਉਹ ਏਦਾਂ ਏਦਾਂ ਆਉਂਦੀਆਂ ਨੇ ਏਦਾਂ ਏਦਾਂ ਕਰਕੇ ਏਦਾਂ ਏਦਾਂ ਕਰਕੇ ਆਉਂਦੀਆਂ ਨੇ ਤੇ ਏਦਾਂ ਜੂਮ ਜਿਆ ਕਰਦੀਆਂ ਨੇ ਤਾਂ ਤਾਂ ਤੇ ਵੀਡੀਓ ਮੁੱਕ ਜਾਂਦੀ ਹੈ ਤੇ ਉਹਦੇ ਥੱਲੇ ਕਿਤੇ ਮੋਰ ਸ਼ਿਆ ਸੀਰ ਲਾਈਕ ਲੱਖ ਲਾਈਕ ਤੇ ਜਦੋਂ ਮੈਂ ਉਹਨਾਂ ਨੂੰ ਵੇਖਣ ਜਾਂਦੀ ਆ ਕਿਤੇ 4-4 ਲੱਖ 5-5 ਲੱਖ ਉਹਨਾਂ ਨੂੰ ਉਹ ਹੋ ਜਾਂਦੇ ਦੂਜਾ ਕੀ ਕਹਿੰਦੇ ਉਹਨੂੰ ਫੋਲੋ ਬੋਲ ਰ ਹੈ ਤੇ ਮੈਂ ਸੋਚਦੀ ਆ ਹੈ ਨਹੀਂ ਮੈਂ ਐਵੇਂ ਇਥੇ ਮੱਥਕ ਪਾਈ ਕਰਨ ਦੀ ਮੈਂ ਵੀ ਕੋ ਅੱਖ ਖਮਾਰ ਲਿਆ ਕਰਾਂ ਦਫਾ ਕਰ ਪਰੇ ਕੀ ਕੰਟੈਂਟ ਸੋਚਦੀ ਰਹਿਣੀ ਆ ਤੇਰਾ ਪਰੋਣੇ ਦਾ ਕੀ ਹਾਲ ਆ ਕੁੜੇ ਹਾਂ ਵਧੀਆ ਵਧੀਆ ਠੀਕ ਠਾਕ ਵਧੀਆ ਅਫੀਸ਼ਲ ਸਰਦਾਰ ਹਾਂ ਤੇ ਤੇਰਾ ਰੀਅਲ ਨਾਮ ਕੀ ਹੈ ਅਮਨ ਤੇ ਮੈਂ ਵੀ ਸੋਚਦੀ ਅੱਖ ਖਮਾਰ ਲਿਆ ਕਰਾਂ ਬੂਥਾ ਤੇ ਮੇਰੇ ਕੋ ਵੀ ਹੈਗਾ ਐਵੇਂ ਦਾ ਬਾਕੀ ਇਹ ਫਿਲਟਰ ਫੁੰਟਰ ਜੇ ਵਾਗੇ ਚਿਚਕਵੇਂ ਜੇ ਲਾ ਕੇ ਭਰੇ ਕਰਾਂ ਆਵੇਂ ਆਪਣਾ ਸਿਰਖ ਪਾਉਂਦੀ ਰਹੀ ਨੀਵਾਦ ਦੂਜ ਬੋਲ ਬੋਲ ਕੇ ਇੰਡੀਆ ਚੈਰਿਟੀ ਪ੍ਰੋਗਰਾਮ ਰਾਖਲੇ ਸੀ ਹੈਲਪ ਕਰਾਂਗੇ ਹਾਂ ਉਹ ਤੇ ਮੇਰੇ ਪਤਾ ਤੁਸੀਂ ਕਰੋਗੇ ਹੈਲਪ ਪਰ ਡਿਪੈਂਡ ਕਰ ਦੇਣਾ ਕਿ ਕਿੱਥੇ ਰੱਖੀਏ ਅੱਖਾਂ ਮਾਰਿਆ ਕਰੋ ਤੁਸੀਂ ਵੀ ਹਨਾ ਅੱਖਾਂ ਮਾਰਿਆ ਕਰੀਏ ਲਾਈਟ ਭੱਜ ਗਈ ਸਾਡੇ ਐਣੀ ਹੋਲੀ ਕਰ ਲ ਆਵਾਜ਼ ਮੈਂ ਬੋਲਦੀ ਬਹੁਤ ਉੱਚੀ ਐਵੇਂ ਤੇਰੇ ਘਰ ਦੇ ਮੁੜ ਕੇ ਗਾਲਾਂ ਕੱਢਣਾ ਕਿੰਨੂੰ ਲਾਇਆ ਹੀ ਨਹੀਂ ਕਿਹਦਾ ਸਪੀਕਰ ਐਡਾ ਹਾਂ ਕੀ ਲਿਖਿਆ ਸੀ ਦੇਰੀ ਐਕਟਰਸ ਕਿਹੜੀ ਐਕਟਰਸ ਨੂਟਨ ਕਿਹੜੀ ਆਨੀ ਮੇਕਅਪ ਕਰਕੇ ਆਨਲਾਈਨ ਹੋ ਗਈ ਹਾਂ ਤੇ ਮੇਰਾ ਮੇਕਅਪ ਮੇਰਾ ਬੂਥਾ ਤੈਨੂੰ ਕੀ ਪ੍ਰੋਬਲਮ ਤੂੰ ਘਾਂੜਗਾ ਲਾਈ ਆਂ ਵੀ ਵਰਿੰਦਰ ਅੱਖਾਂ ਮਨ ਵਾਲੀ ਵੀਡੀਓ ਦੇਖਿਆ ਹੈਨਾ ਮੈਂ ਸੋਦੀ ਅੱਖਾਂ ਮਨ ਵਾਲੀ ਵੀਡੀਓ ਠੀਕ ਰਹਿੰਦੀ ਆ ਹੂੰ ਲੋਕੀ ਸਟੇਟਸ ਟੁੱਟਸ ਦੇ ਲੰਮ ਦੇ ਨੇ ਵਧੀਆ ਗਾਂ ਵੀਡੀਓ ਵੀ ਪਹੁੰਚਦੀ ਆ ਜੇ ਮੈਂ ਕੁਝ ਬੋਲ ਦਿੰਨੀ ਆ ਬੋਲ ਕੇ ਵੀਡੀਓ ਬਣਾਉਣੀ ਆ ਥੱਲੇ 10 ਜਣੇ ਨੁਕਸ ਕੱਢਣ ਹੁੰਦੇ ਨੇ ਵੀ ਹਸਣਾਸ only ਵੀਡੀਓ ਬਣਾਈ ਸੀ ਹਣਾ ਤੇ ਥੱਲੇ ਮਾਰਗ ਦੇ ਆਪਣੀ ਇਥੇ ਲਾਈ ਹੁੰਦੀ ਪੰਚਾਇਤ ਇਹਨਾਂ ਨੇ ਐ ਬੋਲਦੀ ਆ ਉਹ ਬੋਲਦੀ ਆ ਤੂੰ ਹੱਸ ਕੇ ਗਾਂਹ ਨਿਕਲੋ ਹਾਂ ਅਮਨ ਮਤਲਬ ਸ਼ਾਂਤੀ ਆ ਸ਼ਾਂਤੀ ਆਂਦਾ ਜੀ ਹਿਮਾਚਲ ਆਇਓ ਕਦੀ ਹੇ ਕਿੱਧਰ ਕਿੱਧਰ ਆਵਾ ਮੈਂ ਹਿਮਾਚਲ ਹਾਂ ਹਾਂਜੀ ਦੀ ਮੈਂ ਤਾਂ ਲਾਈ ਬੈਠੀ ਆ ਯਾਰ ਨਾਮ ਲੈ ਦੋ ਕਾਜਲ ਮੇਰਾ ਮੇ ਭੈਣ ਮੇਰੇ ਲਈ ਗੋਰੀ ਪੈ ਆ ਲੋ ਪੜੇ ਚੰਦਰੀਏ ਪਹਿਲਾਂ ਹੀ ਮੂੰਹ ਮੋਲ ਨਹੀਂ ਆ ਤੂੰ ਤਾਂ ਹਾਏ ਥੈਂਕ ਯੂ ਬੈਗੀ ਆਵਾਜ਼ ਬੈਗੀ ਪਰ ਕੰਨ ਬੰਦ ਨੇ ਮੇਰੇ ਡਾਂਟ ਹੋ ਰਹੀ ਨੂੰ ਕੋਈ ਵੀ ਆਖ ਤਾ ਮੈਂ ਅਨਲਾਈਵ ਆਪਣਾ YouTube ਤੇ ਚੜਾਉਣਾ ਹੁੰਦਾ ਤਾਂ ਕਰਕੇ ਨਹੀਂ ਉੱਠਦੀ ਵੀ ਜਿਹੜੇ ਨਕਸ ਗਾੜ ਦੇ ਨਾਲ ਦੇ ਮਾਰਕੀਟ ਤੇ ਮਰ ਚਾ ਨੀਸਾ ਬੜੇ ਬੋਲਿਓ। ਅ ਤੂੰ ਆ ਜਾਵੇ। ਤੂੰ ਵੀ ਰੋਟੀ ਖਾ ਲੈ ਨਾਲ ਆਣ ਕੇ ਬਹਿ ਕੇ। ਹੂੰ, ਬਾਜੀ ਬੋਲਦੇ ਨੇ ਕੁਝ। ਹਾਂ, ਬਾਜੀ ਬੋਲਦੇ ਨੇ। ਹੂੰ। ਚੱਲ ਬਾਈ ਰੋਟੀ। ਹੂੰ। YouTube ਚੈਨਲ ਕਿਹਾ ਹੈ ਜੀ। ਵੀ ਤੂੰ ਹਿੰਦੀ ਗਾ ਲਿਖਦਾ ਪਿਆ। ਹਾ YouTube ਚੈਨਲ ਵੋਲਵ ਜੱਟੀ ਹੈ ਨੀਰੂ ਦਾ ਗਾਣਾ ਕਰ ਲਾ ਕੇ ਐਵੇਂ ਇਦਾਂ ਬੋਲੀ ਦਾ ਪੈਣਾ ਨੂੰ ਕਮੇਟੀ ਕਰਦੀ ਆ ਮੈਂ ਹਾਂ ਮੇਰੇ ਆਲਾ ਵਧੀਆ ਸਾਰਾ ਕੁਝ ਠੀਕ ਆ ਰੋਟੀ ਖਾ ਲੈਣੀ ਹੈ ਨੇ ਵਧੀਆ ਬਣਾਈ ਹੋਈ ਆ YouTube ਚੈਨਲ ਦਾ ਨਾਮ ਦੱਸੋ ਵੋਲਵ ਜੱਟੀ ਵੋਲਵ ਜੱਟੀ ਬਾਸ ਆਈ ਹੈ ਇਹ ਲਿੰਕ ਵੀ ਹੈਗਾ ਨਾਲ ਚੇਪਾ ਤੇ ਹੈ ਲਿੰਪ ਲਿੰਕ ਤੁਸੀਂ ਨਾ ਮਾਰੇ ਅੱਖਾਂ ਓਕੇ ਹਾਏ ਨਾ ਮਾਰਾਂ ਅੱਖਾਂ ਇਹ ਮੇਰੀ ਵੀਡੀਓ ਨੂੰ ਲਾਈਕ ਨਹੀਂ ਮਿਲਦੇ ਪਏ ਪਾਜੀ ਬੋਲਦੇ ਨਹੀਂ ਗਾਲਾਂ ਕਾਢਦੇ ਰੋਟੀ ਮੈਂ ਗਾਲਾਂ ਨਹੀਂ ਕਾਢਦਾ ਇਹ ਨਹੀਂ ਨਹੀਂ ਰੋਟੀ ਰੋਟੀ ਬਣੀ ਹੋਈ ਆ ਬੋਲ ਵਦਾ ਮੀਨਿੰਗ ਕੀ ਆ ਬੋਲ ਉਹ ਦੀ ਸਟੋਰੀ ਪਿੱਛੇ ਮੈਂ ਲਾਈਵ ਆਇਆ ਤੇ ਆਪਣਾ ਕਰ ਲਾ ਐ ਲਾਈਵ ਆਇਆ ਉਥੇ ਵੇਖੋ ਜਾ ਕੇ ਮੈਂ ਮੈਡ ਕਰੋ ਜੀ ਸੌਰੀ ਸੌਰੀ ਐਡ ਨਹੀਂ ਆਸਾਦੀ ਤਾਂ ਤਾਂ ਆਇਆ ਐ ਵੋਲੋ ਗੁੱਣੀ ਚਾਕੋ ਗਾਣੀ ਦੀਦੀ ਬੋਲੀ ਬਗ ਮੇਰੀ ਮੇਰੀ ਵਾਈਫ ਆ ਨਾ ਤਾਂ ਵੀ ਥੈਂਕ ਯੂ ਸੋ ਮੱਚ ਭਾਜੀ ਡਰਿੰਕ ਤਾਂ ਨਹੀਂ ਕਰਦੇ ਨਹੀਂ 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 ਵੈਸ਼ ਨੂੰ ਬੰਦੇ ਭਾਜ ਨੂੰ ਲੈ ਕੇ ਆਉ ਲਾਈਟ ਚ ਵਾਲੀ ਦੀ ਅੱਖ ਸੁੱਜੀ ਆ ਹਾਂ ਕੰਮ ਤੇ ਅੱਖ ਚ ਕੁਝ ਪੈ ਗਿਆ ਹੈਗਾ ਅੱਖਾਂ ਗਿਆ ਸੁੱਜੀਆਂ ਪਈਆਂ ਇਹ ਫੈਸ਼ਨ ਹੈ ਆ ਹਾਂ ਤੁਸੀਂ ਨਾ ਮਾਰੇ ਹੋ ਅੱਖਾਂ ਹੱਟੇ ਮੈਂ ਟੈਗ ਬੰਦ ਕਰ ਕੀਤੇ ਨੇ ਮੈਂ ਨਾ ਅਕਾਊਂਟ ਨੂੰ ਜੋ ਪ੍ਰਾਈਵੇਟ ਕੀਤਾ ਸੀਗਾ ਏ ਪ੍ਰਾਈਵੇਟ ਅਕਾਊਂਟ ਕਰਕੇ ਨਾ ਉਹ ਫਿਰ ਸੈਟਿੰਗ ਸਾਰੀ ਚੇਂਜ ਹੋ ਜਾਂਦੀ ਆ ਕੀਤਾ ਤੇ ਹੈ ਸਾਰਾ ਕੁਝ ਹੋਣਾ ਖੋਲਿਆ ਤੇ ਹੈ ਦੁਬਾਰਾ ਦੇਖੋ ਹੁਣ ਇੰਟਰੋਡਿਊਸ ਕਰਾ ਦੇ ਭਾਜੀ ਨਾ ਕਿਸ ਦਿਨ ਲਾਈਵ ਚ ਹਾਂ ਇਹ ਆਉਂਦੇ ਨਹੀਂ ਲਾਈਕ ਨਹੀਂ ਕਰਦੇ ਇੱਥੇ ਬਹਿਣਾ ਹਾਂ ਵੈਸੇ ਕੀ ਪ੍ਰੋਫੈਸ਼ਨ ਨਾ ਤੁਹਾਡਾ ਹੈ ਪ੍ਰੋਫੈਸ਼ਨ ਕੀ ਹੁੰਦਾ ਹੈ ਨਹੀਂ ਆ ਪ੍ਰੋਫੈਸ਼ਨ ਨਹੀਂ ਗਾ ਜਾਣਾ ਮੈਂ ਕਰਦੀ ਵੀ ਕੰਮ ਇੱਥੇ ਕਮੇਡੀ ਦਾ ਹੈ ਅणि ਦੋ ਸੋਹਾ ਹਣੀ ਇਹਨੂੰ ਪ੍ਰੋਫੈਸ਼ਨ ਨਹੀਂ ਸਮਝਦੇ ਮੈਂ ਤੈਨੂੰ ਪੂਰਾ ਟਾਈਮ ਦਿੰਨੀ ਆ ਆਪਣਾ ਆਇਜ ਨਾ ਮਾਰੋ ਚੰਗਾ ਨਾ ਲਾਤਾ ਚੰਗਾ ਨਹੀਂ ਮਾਰਦੇ ਵੇ ਮੈਨੂੰ ਮੈਨੂੰ ਆਪ ਨੂੰ ਨਹੀਂ ਚੰਗਾ ਲੱਗਦਾ ਬਿਕੋ ਜਿਹੜੀ ਚੀਜ਼ ਲਈ ਤੁਸੀਂ ਫੇਮਸ ਹੋਏ ਨਾ ਉਹੀ ਕਰਨੀ ਚਾਹੀਦੀ ਤੁਹਾਨੂੰ ਹਾਂ ਥਿਸ ਇਜ਼ ਨਾਟ ਪ੍ਰੋਫੈਸ਼ਨ ਥਿਸ ਇਜ਼ ਬੇਲਾ ਕਾਮ ਹਾਂ ਨਹੀਂ ਪ੍ਰੋਫੈਸ਼ਨ ਆ ਹੂੰ ਇਹਦੇ ਲੋਕ ਤਰੱਕੀ ਕਰਦੇ ਨੇ ਭਾਜੀ ਨਗਲੀ ਲਿਪਸਟਿਕ ਲਾਉਣਾ ਪਸੰਦ ਨਹੀਂ ਕਰਦੇ ਨਹੀਂ ਉਹਨੂੰ ਮੈਂ ਲਿਪਸਟਿਕ ਨਾਲ ਲਾਉਂਗੀ ਨਾ ਬਹੁਤ ਸੋਹਣਾ ਲੱਗੇ ਥੈਂਕ ਯੂ ਸੋ ਮਚ ਹਾਂ 나ਗ ਪ੍ਰੀਆ ਰੋਜ਼ ਆ ਜਾਂਦੀ ਐ ਦਸਣ ਇਹ ਹਾਰਦੀਨੀਆ ਯਾਰ ਬਾਬਾ ਹੀ ਆ ਨਾ ਗਪਰੀਆ ਚ ਵੀ ਹੈ ਨਾ ਗਪਰੀਆ 13 ਕਿ ਹੋ ਗਏ ਹਾਂਜੀ ਹਾਂ ਨਹੀਂ ਹਸਾਉਣਾ ਕਿ ਪ੍ਰੋਫੈਸ਼ਨ ਨਹੀਂ ਹੈ ਕਿਆ ਮੈਂ ਮੱਥਾ ਮਾਰਦੀ ਫਿਰਦੀ ਇੱਥੇ ਮੈਂ ਐਦਾਂ ਹੀ ਹੁਣ ਮੈਂ ਉਹ ਗੋਰ ਵਾਲਾ ਮਾਨ ਦੇਖਿਆ ਸੀਗਾ 2017 18 ਦੇ ਵਿੱਚ ਉਹ ਕੀ ਜਵਾਗ ਜਾਈ ਸਕੂਲਾਂ ਦੇ ਵਿੱਚ ਵੀਡੀਓ ਪਾਉਂਦਾ ਸੀਗਾ ਤੇ ਹੁਣ ਵੇਖੋ ਤੇ ਮਿਲੀਅਨ ਹੋਏ ਪੈਨੇ ਹੂੰ ਹੁਣ ਗਮਦਾ ਚਲੋ ਦੀ ਵਾਜ ਸੋਹਣੀ ਆ ਸੂਟ ਕਿੰਨੇ ਦਾ ਲਿਆ ਪਰੀਦਾ ਆ ਪਿੱਕਨ ਆਇਆ ਹਾਂ ਲੋਕਾਂ ਨੂੰ ਸੋਣਾ ਕਿਸੇ ਪ੍ਰੋਫੈਸ਼ਨ ਤੋਂ ਵੱਡਾ ਹਨਾ ਮੈਂ ਤਾਂ ਆਪਣੇ ਆਪ ਨੂੰ ਸਮਝਦੀ ਹਾਂ ਇਸ ਚੀਜ਼ ਲਈ ਵੀ ਜੇ ਮੈਨੂੰ ਅੱਗੇ ਜਾ ਕੇ ਮੌਕਾ ਮਿਲਦਾ ਆ ਤੇ ਟੈਲੈਂਟ ਬੜਾ ਕੋਟ ਕੋਟ ਕੇ ਪਰਿਆ ਮੇਰੇ 'ਚ ਤੇ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਮੈਂ ਲਾਹ ਪੀਤਾ ਹੀ ਆਸ-ਪਾਸਾਂ ਲੈਣੇ ਹਾਂ ਤੇ ਤਾਂ ਕਰਕੇ ਮੈਂ ਜੇ ਤੁਸੀਂ ਵੀ ਕਹਿੰਦੇ ਪਏ ਜੇ ਵੀ ਪ੍ਰੋਫੈਸ਼ਨ ਨਹੀਂ ਹੈਗਾ ਤੇ ਫਿਰ ਮੈਂ ਲੋਥੇ ਇੱਥੇ ਆ ਮਾਦੂ ਤੁਹਾਡਾ ਵੀ ਲਾਹ ਪੀਨ ਦੇ ਨਾਲੇ ਆਪਣਾ ਟਾਈਮ ਖਰਾਬ ਕਰਨਦੀ ਆ ਕੀ ਕਹਿੰਦੇ ਜੇ ਦੱਸੋ ਹ ਮੈਨੂੰ ਸਟੱਡੀ ਨੂੰ ਬੋਲਦੇ ਪ੍ਰੋਫੈਸ਼ਨਲ ਐਵੇਂ ਏਡਾ ਥੋੜੀ ਹੁੰਦਾ ਸਟੱਡੀ ਨੂੰ ਬੋਲਦੇ ਪ੍ਰੋਫੈਸ਼ਨਲ ਉਹਦਾ ਵਿਆਹ ਵੀ ਹੋ ਗਿਆ ਉਹ ਨਹੀਂ ਉਹਦਾ ਨਹੀਂ ਹੋਇਆ ਵਿਆਹ ਉਹ ਕਿਸੇ ਦੇ ਵਿਆਹ ਦੇ ਗਏ ਹੀਗੇ ਮੈਂ ਦੀਦੀ ਮੈਂ ਤੁਹਾਡੇ ਵਾਂਗੂ ਤੁਹਾਡੀ ਤਰ੍ਹਾਂ ਸਲਿਮ ਹੋਣਾ ਇਹ ਨਹੀਂ ਐਵੇਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਸਲਿਮ ਸਲੂਮ ਨਾ ਆਪਦੀ ਆਪਦੀ ਬੋਡੀ ਦੇ ਹਿਸਾਬ ਹੁੰਦਾ ਐਦਾਂ ਕੋਈ ਨਹੀਂ ਹੁੰਦਾਗਾ ਸਲਿਮ ਵੇਖ ਕੇ ਲੇਟ ਹੋ ਗਈ ਮੈਂ ਹਾਂ ਚਾ ਕੋਈ ਗੱਲ ਨਹੀਂ ਆਪ ਦੇ ਹੇਅਰ ਦੇ ਦੋ ਲਾਲਾ ਸੜੇ ਜੇ ਹਨ ਅਜੀ ਸੂਟ ਘੋਸ਼ਣਾ ਪਾਇਆ ਹਾਂਜੀ ਸਿਲਕੀ ਸਿਲਕੀ ਹਿੰਦੀ ਹੇਅਰ ਨੇ ਵੀ ਹੇਅਰ ਤੇ ਮੇ ਬੋਸ ਨੇ ਨੇ ਹਾਂ ਹੇਅਰ ਤੇ ਮੇ ਬੋਸ ਨੇ ਨੇ ਨੂੰ ਡੇ ਖਲਾਰ ਲੇ ਔਰ ਨੇ ਫਿਰ ਕੋ ਥੈਂਕ ਯੂ ਸੋ ਮਚ ਯੂ ਸੂਟ ਹਾਂ ਥੈਂਕ ਯੂ ਸੋ ਮੱਚ ਸੂਟ 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 ਤੇ ਕਾਫੀ ਕਮੈਂਟ ਆਉਂਦੇ ਪੈਨੇ ਤੁਸੀਂ ਵੈਸੇ ਰੈਡੀ ਹੋਏ ਛ ਜਾਣਾ ਕਿਤੇ ਨਾ ਨਾ ਐਂ ਤੇ ਲਈ ਰੈਡੀ ਹੋਈ ਆ ਮੈਂ ਹਾਂ ਜਾਣਾ ਕਿਥੇ ਕੋਣ ਲੱਗ ਜਾਂਦਾ ਕਿਤੇ ਹਾਂ ਕੋਈ ਵੀ ਕਹਿੰਦੇ ਉਹ ਹਾਸਾ ਆ ਜਾਂਦਾ ਹਾਂ ਬਹੁਤ ਸੋਹਣਾ ਲੱਗਦੇ ਹੋ ਬੋਲਵ ਮੇਰਾ ਵੀ ਨਾਂ ਲੈ ਦੇ ਕੇਸ਼ੂ ਲਬਾਣਾ ਹਾਂ ਸੋਹਣਿਆ ਮੇਰੇ ਚਾਚਾ ਜਮਾ ਤੇ ਅਲਰਜੀ ਆ ਹਾਂ ਹੈਲਪ ਮੀ ਪਲੀਜ਼ ਤੁਸੀਂ ਵੀ ਬਹੁਤ ਸੋਹਣੇ ਥੈਂਕ ਯੂ ਦੇ ਚੱਲ ਪੰਪ ਬੋਲ ਬੋਨੋ ਹੁਣ ਆ ਗਿਆ ਰਏ ਨੇ ਬੇਇਜ਼ਤੀ ਕਰਨੀ ਆਉਣਾ ਆ ਗਿਆ ਇਹ ਲੰਮ ਦੇ ਟੀਵੀ ਤੇ ਲਾਈਵ ਮੇਰਾ ਸਟੂਡੀਓ ਤਨ ਲੋ ਕਿ ਡਾਕਟਰ ਦੀ ਕਰਕੇ ਹੈ ਹਣਾ ਹੈ ਨਹੀਂ ਐਨੀ ਵੀ ਪ੍ਰੋਫੈਸ਼ਨ ਆ ਮੰਨ ਲਓ ਹਾਂ ਇਹਨੂੰ ਗੱਲ ਨੂੰ ਹੂੰ ਜਿਹੜੀਆਂ ਕੁੜੀਆਂ ਮੇਕਅਪ ਕਰਦੀਆਂ ਨੇ ਸਿਖਾਉਂਦੀਆਂ ਨੇ ਉਹ ਵੀ ਪ੍ਰੋਫੈਸ਼ਨ ਹੁੰਦਾ ਗੋਮੇਡੀ ਕਰਦੇ ਇਹ ਵੀ ਮੇਰਾ ਪ੍ਰੋਫੈਸ਼ਨ ਆ ਕਾਮੇਡੀ ਕਰਨਾ ਹੂੰ ਜਿਹੜੀ ਅੱਖਾਂ ਅੱਖਾਂ ਦਾ ਮਾਰਦੀਆਂ ਨੇ ਉਹ ਵੀ ਪ੍ਰੋਫੈਸ਼ਨ ਨਹੀਂ ਆ ਇੱਕ ਅੱਖਾਂ ਸਾਰੇ ਥੋੜੀ ਮਾਰ ਸਕਦੇ ਆ ਕਿਸੇ ਨੂੰ ਜੱਜ ਦੀ ਅੱਖ ਮਾਰਨੀ ਕਿਹਨੂੰ ਨਹੀਂ ਜੱਜ ਦੀ ਹੂੰ ਹੁਣ ਜੇ ਮੈਂ ਪ੍ਰੋਫੈਸ਼ਨ ਆਪਣਾ ਇਤੋਂ ਕਮੇਡੀ ਦੇ ਕੱਢ ਕੇ ਨਾ ਦੂਜੇ ਫੋਲੋਅਰ ਕਮੇਡੀ ਦੇ ਇਕੱਠੇ ਕਰਕੇ ਅੱਗੋਂ ਮਾਰਨ ਲੱਗ ਜਾ ਮੈਂ ਦੂਜਾ ਅੱਖਾਂ ਇਹਨਾਂ ਨੇ ਮੇਰਾ ਮੂੰਹ ਬੰਨ ਦੇਣਾ ਨਾਲ ਮੇਰੀ ਅੱਖਾਂ ਵੀ ਬੰਨ ਦੇਣੀਆਂ ਇਹਨਾਂ ਨੇ ਹੂੰ ਅਹੀਂ ਤੈਨੂੰ ਕਮੇਡੀ ਵਾਸਤੇ ਫੋਲੋ ਕੀਤਾ ਤੇ ਤੂੰ ਕੀ ਕਰ ਲੱਗ ਪਈ ਆ ਪ੍ਰੋਫੈਸ਼ਨ ਹੀ ਹੋ ਗਿਆ ਨਾ ਫਿਰ ਬੰਦੇ ਨੂੰ ਆਪਣੀ ਲੈਂਥ ਰਹਿਣਾ ਪੈਂਦਾ ਮਨਗੇ ਮੰਨਗੇ ਮੰਨ ਗਿਆ ਚੱਲ ਚੱਲ ਸ਼ੁਕਰ ਮੰਨ ਗਏ ਨੇ ਕਿੰਨੀ ਵਾਰ ਲਿਖਿਆ ਪੰਜਾਬੀ ਪੜ੍ਹਨੀ ਨਹੀਂ ਆਉਂਦੀ 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 ਹਾਂਜੀ ਪ੍ਰੋਫੈਸ਼ਨਰ ਤੁਹਾਡਾ ਹਾਂ ਹਾਂ ਸਹੀ ਹੈ ਸਹੀ ਹੈ ਹਾਂ ਓਕੇ ਓਕੇ ਗਲਤੀ ਹੋ ਗਈ ਫੋਟ ਚਲਿਆ ਹਾਂ 37 ਕੇ ਵੋਲਵ ਦੀ ਫੁੱਲ ਗਈ ਹਾਂ ਤੇ ਇਦਾਂ ਤਰੀਪ ਸੁਣ ਕੇ ਤਾਰ ਕਿਉਂ ਫੋਲਦਾ ਹੈ ਵੋਲਵ ਕੀ ਹਾਂ ਮੋਰ ਰਾ ਦੇ ਮਾਂ ਨੂੰ ਕਮਾਰਦੀ ਅੰਤਰੇ ਸਾਢੇ ਦੇ ਘਰ ਰੋਟੀ ਨਾਲ ਬਣਾਉਦੇ ਨੂੰ ਟੱਪਾ ਆ ਜਾਂਦਾ ਸੀਗਾ। ਤੇ ਤੂੰ ਕੀ ਕਹਿੰਦੇ ਜੇ ਇਹਦਾ লাইਟ ਟੱਪਾ ਹੋਵੇ ਇਧਰ ਮੇਰਾ। ਹੂੰ। ਅ ਆਯੋ ਜਾਰਡੀ ਵੀ ਜਨ ਲੋ। ਹਾਂ ਹਾਂ ਸੁਣਾਓ ਸੁਣਾਓ। ਹਾਂਜੀ ਕਿਵੇਂ ਦੀ ਸਾਰੇ ਠੀਕ ਠਾਕ ਸਾਰੇ ਠੀਕ ਠਾਕ ਵਦਿਆ ਯੂ ਆਰ ਟੂ ਬਿਊਟੀਫੁਲ। ਮਾਂ ਦੇ ਨਹੀਂ ਛੇਤੀ ਤਾਂ ਹੋਰ ਕੀ ਆ? ਜੁਮੇ ਦੇਣੇ ਵੀ ਮਰ ਚੋ ਤੇ ਨਰੰਦ ਹੁਣ ਵੀਡੀਓ ਮੇਰੀਆਂ ਸਾਰੀਆਂ ਇੰਡੀਆ ਪਹੁੰਚਦੀਆਂ ਨੇ ਤੇ ਨਾ ਹੁਣ ਡੰਡ ਲਾਇਆ ਕਰੋ ਹਮ ਵਾਹਿਗੁਰੂ ਵਾਹਿਗੁਰੂ ਮੇਰਾ ਕਮੈਂਟ ਪੜ ਲਓ ਹ ਲੇਖ ਤਾਂ ਸਹੀ ਖੁਸ਼ ਹੈ ਹੈਲੋ ਸਿਸਟਰ ਹੈਲੋ ਦਸੀ ਵੀ ਕਮੈਂਟ ਦੀ ਪਰਫਾਰਮੈਂਸ ਕਰ ਦੇ ਹਾਂਜੀ ਪੂਤਨੀ ਮੇਰਾ ਵੀ ਨਾਮ ਲੈ ਦੇ ਇੰਗਲੈਂਡ ਦੀ ਪੁਲਿਸ ਨਾਲ ਜੱਬ ਨਹੀਂ ਪਿਆ ਹਨ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਹਾਨੂੰ ਇੰਗਲੈਂਡ ਦੀ ਪੁਲਿਸ ਤੋਂ ਜੇ ਤਾਂ ਪੁਲਿਸ ਨਾਲ ਤਾਂ ਨਹੀਂ ਚੱਲ ਖੈਰ ਕੋਈ ਪੁਲਿਸ ਵਾਲੀ ਗੱਲ ਤਾਂ ਨਹੀਂ ਹੋਈ ਇਹ ਨਾ ਸਾਡੇ ਤੇ ਟਿਕਟਾਂ ਲਾ ਦਿੰਦੇ ਨੇ ਜੇ ਕਿਤੇ ਆਪਾਂ ਗੱਡੀ ਕਿਤੇ ਇੱਧਰ ਉੱਧਰ ਖੜੀ ਕਰ ਦੇਈਂ ਨਾ ਗਲਤ ਉਹ ਉਹ ਟਿਕਟ ਲਾ ਦਿੰਦੇ ਨੇ ਹਨਾ ਤੇ ਬਾਏ ਜੀ ਬਾਏ ਤੇ ਮੈਂ ਨਾ ਨਵੀਂ ਨਵੀਂ ਗੱਡੀ ਸਿੱਖੀ ਪਹਿਲੀ ਵਾਰ ਗੱਡੀ ਲੈ ਕੇ ਗਈ ਮੈਂ ਇਹ ਦੁਕਾਨ ਤੇ ਲੈਣ ਗਈ ਧਨੀਆ ਧਨੀਆ ਦਾ ਸਿਆਪਾ ਪਿਆਰ ਦਾ ਇੱਕ ਤਾਂ ਧਨੀਆ ਤੇ ਕੁਝ ਹੋਰ ਚੀਜ਼ ਲੈਣ ਗਈ ਮੈਂ ਉੱਥੇ ਸਾਡੇ ਪਾਰਕਿੰਗ ਨਹੀਂ ਮਿਲਦੀ ਛੇਤੀ ਕੀਤੇ ਆ ਤੇ ਉਹਦੇ ਨਾਲ ਪਾਰਕਿੰਗ ਸੋਤੇ ਪੈਸੇ ਲੱਗਦੇ ਮੈਂ ਮੈਂ ਤਾਂ 2 ਮਿੰਟ ਚ ਧਨੀਆ ਤੇ ਆ ਦੋ ਚੀਜ਼ ਚ ਚੁੱਕ ਕੇ ਆ ਜਾਣਾ ਐਨੇ ਪੈਸੇ ਦਵਾਂਗੀ ਇੱਥੇ ਮੈਂ ਹਣਾ ਤੇ ਮੈਂ ਦੂਜਾ ਗਈ ਉੱਥੇ ਤੇ ਉੱਥੇ ਜਾ ਕੇ ਨਾ ਮੈਂ ਗੱਡੀ ਲਾ ਦਿੱਤੀ ਉੱਥੇ ਲਾਉਣੀ ਨਹੀਂ ਪਰ ਲਾਤੀ ਉੱਥੇ ਮੈਂ ਲਾ ਕੇ ਦਵਾ ਦਵੇ 1 ਮਿੰਟ ਦੇ ਵਿੱਚ ਮੈਂ ਗਈ ਉੱਥੇ ਸ਼ੌਪ ਤੇ ਸ਼ੌਪ ਤੇ ਜਾ ਕੇ ਦਵਾ ਦਵਾਂ ਸਮਾਨ ਲੈ ਆ ਕੇ ਤੇ ਮੈਂ ਆਈ ਤਾਂ ਉਹਨਾਂ ਨੂੰ ਬੰਦਾ ਖੜਾ ਟਿਕਟ ਲਾਉਂਦਿਆ 2 ਮਿੰਟਾਂ ਦੇ ਵਿੱਚ ਵਿੱਚ ਬੰਦਾ ਆ ਗਿਆ ਕਿ ਮੈਨੂੰ ਵੇਂਦਾ ਹੀ ਕਿਤੇ ਮੈਨੂੰ ਆਣ ਕੇ ਕਹਿੰਦਾ ਐ ਟਿਕਟ ਨਹੀਂ ਇਹ ਟਿਕਟ ਲੱਗੂਗੀ ਤੈਨੂੰ ਤੂੰ ਆ ਇੱਥੇ ਗੱਡੀ ਕੋ ਖੜੀ ਕੀਤੀ ਮੈਂ ਹਾਂ ਮੈਂ ਮੇਰੀ ਗੱਲ ਸੁਣ ਲੈ ਮੈਂ ਉਹਦੇ ਨਾਲ ਪੰਜਾਬ ਉਹਦੇ ਨਾਲ ਉਹ ਹੋ ਗਈ ਇੰਡੀਆ ਵਾਂਗੂ ਹੋ ਗਈ ਵੀ ਜਿਦਾਂ ਇੰਡੀਆ ਦੇ ਵਿੱਚ ਆਪਾਂ ਮਿੰਤਾ ਜਿਨੀ ਕਰਨ ਲੱਗ ਜਾਈਦੀਆਂ ਨੇ ਨਾਰਮਲੀ ਤੇ ਇੱਥੇ ਮਿੰਤਾ ਮੁੰਤਾ ਕੋਈ ਕਰੰਦਿਆ ਨਹੀਂ ਲਾ ਕੇ ਭਰੇ ਹੋ ਜਾਂਦੇ ਪਰ ਉਹ ਖਲੋ ਗਿਆ ਵਿਚਾਰਾ ਮੈਂ ਮੇਰੀ ਗੱਲ ਸੁਣ ਮੈਂ ਲਿਸਨ ਹੈਨਾ ਹੋ ਨਮ ਗਿਆ ਤੁਨ ਕਾਰ ਹੁੰਦੀ ਲੈ ਔਰ ਇਹ ਤੇ ਮੈਨੂੰ ਆ ਨਾ ਮੈਂ ਮੈਨੂੰ ਆਂਦਾ ਇਹ ਤੂੰ ਨਾ ਪਾਰਕ ਨਹੀਂ ਕਰਨੀ ਇੱਥੇ ਇੰਗਲਿਸ਼ ਚ ਕਹਿੰਦਾ ਮੈਨੂੰ ਇੰਗਲਿਸ਼ ਗੱਲ ਹੋਈ ਉਦਾਂ ਦਾ ਪੰਜਾਬੀ ਦੱਸ ਦੇਣ ਮੈਂ ਤੇ ਮੈਂ ਹੈ ਮੇਰੀ ਗੱਲ ਸੁਣ ਲਿਸਨ ਮੈਂ ਹੈ ਮੈਂ ਨਾ ਆਮ ਅ ਨਿਊ ਡਰਾਈਵਰ ਹਾਂ ਮੈਂ ਮੈਨੂੰ ਫੋਰਗੀਵ ਕਰ ਦੇ ਪਲੀਜ਼ ਕਹਿੰਦਾ ਕਹਿੰਦਾ ਨੋ ਕਹਿੰਦਾ ਨੋ ਭਾਵੇਂ ਕਹਿੰਦਾ ਤੂੰ ਨਵੀਂ ਡਰਾਈਵਰ ਤੈਨੂੰ ਸਭ ਕੁਝ ਜ਼ਿਆਦਾ ਚੰਗੀਆਂ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਹਜੇ ਤੇਰਾ ਤਾਜ਼ਾ ਤਾਜ਼ਾ ਕੰਮ ਹੈ ਇੱਥੇ ਨਵੀਂ ਨਵੀਂ ਡਰਾਈਵਿੰਗ ਸਿੱਖੀ ਤੂੰ ਹਾਂ ਤੇ ਮੈਂ ਹਾਂ ਮੈਂ ਹਾਂ ਮੈਂ ਨਵੀਂ ਤਾਂ ਹੈਗੀ ਆ ਜਦ ਤੱਕ ਮੈਂ ਕਰਦੀ ਹੁਣ ਇੰਨਾ ਕੋ ਯਾਦ ਕਰਨ ਨੂੰ ਦਿੱਤਾ ਉਹਨਾਂ ਨੇ ਨਹੀਂ ਮੇਰੇ ਤੋਂ ਇੰਨਾ ਕੋ ਯਾਦ ਰੱਖਿਆ ਜਾਂਦਾ ਹੈ ਤੇ ਤੂੰ ਅੱਜ ਮੈਨੂੰ ਬਖਸ਼ ਦੇ ਹਾਂ ਅੱਜ ਮੈਨੂੰ ਨਾ ਟਿਕਟ ਦੇ ਮੈਂ ਤਾਂ ਘਰੋਂ ਵੀ ਬੜੀਆਂ ਗਾਲਾਂ ਪੈਣੀਆਂ ਯਾਰ ਪਹਿਲੀ ਵਾਰ ਗੱਡੀ ਲੈ ਕੇ ਆਈ ਮੈਂ ਬਾਹਰ ਫਰਗੀਵ ਕਰ ਦੇ ਤੇ ਦੇ ਮੈਂ ਕਹ ਦੱਜਾ ਉਹ ਚਾਰਾ ਹੱਸਣ ਲੱਗ ਗਏ ਮੈਂ ਹਾਂ ਲਾਟਸ ਆਫ ਥਿੰਗਸ ਸੀ ਗਿਆ ਰਿਮੈਂਬਰ ਇੰਨਾ ਰਿਮੈਂਬਰ ਕਰਨ ਨੂੰ ਰੱਖਣ ਨੂੰ ਤੇ ਪਲੀਜ਼ ਤੂੰ ਨਾ ਮੈਨੂੰ ਅੱਜ ਮਾਫ ਕਰ ਦੇ ਮੈਂ ਅੱਗੇ ਤੋਂ ਕਦੀ ਵੀ ਗੱਡੀ ਇਦਾਂ ਨਹੀਂ ਲਾਉਂਗੀ ਮੈਨੂੰ ਪਤਾ ਆ ਤੇ ਮੈਂ ਹਾਂ ਉਦਾਂ ਤੇ ਮੈਨੂੰ ਪਤਾ ਆਂਦਾ ਹੋਰ ਮੈਨੂੰ ਕਹਿੰਦਾ ਰੂਲ ਦੱਸ ਰੂਲ ਕੀ ਨੇ ਤੇ ਮੈਂ ਹਾਂ ਮੈਂ ਹੁਣ ਪੇਪਰ ਦੇ ਕੇ ਪਾਸ ਹੋਈ ਆ ਮੈਨੂੰ ਰੂਲ ਆਉਂਦੇ ਨੇ ਮੈਨੂੰ ਪਤਾ ਇੱਥੇ ਡਿਸੇ ਹੁੰਦੇ ਨੇ ਦੂਜੇ ਐ ਪੈਡਿਸਪਲੇਨ ਜਿਹੜੇ ਹੁੰਦੇ ਨੇ ਉਹ ਲੰਘਦੇ ਨਹੀਂ ਤੇ ਗੱਡੀ ਨਹੀਂ ਲਾ ਸਕਦੇ ਬਲੌਕ ਹੁੰਦਾ ਆ ਆਈ نو ਥੈਟ ਬਟ ਪਲੀਜ਼ ਮੈਂ ਕਹਿਆ ਹਨਾ ਇਸ ਵਾਰੀ ਮੈਨੂੰ ਜਾਣ ਦੇ ਤੇ ਮੈਂ ਅਗਲੀ ਵਾਰੀ ਗੱਡੀ ਇਦਾਂ ਨਹੀਂ ਹਨਾ ਇਹ ਲਾਉਂਗੀ ਤੇ ਵਿਚਾਰਾ ਹੱਸਣ ਲੱਗ ਗਿਆ ਹਾਂ ਵਿਚਾਰਾ ਹੱਸਣ ਲੱਗ ਗਿਆ ਕਹਿੰਦਾ ਓਕੇ ਮੈਂ ਹੈ ਮੇਰਾ ਹਸਬੰਡ ਇਜ਼ ਵੈਰੀ ਵੈਰੀ ਐਂਗਰੀ ਮੈਂ ਕਿਹਾ ਉਹ ਐਂਗਰੀ ਗਾਇਆ ਹਾਂ ਮੈਂ ਮੇਰੇ ਹਸਬੰਡ ਨੇ ਨਾ ਮੈਨੂੰ ਗੱਡੀ ਨਹੀਂ ਦੇਣੀ ਮੈਨੂੰ ਗੱਡੀ ਚਲਾਉਂਦਾ ਬੜਾ ਸ਼ੌਂਕ ਆ ਮੈਂ ਵਾਹ ਪਾਸ ਕੀਤੀ ਤੇ ਵਿਚਾਰਾ ਉਹ ਠੀਕ ਸੀਗਾ ਵਿਚਾਰਾ ਬੰਦਾ ਤਨੇ ਮੈਨੂੰ ਮਾਫ ਕਰਤਾ ਪਹਿਲੀ ਵਾਰੀ ਮੈਨੂੰ ਟਿਕਟ ਲੱਗਣ ਲੱ ਹਾਂ ਤੇ ਮੈਂ ਏਦਾਂ ਬਚੀ ਉਹਨੂੰ ਕਹਿ ਕਹਿ ਕੇ ਮੈਂ ਮੈਂ ਕਿ ਉਹ ਨਾਰਮਲ ਗੱਲਾਂ ਹੁੰਦੀ ਨੇ ਇਹ ਤਾਂ ਕਿਸੇ ਦੀ ਮੈਂ ਤਾਂ ਮੈਂ ਤਾਂ ਖੜਾ ਕਰ ਲਿਆ ਵਿਚਾਰੇ ਨੂੰ ਕੋਲ ਮੈਂ ਤਾਂ ਜੋ ਲੱਗੇ ਉਹਨਾਂ ਇੰਡੀਆ ਵਾਂਗੂ ਗੱਲਾਂ ਮਾਰਨ ਤੇ ਮੈਂ ਮਨਾ ਹੀ ਲਿਆ ਫੇਰ ਮੈਂ ਆਪਣੇ ਘਰ ਵਾਲੇ ਨੂੰ ਮਾਰਕ ਦੱਸਿਆ ਤੇ ਮੈਂ ਮੇਰਾ ਘਰ ਵਾਲਾ ਕਹਿੰਦਾ ਹਾਏ ਹਾਏ ਇਹ ਤੇਰਾ ਵੀ ਕੋਈ ਹਾਲ ਨਹੀਂ ਹੈਗਾ ਤੈਨੂੰ ਕਿੰਨੇ ਗਿਆ ਇਹ ਤੇ ਗੱਡੀ ਲਾ ਜੋ ਤੈਨੂੰ ਪਤਾ ਮੈਂ ਮੈਨੂੰ ਪਤਾ ਹੈ ਮੈਂ ਦੋ ਕਿ ਚੀਜ਼ਾਂ ਚੁੱਕੜੀਆਂ ਨੇ ਉਥੇ ਪੌਂਡ ਲਾਉਂਗੀ ਪੌਂਡ ਲਾਉਂਦੀ ਲੋ ਤੇ 70 ਪੌਂਡ ਦੀ ਟਿਕਟ ਲਮਾਉਣ ਲੱਗੀ ਸੀ ਉੱਤੇ ਮੈਂ ਐਡਾ ਕੋ ਹਾਲ ਨਹੀਂ ਮੇਰਾ ਕੋ ਜੂਸੀ ਦਾ ਕਦੀ ਕਦੀ ਬੰਦੇ ਨੂੰ ਕੰਜੂਸੀ ਹੀ ਮਹਿੰਗੀ ਪੈ ਜਾਂਦੀ ਹੈ ਹਨਾ ਹ ਬਸ ਬੰਦੇ ਜਰਾ ਬੋਲਦਾੜੀ ਕਿੱਡਾ ਝੂਠਾ ਉਹਨੂੰ ਹੀ ਪਤਾ ਸੀਗਾ ਉਹਨੇ ਘੜਾ ਕਰਨਗੇ ਵੇਖਣਾ ਸੀ ਹ 70 ਪੌਂਡ ਟਿੱਕ ਦਾ ਭਾਅ ਕਿੰਨਾ ਸੀਗਾ ਹ ਜੀ ਮੈਰੀਡ ਹ ਆਜੋ ਹੁਣੇ ਮੇਰਾ ਪਕਰ ਵਾਲਾ ਆਇਆ ਸੀਗਾ ਰੋਟੀ ਮੰਗਣ ਦੇ ਉੱਤੇ ਹੀ ਨਹੀਂ ਮੈਂ ਮੈਂ ਲਾਈਵ ਬੈਠੀ ਗੁਰਮਾਨ ਨੇ ਗਿਆ ਫਿਰ ਔਰ ਗੁਰਮਾਨ ਗਿਆ ਜਰਾ ਚੰਗਾ ਸੀ ਕਿਸਮਤ ਚੰਗੀ ਸੀ 70 ਪੌਂਡ ਦੀ ਚੇਪੀ ਲੱਗਾ ਹੀ ਲਾਉਂ ਮੈਨੂੰ ਹਾਂ ਮੈਂ ਹਾਂ ਹੋਈ ਵੀ ਤੇ ਮੈਨੂੰ 2 ਮਿੰਟ ਨੇ ਤੇ ਗੱਡੀ ਖੜੀ ਕੀਤੀ ਨਾ 2 ਮਿੰਟ ਦੇ ਵਿੱਚ ਤੁਸੀਂ ਐਡਾ ਵਹਿ ਗਿਆ ਤੁਸੀਂ 70 ਪਾਉਣ ਮੈਨੂੰ ਲੱਗਾ ਪਾਉਣ ਤੇ ਕਹਿੰਦਾ ਕੋਈ ਗੱਲ ਨਹੀਂ ਠੀਕ ਹੈ ਚੱਲ ਜੇਸ ਟਾਈਮ ਤੈਨੂੰ ਫਰਗੀ ਵਕਾਰਤਾ ਤੇ ਨੈਕਸਟ ਟਾਈਮ ਕੇਅਰਫੁਲ ਰਹਿਣਾ ਮੈਂ ਕੋਈ ਗਾਲ ਨਹੀਂ ਤੇ ਮੇਰਾ ਰਿਪਲਾਈ ਕਰ ਦਿਓ ਹਾਂਜੀ ਹਾਂਜੀ ਤੇ ਹਾਈਡਾ ਤੇ ਹਾਂ ਮੈਨੂੰ ਪਹਿਲੇ ਟਿਕਟ ਲੱਗਣ ਲੱਗੀ ਸੀ ਬਾਕੀ ਮੈਨੂੰ ਦੋ ਟਿਕਟਾਂ ਲੱਗੀਆਂ ਪਰ ਉਹ ਅਣਜਾਣੇ ਜਾਣੇ ਚ ਲੱਗੀਆਂ ਜਿੱਦਾਂ ਵੀ ਮੈਨੂੰ ਪਤਾ ਨਹੀਂ ਸੀ ਕਿ ਕੈਮਰਾ ਲੱਗਾ ਤੇ ਉਹ ਤਾਂ ਕਰੇ ਟਿਕਟਾਂ ਦੋ ਮਹੀਨੇ ਮਹੀਨੇ ਬਾਅਦ ਟਿਕਟਾਂ ਆਉਂਦੀਆਂ ਰਹੀਆਂ ਉਹਦਾ ਪਤਾ ਲੱਗਿਆ ਉਦਾਂ ਮੈਂ ਮੌਕੇ ਤੇ ਮਤਲਬ ਬਹੁਤ ਵਧੀਆ ਗੱਡੀ ਚਲਾਈ ਆਲਵੇਸ ਉਦਾਂ ਫਰਗੀਵ ਕਰਤਾ ਹਾਂ ਕਰਤਾ ਖਤ ਫਰਗੀਵ ਹਾਂ ਪੱਕੇ ਵਾਂਝੀ ਪੱਕੇ ਰਖੜੀ ਬੰਨ੍ਹਣੀ ਸੀ ਗੋਰੇ ਦੇ ਨਹੀਂ ਰਖੜੀ ਰੁਕੜੀ ਵਾਲਾ ਕੰਮ ਤਾਂ ਨਹੀਂ ਸੀ ਹੈਗਾ ਉਦਾਂ ਗੁੱਡ ਸੀਗਾ ਗੋਰਾ ਵਿਚਾਰ ਮਨ ਗਿਆ ਉਹਨੂੰ ਮੈਂ ਸਟੋਰੀ ਸੁਣਾਈ ਵਾਵਾ ਚੇਰ ਤੇ ਫਿਰ ਕਹਿੰਦਾ ਵੀ ਕੀ ਲੈਣ ਗਈ ਸੀ ਦੁਕਾਨ ਤੋਂ ਮੈਂ ਬਸ ਆਵੈਲਾ ਦੋ ਹੀ ਚੀਜ਼ਾਂ ਲੈ ਕੇ ਆਈਆਂ ਨਿੱਕਾ ਜਿਹਾ ਲਫਾਫਾ ਮੇਰੇ ਕੋਲ ਮੈਂ ਕਿਹਾ ਕੋਲ ਸ਼ਾਪਿੰਗ ਕਰਨ ਗਈ ਹਾਂ ਜੇ ਦੋ ਮਿੰਟ ਵਿੱਚ ਮੈਂ ਕਿਵੇਂ ਆ ਗਈ ਆ ਕਹਿੰਦਾ ਠੀਕ ਆ ਮਨ ਗਿਆ ਉਦਾਂ ਕਹਿੰਦਾ ਤੂੰ ਵੀ ਸੱਚ ਬੋਲਦੀ ਪਈਆਂ ਵੀ ਤੇਰੇ ਕੋਲ ਸਮਾਨ ਵੀ ਇੰਨਾ ਹੈ ਨਹੀਂ ਤੂੰ ਹੁਣੇ ਗਈ ਸੀ ਅਜੇ ਮੈਂ ਕਿਹਾ ਹਾਂਜੀ ਨਹੀਂ ਉਦਾਂ ਯੈਸ ਬੋਲਿਆ ਸੀ ਹਾਂਜੀ ਨਹੀਂ ਬੋਲਿਆ ਉਹਨੂੰ ਮੈਂ ਤੇਰੀਆਂ ਗੱਲਾਂ ਬਹੁਤ ਪਿਆਰੀਆਂ ਲੱਗ ਤੈਨੂੰ ਆ ਪਈਆਂ ਵੀ ਨਹੀਂ ਪਈਆਂ ਜਦੋਂ ਪਈਆਂ ਦੱਸ ਦਾਂਗੀ ਤੁਹਾਨੂੰ ਮੈਂ ਟਿਕਟਾਂ ਦੋ ਲੈ ਲਈ ਜਿੱਥੇ ਜਿੱਦੂ ਅਹ ਇਹ ਪੰਜਾਬ ਥੋੜੀ ਜੱਟੀ ਜੀ ਅਈ ਬਣਾ ਲਿਆ ਪੰਜਾਬ ਹਿਸਾਬ ਲਾ ਲਾ 70 ਪਾਉਣ ਦੀ ਟਿਕਟ ਅਈ ਦਖਾਣਾ ਛਡਵਾਇਆ ਮੈਂ ਉਹਦੇ ਤੋਂ ਤਨੀ ਇਹਦੇ ਪੂਦੀਨਾਂ ਲੈਣ ਗਈ ਸੀ ਤੇਰੀ ਹਾਂ ਪਠਾਨਕੋੜ ਤੋਂ ਜੱਟ ਅਨਿ ਵਿਹਨੜੀ ਪਠਾਨਕੋੜ ਤੋਂ ਜੱਟ ਫੈ ਨਹੀਂ ਥੈਂਕ ਯੂ ਸੋ ਮਚ ਮੇਰਾ ਵੀਜਾ ਲਵਾ ਦਿਓ ਇੰਗਲੈਂਡ ਦਾ ਹਾਏ ਕੁੜੀ ਰਵਾ ਕੁੜੀ ਰਵਾ ਅਤੀ ਬੋਲ ਬੋਨੇ ਕਿਹੜੀ ਕੁੜੀ ਆਈਬ੍ਰੋ ਕਰਾਇ ਲਾਗਦੇ ਆਈਬ੍ਰੋ ਤੁਮ ਮੈਗਵਾ ਵਦਣਾ ਤੇ ਕਰਾਏ ਨੇ ਹਾਂ ਹਾਂ ਹਾਸ ਕੇ ਪੇਟ ਦੋ ਮਨ ਲੱਗ ਗਿਆ ਕਿ ਹੋ ਕੇ ਨਹੀਂ ਦੱਸਦੀ ਹਾਂ ਦੱਸਿਆ ਮੈਂ ਮੈਂ ਪੱਕੀ ਆ ਦੱਸਿਆ ਦੱਸਿਆ ਐ ਤੇ ਪਰਦੀ ਲਾਈ ਚ ਲਵ ਯੂ ਲਵ ਯੂ ਦੀ ਵੋਲਵ ਉਹ ਜਟਿਓਨ ਪਲੀਜ਼ ਕੀ ਦੀ ਕੀ ਕੰਟੀ ਕਹਣਾ ਹੈ ਨਾਮ ਕਰਨਾ ਕੀ ਲਿਖਦੇ ਪੈ ਜੀ ਮੈਨੂੰ ਸਮਝ ਨਹੀਂ ਲੱਗਦੀ ਤੁਹਾਡੇ ਕਮੈਂਟਾਂ ਦੀ ਇੱਕ ਕਮੈਂਟ ਆਉਂਦੇ ਲੇਟ ਨੇ बिंदी लाईयो ओ फिल्टर ਨਾ ਚੇਂਜ ਹੋ ਗਿਆ ਕਲਰ ਹੋਰ ਕੀ ਸਟੋਰੀ ਹਾਂ ਹੋਰ ਕਿਹੜੀ ਸਟੋਰੀ ਸੀਗੀ ਟਾ ਪਿਆਰਿਓ ਮੈਂ ਆਪ ਜਾ ਕੇ ਬਣਾਉਣੀ ਥੱਲੇ ਥੈਂਕ ਯੂ ਸੋ ਮਾਚ ਥੈਂਕ ਯੂ ਅਸੀਂ ਕਿੱਥੇ ਜਾਈਏ ਕੈਨੇਡਾ ਕਿ ਚੁੱਕੇ ਵੇਹ ਲੋ ਜਿੱਧਰ ਨੂੰ ਜਾਣਾ ਤੁਸੀਂ ਚੱਲ ਜੋ ਹੰ ਮੈਂ ਨਹੀਂ ਮੈਨ ਆਈ ਸੱਚ 2012 ਦੇ ਵਿੱਚ ਇੰਡੀਆ ਆਈ ਮੈਂ ਤੇ ਮੈਂ ਤਾਂ ਗੱਲ ਦੱਸਦੀ ਆ 2012 ਦੇ ਵਿੱਚ ਮੈਂ ਇੰਡੀਆ ਆਈ ਤੇ ਮੇਰਾ ਨਾ ਛੋਟਾ ਵੱਡਾ ਮੁੰਡਾ ਨਾ ਉਦੋਂ ਹੈਗਾ ਸੀਗਾ ਇਹ ਘੱਟੋ ਘੱਟ ਉਦੋਂ ਹੋਣਾ ਉਹ 2 2 ਸਾਲਾਂ ਦਾ ਸੀ ਉਦੋਂ ਉਹ 2012 ਦੇ ਵਿੱਚ ਮੈਂ ਆਈ ਤੇ ਦਿੱਲੀ ਏਅਰਪੋਰਟ ਉਤਰੀ ਮੈਂ ਆਪਣਾ ਮੁੰਡਾ ਲੈ ਗਈ ਸੀ ਕਿ ਇਹ ਨਹੀਂ ਸੀ ਮੇਰੇ ਨਾਲ ਹੈ ਕਿ ਮੈਂ ਕੱਲੀ ਸੀ ਤੇ ਮੈਂ ਨਾ ਜਦੋਂ ਉਹ ਮੇਰਾ ਮੁੰਡਾ ਕਹਿੰਦਾ ਮੰਮੀ ਮੈਂ ਨਾ ਜੂਸ ਪੀਣਾ ਤੇ ਮੈਂ ਹਾਂ ਚੱਲ ਉੱਥੇ ਲੱਗੀਆਂ ਨਹੀਂ ਹੁੰਦੀਆਂ ਉਹ ਨੇ ਮਸ਼ੀਨਾਂ ਜੂਸ ਵਾਲੀਆਂ ਤੇ ਮੈਂ ਨਾ ਮੈਂ ਚੱਲਾ ਮਸ਼ੀਨਾਂ ਦੇ ਵਿੱਚ ਨਾ ਮੈਂ ਜੋ ਲੱਗੀ 20 ਰੁਪਏ ਪਾਉਣ ਜੋ ਲੱਗੀ 20 ਰੁਪਈਆ ਦਾ ਨੋਟ ਪਾਉਣ ਉਹ ਮੈਂ ਇਦਾਂ 20 ਰੁਪਏ ਪਾਇਆ ਕਰਾਂ ਉਹ ਬਾਹਰ ਕੱਢ ਦਿਆ ਕਰੇ ਮੈਂ 20 ਰੁਪਏ ਪਾਇਆ ਕਰਾਂ ਫਿਰ ਬਾਹਰ ਕੱਢ ਦਿਆ ਕਰੇ ਹਏ ਨਹੀਂ ਇਹ 20 ਰੁਪਏ ਕਾਦਨ ਲੈ ਇਹਦਾ 20 ਰੁਪਏ ਚੇਂਜ ਹੋ ਗਏ ਨੇ 100 100 ਦਾ ਨੋਟ ਸੁਣੇ ਸੀ ਚੇਂਜ ਹੁੰਦੇ ਨੇ ਤੇ ਇਹ ਕਾਦ ਚੇਂਜ ਹੋ ਗਏ ਨੇ ਵੀ ਇਹ ਲੈਂਦੀ ਨਹੀਂ ਪੀ ਮਸ਼ੀਨ ਹਣਾ ਤੇ ਮੈਂ ਚੱਲ ਕੋਈ ਸ਼ਾਇਦ ਇਹ ਕਾਲਾ ਜਿਹਾ ਨੋਟ ਹੈ ਚਲ ਚਿੱਟਾ ਨੋਟ ਦੇਖ ਲੈਣੀ ਆ ਮੈਂ ਚਿੱਟਾ ਨੋਟ ਪਾਇਆ ਮੈਂ ਮੁੰਡੇ ਨੂੰ ਮੈਂ ਲੈ ਕੇ ਦਿੰਨੀ ਆ ਜੂਸ ਇੱਕ ਡੱਬੀ ਜੂਸ ਦੀ ਉਹ ਡੱਬੀਆਂ ਜੀ ਨਹੀਂ ਨੇ ਫਰੂਟੀਆਂ ਜੀਆਂ ਹਣਾ ਤੇ ਮੈਂ ਨਾ ਜੋ ਲੱਗੀ ਨੂੰ ਟਰਾਈ ਕਰਨ ਉਹ ਨੋਟ ਪਾਇਆ ਕਰਾਂ ਨੋਟ ਬਾਹਰ ਆ ਜਾ ਕਰੇ ਨੋਟ ਪਾਇਆ ਕਰਾਂ ਨੋਟ ਬਾਹਰ ਆ ਜਾ ਕਰੇ ਹੈ ਤੇ ਮੈਂ ਆਖਾਂ ਹਾਏ ਮਸ਼ੀਨ ਚੱਲਦੀ ਨਹੀਂ ਮੈਂ ਦੂਜੀ ਮਸ਼ੀਨ 'ਚ ਵੀ ਟਰਾਈ ਕੀਤਾ ਉੱਥੇ ਵੀ ਇਦਾਂ ਹੀ ਕੀਤਾ ਉਹਨੇ ਤੇ ਮੈਂ ਮੁੜ ਕੇ ਨਾ ਆਂਟੀ ਬੈਠੀ ਸੀ ਇੱਥੇ ਆਂਟੀ ਲਾਗੇ ਬੈਠੀ ਆਂਟੀ ਵੇਂਦੀ ਰੇਂਦੀ ਰਿਵੈਲਾ ਹੈ ਤੇ ਆਂਟੀ ਬਾਅਦ ਵਿੱਚ ਮੈਨੂੰ ਕਹਿੰਦੀ ਕੁੜੀ ਕੀ ਗਾਲਿਆ ਘੰਟੇ ਦੀ ਵੇਖਣ ਦੀ ਆ ਮੈਂ ਮੁੰਡਾ ਤੇਰਾ ਰੋਈ ਜਾਂਦਾ ਆ ਤੇ ਤੂੰ ਕਹਿੰਦੇ ਨੋਟ ਹੀ ਵਧਿਆ ਮਸ਼ੀਨ ਚ ਪਾ ਦੇਣੀ ਕਹਿੰਦੇ ਉਹ ਮਸ਼ੀਨ ਚ ਪਾ ਮੈਂ ਆਂਟੀ ਨੋਟ ਲੈਂਦੀ ਨਹੀਂ ਮਸ਼ੀਨ ਮਸ਼ੀਨ ਚਾਲਦੀ ਨਹੀਂ ਕਹਿੰਦੀ ਮੈਂ ਦੋ ਬੋਤਲਾਂ ਕੱਟੀਆਂ ਇੱਥੋਂ ਹੁਣੇ ਅਜੇ ਤੂੰ ਕਹਿੰਦੀ ਚਾਲਦੀ ਨਹੀਂ ਆ ਤੇ ਮੈਂ ਵੀ ਪਤਾ ਨਹੀਂ ਚਾਲਦੀ ਨਹੀਂ ਆ ਤੇ ਆਂਦੀ ਉਹ ਆਗੀ ਉੱਠ ਕੇ ਤੇ ਆਂਦੀ ਕੀ ਲੈਣਾ ਮੈਂ ਆ ਫਰੂਟੀ ਵਾਲੀ ਡੱਬੀ ਲੈਣੀ ਆ ਤੇ ਆਂਦੀ ਅੱਛਾ ਠੀਕ ਆ ਤੇ ਕਹਿੰਦੀ ਚੱਲ ਪਾ ਦੇ ਤੇ ਪੈਸੇ ਪਾ ਦੇ ਤੇ ਮੈਂ 20 ਰੁਪਏ ਆਂਦੀ ਵੀ ਨਹੀਂ 50 ਰੁਪਏ ਪਾ ਦੇਤੇ ਮੈਂ ਹਾਏ ਅਗੜ ਟਿਕ ਟੱਬੀ ਫਰੂਟੀ ਦੀ ਵੀ 50 ਰੁਪਈਆ ਦੀ ਆਂਦੀ ਕਦੋਂ ਦੀ ਇੰਡੀਆ ਤੋਂ ਇੰਡੀਆ ਆਈਆਂ ਤੂੰ ਮੈਂ ਮੈਨੂੰ ਹੋ ਗਏ ਉਹਦਾ ਵੀ ਜਦਾਂ 2-4 ਸਾਲ 5 ਸਾਲ ਹੋ ਗਏ ਮੈਨੂੰ ਆਈ ਨੂੰ ਤੇ ਇੰਨੇ ਸਾਲ ਚ ਮੈਂ ਕਹਾਂ 20 ਰੁਪਈਆ ਵਾਲੀ ਫਰੂਟੀ ਇਹ 50 ਦੀ ਹੋ ਗਈ ਆ ਆਂਦੀ 50 ਦੀ ਹੋ ਗਈ 50 ਆ ਨੋਟ ਪਾ ਕਹਿੰਦੀ ਹੂੰ ਤੇ ਫੇਰ ਮੈਂ 50 ਦਾ ਨੋਟ ਪਾ ਕੇ ਫਰੂਟੀ ਲਈ ਉਥੋਂ ਮਸ਼ੀਨ ਤੇ ਨੋਟ ਚੇਂਜ ਹੋ ਗਿਆ ਹਾਂ ਜੀ ਪਤਾ ਨਹੀਂ ਚੇਂਜ ਤਾਂ ਨਹੀਂ ਹੋਏ ਸੀ ਨੋਟਸ ਜਲਦੀ ਸੀ ਪਰ ਮੈਂ ਪਹਿਲੇ ਕੱਟ ਪਾਉਂਦੀ ਹੀ ਹਗੀ ਤੇ ਯੂ ਆਰ ਗੇਨਿੰਗ ਫੋਲੋਅਰਸ ਵਿਦ ਇਨੋਸੈਂਸ ਐਂਡ ਕਾਮੇਡੀ ਨਾਟ ਕਾਮੇਡੀ ਹਾਏ ਕਾਮੇਡੀ ਮੇਰੀ ਵਧੀਆ ਨਹੀਂ ਹੈਗੀ ਹੂੰ ਸਾਨੂੰ ਮੈਂਸ਼ਨ ਕਰ ਦਿਓ ਕਰਦਿਆ ਕਰੋ ਦੀਦੀ ਕੁੜੀਆਂ ਨੂੰ ਕਹਿ ਦੋ ਮੈਨੂੰ ਮੈਨੂੰ ਕਰ ਲੈਣ ਫੋਲੋ ਸਾਡੇ ਨਾਲ ਵੀ ਇਦਾਂ ਹੋਇਆ ਸੀ ਹੋਇਆ ਹੀ ਨਾ ਇਦਾਂ ਹੀ ਤੁਹਾਡੇ ਨਾਲ ਵੀ ਮੈਨੂੰ ਨਹੀਂ ਤਾਈ ਆ ਤੇ ਰਾਣਕੋਟ ਤੋਂ ਜੱਟ ਸਾਡੀ ਸਾਰੀ ਫੈਮਿਲੀ ਦੇਖਦੀ ਹੈ थैंक यू ਸੋ ਮੱਚ ਤੇ ਮੰਗਾਈ ਇੰਨੀ ਮੰਗਾਈ ਇੰਨੀ ਮੈਂ ਹੁਣ ਕਿੰਨੇ ਦੀ ਫਰੂਟੀ ਮਿਲਦੀ ਓਥੇ ਦਿੱਲੀ 에ਰਪੋਰਟ ਦੇ ਨੋ ਨੋ ਆਈ ਸੈਡ ਯੂ ਆਰ ਦਾ ਬੈਸਟ ਕਮੀਡੀਅਨ थैंक यू ਸੋ ਮੱਚ ਕਮੀਡੀ ਬਹੁਤ ਕੈਂਟ ਕਰਦੇ थैंक यू ਸੋ ਮੱਚ ਹੱਬੀ ਦਿਖਾ ਦਿਓ ਫੋਟੋ ਪਾਵਾਂਗੀ ਉਹਦੀ ਮੈਂ ਹਾਂਜੀ ਹਾਂਜੀ ਗੋਡ ਬlesਸ ਯੂ ਥੈਂਕ ਯੂ ਸੋ ਮਚ ਨਾ ਨਾਈਸ ਪਾਈਨ ਇਸ ਪਾਈਨ ਇਸ ਓਕੇ ਤੇ ਮਹਿੰਗੀ ਆ 200 ਰੁਪਏ ਦੀ ਆ ਜੇ ਵੀ ਇਹ ਚ 에어ਪੋਰਟ ਦੇ ਮਹਿੰਗੀ ਆ ਹਣ 에어ਪੋਰਟ ਵਾਲੇ ਮਹਿੰਗੀ ਲਾਉਂਦੇ ਨੇ ਦਿੱਲੀ ਵਾਲੇ ਤੇ ਉਦਾਂ ਤੇ ਸਸਤੀ ਹੋਏਗੀ ਬਾਹਰ 에어ਪੋਰਟ ਹੀ ਨਹੀਂ ਵੇਖਿਆ ਗਰੀਬਾਂ ਨੇ ਹਾਏ ਤੂੰ ਜੈਲੇ ਵਰਗਾ हां मी तोने ਦੇ ਵੇਖਿਆ ਹੂੰ ਉਹ ਟਾਈਚੀ ਲਾਲੇ ਖੜੇ ਸੀ ਲੋਗ ਹਾਂ ਯੂਰੀਨਸ ਇਨ ਥੈਂਕ ਯੂ ਛੜੀ ਗੱਲ ਦਾ ਜਵਾਬ ਦੇ ਦਿਓ ਚਾਜ ਦੀ ਗੱਲ ਲਿਖਵੇ ਪਰਦੇਸੀ ਤੁਹਾਡਾ ਰੀਅਲ ਨਾਮ ਕੀ ਹੈ ਅਮਨਦੀਪ ਕੌਰ ਨਾ ਹਾਂ ਸਾਨੂੰ ਕੋਈ 에어ਪੋਰਟ ਤੇ ਲੈ ਕੇ ਗਿਆ ਤੇ ਆਪ ਚਲ ਜੋ ਹਾਂ ਗੁਰਗੁਰ ਟੈਕਸੀਆਂ ਜਾਂਦੀਆਂ ਆਉਣ ਨੂੰ ਹੂੰ ਆਪ ਚਲ ਰਹੇ ਐਰਪੋਰਟ ਤੇ ਐਰਪੋਰਟ ਕਿਹੜਾ ਕਹਿੰਦਾ ਵੀ ਉਹੀ ਆਵੇ ਜਿਹਦਾ ਵੀਜ਼ਾ ਲੱਗਿਆ ਉਹ ਤੇ ਘੁੰਮ ਘੁੰਮ ਕੇ ਆਉ ਹਾਂ ਵਧੀਆ ਤੇ ਸਮਾਈਲ ਬਹੁਤ ਸੋਹਣੀ ਆ ਹਾਂ ਥੈਂਕ ਯੂ ਸੋ ਮਚ ਵੀਰ ਭੈ ਦੀ 10 ਰੁਪਏ ਦੀ ਹੈ ਨਾ ਹੈ ਨਹੀਂ ਹੈਗੇ ਨੇ 10 10 20 ਰੁਪਏ ਜਿੱਦਾਂ ਤੇ ਮੈਂ ਤਾਂ ਫੈਨ ਆ ਤੁਹਾਡੀ ਫੈਨ ਪੇਜ ਬਣਾ ਲੈਣਾ ਮੈਂ ਤੁਹਾਡੇ ਨਾਮ ਤੋਂ ਮੈਂ ਬਣਾ ਲਾ ਪਰ ਕਮੈਂਟਾਂ ਦੇ ਧਿਆਨ ਰੱਖੀ ਹਮਤਰੀ ਕਮੈਂਟਾਂ ਦੇ ਵਿੱਚ ਗੱਲਾਂ ਵੀ ਬਹੁਤ ਕਰਦੇ ਨੇ ਹੂੰ ਕੋਮਕੋ ਹੋ ਰਹੀ ਆ ਗੋੜ ਗੋੜ ਟੈਕਸੀਆਂ ਜਾਂਦੀਆਂ ਹੋਰ ਕੀ ਹਾਂ ਮੇਰਾ ਨਾਮ ਲਓ ਹੇਅਰ ਬੋਏ ਵਿਊ ਗੋਦਨੇ ਸੂਟ ਬਹੁਤ ਸੋਹਣਾ ਪਾਇਆ ਪੁਰਾਣਾ ਹੈ ਸੂਟ ਪਰ ਜਿੱਦਾਂ ਪਾ ਲਈ ਅੱਜ ਸੋਹਣਾ ਲੱਗੰਦਿਆ ਮਾਲ ਲੈ ਆਤ ਨਜ਼ੀਰ ਹਏ ਨਹੀਂ ਆ ਬੜਾ ਗੱਲਾਂ ਕਰਦਾ ਪਈ ਆ ਆਈਬ੍ਰੋ ਕਰਾ ਲੈ ਫੇਰੇ ਕਰਾ ਲੈ ਕਰਾ ਲੈ ਬਾਂਜੀ ਆਈਬ੍ਰੋ ਕਰਾ ਲੈ ਹਾਂ ਬਾਉ ਵਾਲੀ ਸਟੋਰੀ ਦਸਨਾ ਦੋ ਬਾਉ ਵਾਲੀ ਸਟੋਰੀ ਉਹ ਤਾਂ ਪਤਾ ਗੱਲਾਂ ਮੈਂ ਰੀਅਲ ਜੇ ਬਣਾ ਲੈਣੀ ਆ ਕੁਝ ਮੈਂ ਮਸਾਲੇ ਵਿੱਚ ਸੁਲਿਆਪ ਵੀ ਲੰਨੀ ਆ ਇਹ ਨਹੀਂ ਕਿ ਸਾਰੀ ਗੱਲ ਸਹੀ ਹੁੰਦੀ ਆ ਤੇ ਮਤਲਬ ਕਿ ਮੈਨੂੰ ਨਾ ਇੰਸਟਾਗ੍ਰam ਉਤੇ ਟਿਕਟੋਕ ਤੇ ਕਦੀ ਕਿਸੇ ਨੇ ਮੇਰੇ ਮੂੰਹ ਨੂੰ ਮੇਰੇ ਫੇਸ ਨੂੰ ਲੈ ਕੇ ਕਦੀ ਵੀ ਕਿਸੇ ਨੇ ਕਮੈਂਟ ਗਲਤ ਕਮੈਂਟ ਨਹੀਂ ਕੀਤਾ ਕਦੀ ਵੀ ਤੇ ਇਥੇ ਇੰਸਟਾਗ੍ਰam ਦੇ ਵਿੱਚ ਪਹਿਲਾ ਕਮੈਂਟ ਆ ਨਾ ਮੈਨੂੰ ਬੜਾ ਅਜੀਬ ਜਿਹਾ ਲੱਗਿਆਗਾ ਹੈ ਰੱਬ ਨੇ ਠੀਕ ਠਾਕ ਮੂੰਹ ਦਿੱਤਾ ਹੈ ਨਾ ਅੰਤਰੇ ਫਿਰ ਵੀ ਬੇਇੱਜ਼ਤੀ ਕਰਦੇ ਪਏ ਨੇ ਹਨਾ ਤੇ ਮੈਨੂੰ ਫਿਰ ਆਬਵੀਅਸਲੀ ਬਸ ਲੱਗਦਾ ਤੁਹਾਨੂੰ ਵੀ ਕੋਈ ਕਹਵੇ ਤਾਂ ਤੁਸੀਂ ਤਾਂ ਮੂੰਹ ਤੋੜ ਦੋ ਅਗਲੇ ਦਾ ਹਾਂ ਮੇਰੀ ਵੱਖਰੀ ਗੱਲ ਹੈ ਕਿ ਮੈਂ ਮੂੰਹ ਗੱਲਾਂ ਨਾ ਤੋੜ ਦਿੰਨੀ ਹੈ ਤੇ ਮੈਂ ਫਿਰ ਆ ਗਈ ਆ ਗਈ ਤੇ ਆਹ ਦੂਜਾ ਮੈਨੂੰ ਗੁੱਸਾ ਆਇਆ ਲੱਗਿਆ ਫਿਰ ਮੈਂ ਉਹਦੀ ਪ੍ਰੋਫਾਈਲ ਖੋਲ੍ਹੀ ਫਿਰ ਮੈਂ ਸਭ ਤੋਂ ਪਹਿਲਾਂ ਪ੍ਰੋਫਾਈਲ ਖੋਲ੍ਹਦੀ ਹੁੰਨੀ ਆ ਪ੍ਰੋਫਾਈਲ ਖੋਲ੍ਹ ਕੇ ਵੇਖਿਆ ਦੇ ਯੂਅਰ ਸੋ ਅਡੋਰੇਬਲ ਸਪ੍ਰਿਟ ਹਾਈਵੇ ਕਿੱਥੋਂ ਲੇ ਕੇ ਲਿਆ ਆਵੇਂ ਕਿੱਥੋਂ ਚੇਪਿਆਈ ਕਮੈਂਟ ਥੈਂਕ ਯੂ ਤੇ ਮੈਂ ਤਾਂ ਡਮ ਮੈਂ ਉਹਦੀ ਪ੍ਰੋਫਾਈਲ ਖੋਲ੍ਹੀ ਪ੍ਰੋਫਾਈਲ ਦੇ ਵਿੱਚ ਉਹਦਾ ਮੈਨੂੰ ਵਾਕਿ ਉਹਨਾਂ ਦਾ ਕਪਲ ਲੱਗਿਆ ਉਹਨੇ ਆਪ ਦੀ ਫੋਟੋ ਤਾਂ ਲਾਈ ਹੈ ਨਾ ਜਿਹੜੀ ਕੁੜੀ ਖੜੀ ਕੀਤੀ ਸੀ ਉਹਦੇ ਮੂੰਹ ਤੇ ਵਾੜਾ ਸਾਰਾ ਦਿਲ ਲਾਇਆ ਹੋਇਆ ਉਹਨੇ ਤੇ ਉਹ ਨੇ ਮੈਂ ਕਿ ਆ ਪੱਕਾ ਬਾਉਈ ਜਾਂਦਾ ਫਿਰ ਮੈਨੂੰ ਉਦੋਂ ਬਾਉ ਬਾਉ ਜਿਆਦਾ ਚੱਲਦਾ ਸੀਗਾ ਤੇ ਮੈਂ ਹਾਂ ਚੱਲ ਮੈਂ ਵੀ ਇੱਕ ਬਾਉ ਦੀ ਵੀਡੀਓ ਬਣਾ ਦਿੰਦੀ ਆ ਜਿਹੜੀ ਟੌਪਿਕ ਚੱਲਦੇ ਹੋਣ ਨਾ ਉਹ ਉਹ ਕੁਝ ਐਡ ਕਰੀਏ ਨਾ ਫਿਰ ਵੀਡੀਓ ਚੱਲਦੀ ਆ ਹੂੰ ਕਿੰਨਾ ਟਾਈਮ ਹੋ ਗਿਆ ਮੈਂ 12 ਸਾਲ ਹੋ ਗਏ ਕਿ ਤੋ ਚੇਪ ਪਈ ਹੋਰ ਗਈ ਵੇਟ ਸੀ ਓਕੇ ਭਾਉਰੀਏ ਹਾਂ ਭਾਉਰੀ ਹੋਰ ਕੀ ਹੈ ਨਹੀਂ ਮਜਾਵਾ ਹੁਣ ਬਸ ਕਰਾਂ ਕਿਉਂਕਿ ਇੱਥੇ ਲਾਈਵ ਫਿਰ ਮਚੇਪਣਾ ਵੀ ਹੁੰਦਾ ਨਾ ਇੱਧਰ ਫਿਰ ਜਿਆਦੀ ਲੰਬੀ ਵੀਡੀਓ ਕਿੰਨਾ ਚੋ ਡਾਊਨਲੋਡ ਹੀ ਨਹੀਂ ਹੁੰਦੀ ਲਾਈਵ ਹੋਦੇ ਬੈਸਟ ਹੁੰਦਾ ਜੋ ਤੁਹਾਡੇ ਕਮੈਂਟ ਵਧੀਆ ਹੋਣ ਥੱਲੇ ਇੰਟਰਸਟਿੰਗ ਜੇ ਕਮੈਂਟ ਆਉਣ ਫਿਰ ਲਾਈਵ ਵਧੀਆ ਹੁੰਦਾ ਕਿੱਥੇ ਮੈਂਸ਼ਨ ਕਰਾਂ ਤੈਨੂੰ ਨਹੀਂ ਕਿਹੜੀ ਪਾਰਟੀ ਨੂੰ ਸਪੋਰਟ ਆ ਤੁਹਾਡੀ ਵੀ ਮੇਰੀ ਗੱਲ ਸੁਣੋ ਲਾਈਵ ਬੰਦ ਕਰ ਦਿਓ ਹੁਣ ਕਰ ਦਈਏ ਬੰਦ ਇਹ ਦਜਾ ਮੈਂ ਨਾ ਇਹ ਕਿਹੜੀ ਪਾਰਟੀ ਨੂੰ ਸਪੋਰਟ ਹੈ ਸਪੋਰਟ ਕੀ ਹੈ ਵੀ ਜਿਹੜਾ ਚੱਜ ਦਾ ਕੰਮ ਕਰਦਾ ਨਾ ਉਹਨੂੰ ਸਪੋਰਟ ਕਰਿਆ ਜੇ ਪਲੀਜ਼ ਹਾਂ ਅਹੀਂ ਕਿਹੜਾ ਵੋਟ ਪਾਉਣੀ ਇੱਥੋਂ ਵੋਟ ਪਾ ਨਹੀਂ ਸਕਦੇ ਨਾ ਜੇ ਹੁੰਦੀ ਤਾਂ ਉੱਥੇ ਪਾ ਲੈਂਦੇ ਵੋਟ ਵੀ ਤੁਸੀਂ ਆ ਇੰਡੀਆ ਚਾਹ ਦਾ ਕਪ 25 ਰੁਪਏ ਦਾ ਵੀ ਹੈ ਜਾਨੀ ਮੈਂ ਪੇੜੀ ਉੱਤੇ ਉਹ ਤਾਂ ਜਵਾਗ ਰੋਣ ਲੱਗ ਜਾਂਦੇ ਨੇ ਉੱਥੇ ਜਾ ਕੇ ਮਸ਼ੀਨਾਂ ਵੇਖ ਕੇ ਹਾਂ ਦਰਸ਼ਨ ਬਹੁਤ ਦਿਨਾ ਬਾਅਦ ਹੋ ਹਾਂ ਉਹ ਮੈਂ ਬਿਮਾਰ ਸੀਗੀ 2:30 ਵਜ ਗਏ ਨੇ ਹਨ ਘੰਟਾ ਹੋ ਗਿਆ ਲਾਈਵ ਆਈ ਨੂੰ ਬੀਬੀ ਵਿਭਾਈ ਨਾ ਹਣੀ ਬਾਏ ਕਰਨ ਲੱਗ ਗਏ ਨੇ ਮੈਂ ਥੱਕ ਗਈ ਸੀ ਤੁਸੀਂ ਨਹੀਂ ਦੀ ਬੰਨ ਨਹੀਂ ਕਰਨੀ ਦਿਲ ਕਰਦਾ ਸੁਣੀ ਜਾਈਏ ਹਏ ਨਹੀਂ ਇੱਥੇ ਫਿਰ ਮੈਂ ਮੈਂ ਲਾਈਵ ਇੱਥੇ ਨਹੀਂ ਚੜਾਉਣਾ ਮੈਂ ਲਾਈਵ YouTube ਤੇ ਚੜਾਉਣਾ ਇਹ ਵਾਲਾ ਠੀਕ ਹੈ ਹਾਂ ਤੁਸੀਂ ਉਧਰ ਜਾ ਕੇ ਦੇਖਿਆ ਜੇ ਜੇ ਉਧਰ ਚੱਲੂਗਾ ਫੇਰ ਹੀ ਜਾ ਕੇ ਉਧਰ ਮਤਲਬ ਕਿ ਮੈਨੂੰ ਵਿਊਜ਼ ਆਉਣਗੇ ਨਾ ਫਿਰ ਮੈਂ ਉਹ ਲਾਈਵ ਇੱਥੇ ਤੁਸੀਂ ਦੇਖ ਲੈਣੇ ਫਿਰ ਉਧਰ ਜਾਂਦੇ ਨੇ ਤੁਸੀਂ ਇਹ ਉਧਰ ਚੜਾਉਣਾ ਚੜਾਉਣਾ ਮੈਂ ਲਾਈਵ ਹਾਂ

ਕਿੱਸਾ ਕਹਿੰਦੇ ਸੁਣਾਵਾਂ ਕਿਨੀ ਫੇਰ ਆਵਾਂਗੇ ਕਿੱਸਾ ਲੈ ਕੇ ਹਾਂ ਮੈਂ ਇੱਕ ਦੋ ਵੀਡੀਓ ਬਣਾ ਲਾਂ ਥੋੜੀਆਂ ਜਿਹੀ ਮੋਟੀਵੇਸ਼ਨਲ ਜੀਆਂ ਕੋ ਮੈਸੇਜ ਆਇਆ ਸੀ ਕਿ ਕਿਸੇ ਦੇ ਉਹਦੇ ਤੇ ਬਣਾਉਣੀ ਸੀ ਤੇ ਬੈਲੋ ਚਾਹ ਬਣਾਉਨੇ ਆ ਬਣਾਓ ਬਣਾਓ ਚਾਹ ਹਾਂ ਸਟੋਰੀ ਹੋਣ ਕਿਹੜੀ ਸੁਣਾਈਏ ਹੋਣਾ ਯਰ ਵੇ ਆਫ ਟਾਕਿੰਗ ਇਜ਼ ਸਕਿੱਲ ਯਾਰ ਇੱਕ ਅੱਧੀ ਸਟੋਰੀ ਸੁਣਾ ਦੋ ਹੋਰ ਤੁਸੀਂ ਨੋਜ਼ ਪਿੰਨ ਨਹੀਂ ਪਾਇਆ ਐਵੇਂ ਨੱਕ ਬਣਾਇਆ ਸੀਗਾ ਆਮਦ ਨਹੀਂ ਹੁੰਦੇ ਸੀ ਕਿ ਗਲੀਆਂ ਦੇ ਵਿੱਚ ਉਦੋਂ ਜਿਹੜੇ ਚੂੜੀਆਂ ਲੈ ਕੇ ਆਉਂਦੇ ਹੁੰਦੇ ਸੀ ਨੱਕ ਵੀ ਵੇਂਦੇ ਹੁੰਦੇ ਸੀ ਨਾਲ-ਨਾਲ ਹੈਨਾ ਤੇ ਸੀਰੀਅਸਲੀ ਇਹ ਆ ਫੇਰ ਹੋ ਗਿਆ ਬੰਦ ਕਰਾਂ ਹਾਂ ਹੋ ਗਿਆ ਬੰਦ ਤੇ ਇਹਨਾਂ ਆਦਨੀਆਂ ਦੇ ਸੀਗੇ ਨੱਕ ਵਿੰਨਣ ਵਾਲੇ ਤੇ ਉਹ ਉਹਨਾਂ ਕੋਲ ਮੈਂ ਨੱਕ ਬਨਾਇਆ ਸੀਗਾ ਹਾਂ ਐਸੀ ਆਪਾਂ ਬਣਾ ਲਿਆ ਮੈਂ ਨੱਕ ਤੇ ਬੱਟ ਮੈਂ ਛੇਤੀ ਛੱਡਦਾ ਸੀਗਾ ਅਟਾਚੀ ਲੈ ਕੇ ਆਉਂਦੇ ਹੁੰਦੇ ਸੀ ਹਣਾ ਟੱਚ ਲੈ ਕੇ ਆਉਂਦੇ ਹੁੰਦੇ ਸੀਗੇ ਚੂੜੀਆਂ ਬੜੀਆਂ ਸੋਹਣੀਆਂ ਹੁੰਦੀਆਂ ਸੀ ਉਹਨਾਂ ਦੀਆਂ ਤੇ ਫਿਰ ਮੈਂ ਜਮ ਫਿਰ ਮੈਂ ਨਾ ਨੱਕ ਬਨਾਇਆ ਪਰ ਮੈਂ ਨੱਕ ਛੱਡਦਾ ਸੀਗਾ ਪਰ ਹਲਕਾ ਜਿਹਾ ਨਿਸ਼ਾਨ ਹੈਗਾ ਹਜੇ ਵੀ ਨੱਕ ਤੇ ਤੇ ਬਟ ਮੈਨੂੰ ਸੋਹਣਾ ਨਹੀਂ ਲੱਗਦਾ ਸੀਗਾ ਬਿਲਕੁਲ ਵੀ ਤੇ ਇੱਕ ਮੈਸੇ ਆਪਾਂ ਲਿਆ ਹੀ ਗਏ ਮੈਂ ਪੁਲਿਸ ਜਨਾਣਾ ਤਾਂ ਕਰਕੇ ਨਹੀਂ ਬਨਾਇਆ ਹੂੰ ਫਿਰ ਮੈਂ ਛੱਡਤਾ ਸੀਗਾ ਪਰ ਪੁਲਿਸ ਚ ਤੇ ਕੀ ਜਾਣੇ ਵਿਆਹ ਹੋ ਗਿਆ ਹਾਂ ਫਿਰ ਇੱਥੇ ਜਦੋਂ ਆਏ ਨਾ ਤੇ ਇੱਥੇ ਵੀ ਮੈਂ ਪੁਲਿਸ ਚ ਟਰਾਈ ਕੀਤਾ ਤੇ ਬਟ ਉੱਥੇ ਵੀ ਮੇਰੀ ਗੱਲ ਨਹੀਂ ਬਣੀ ਤੇ ਮੈਂ ਤਾਂ ਕਰਕੇ ਫਿਰ ਮੈਂ ਕਿਹਾ ਚੱਲ ਛੱਡ ਖੜਾ ਹਾਂ ਹੂੰ ਫਾਚਾ ਤੁਹਾ ਵਿਆਹ ਵੀ ਹੋ ਗਿਆ ਹਾਂ ਹਾਂ ਹੋ ਗਿਆ ਹਣੀ ਮੈਂ ਨਾ ਸੋਚਦੀ ਆਂ ਵੀ ਮੈਂ ਨਾ ਪਹਿਲਾਂ ਲਾਈਵ ਆਉਂਦੀ ਹੁੰਦੀ ਸੀ ਤੇ ਬਹੁਤ ਸੋਹਣੇ ਵਧੀਆ ਕਮੈਂਟ ਆਉਂਦੇ ਹੁੰਦੇ ਸੀ ਕਿ ਮੁੰਡੇ ਵਧੀਆ ਮਤਲਬ ਕਮੈਂਟ ਕਰਦੇ ਅੱਜ ਪਤਾ ਨਹੀਂ ਕਿਹੜੇ ਮੁੰਡੇ ਬੈਠੇ ਨੇ ਇਹਨਾਂ ਨੂੰ ਬੋਲਣ ਗੁਲਣ ਦੀ ਸਮਝ ਹੀ ਨਹੀਂ ਹੈਗੀ ਕੀ ਬੋਲਣਾ ਹੈ ਹੂੰ ਮੈਂ ਕੋਈ ਹੋਰ ਗੱਲ ਕਰਦੀ ਹਾਂ ਹੋਰ ਗੱਲ ਕਰਦੇ ਨੇ। ਉਹ ਬਈ ਜਾਣੀ ਪਾਇ ਪੀਆ ਸ਼ਰਮਾ। ਕੁੱਟਣਾ ਬਹੁਤ ਸਾਰੇ ਲੋਕਾਂ ਨੂੰ। ਹਾਂ ਮੈਂ ਤਿਆਰੀ ਤਾਂ ਬੜੀ ਕੀਤੀ ਸੀ ਸੈLECTION ਵੀ ਹੋ ਗਈ ਸੀ ਬਸ ਵਿਆਹ ਹੋ ਗਿਆ ਪਰ ਘਰ ਵਾਲਾ ਮੇਰਾ ਕਹਿੰਦਾ ਦਫਾ ਕਰ ਇਥੇ ਪੁਲਿਸ ਨੂੰ ਚਲ ਬਾਹਰ ਨੂੰ ਚੱਲੀਏ। ਮੈਂ ਚਲ ਠੀਕ ਹੈ। ਆਜ ਨਵੇਂ ਬਣੇ ਨੇ ਹਾਂ ਨਵੇਂ ਆਏ ਨੇ ਕਈ ਵਿੱਚ ਮੈਂ ਪਹਿਲਾਂ ਪਹਿਲਾਂ ਲਾਈਵ ਆਉਂਦੀ ਹੁੰਦੀ ਸੀ ਵਧੀਆ ਲਾਈਵ ਦੇ ਵਿੱਚ ਮਤਲਬ ਕਿ ਗੱਲ ਕਰਨ ਦੀ ਅਕਲ ਆ ਗਈ ਸੀ ਆ ਹੁਣ ਦੋ ਤਿੰਨ ਮੈਨੂੰ ਬਲੌਕ ਕਰਨੇ ਪੈਣੇ ਵਿੱਚੋਂ ਰਾਮ ਰਾਮ ਜੀ ਰਾਮ ਰਾਮ ਮੈਂ ਵੀ ਨਵੀਂ ਆ ਮੈਂ ਕੁੜੀਆਂ ਦਾ ਠੀਕ ਨੇ ਮੇਰੇ ਮਮਾ ਤੁਹਾਨੂੰ ਬਹੁਤ ਪਸੰਦ ਕਰਦੇ ਥੈਂਕ ਯੂ ਸੋ ਮੱਚ ਚਲੋ ਘੰਟੇ ਤੋਂ ਉੱਤੇ ਹੋ ਗਿਆ ਲਾਈਵ ਠੀਕ ਆ ਫੇਰ ਫੇਰ ਲਾਈਵ ਆ ਜਾਾਂਗੇ ਲਾਈਵ ਦੀ ਕੀ ਗੱਲ ਆ ਹੂੰ ਬਾਜੀ ਫੋਟੋ ਬਾਜੀ ਨੂੰ ਕੀ ਕਹਿਣਾ ਆਣਾ ਤੁਸੀਂ ਕੋ ਨਾ ਮੈਂ ਦੋ ਦਿਨ ਬੰਦੇ ਮਾਰ ਦੇਣੀ ਜੀ ਮੈਨੂੰ ਨਾ ਕਰੋ ਬਲੌਗ ਦੀ ਹਾਂ ਨਹੀਂ ਮੈਂ ਬਲਾਗ შეਤੀ ਕਿਤੇ ਕਰਦੀ ਨਹੀਂ ਬਲਾਗ ਪਤਾ ਕੀ ਹੈ ਸੈਂਸ ਆਫ ਹਿਊਮਰ ਜਿਹੜਾ ਨਾ ਬਹੁਤ ਜ਼ਰੂਰੀ ਆ ਜਿਹੜੇ ਨਵੇਂ ਨੇ ਨਾ ਆਈਡੀ ਤੇ ਉੱਪਰ ਉਹਨਾਂ ਨੂੰ ਨਹੀਂ ਪਤਾ ਹਜੇ ਕਿ ਮੈਂ ਕਿੱਦਾਂ ਬੋਲਦੀ ਜਾਂ ਮੇਰਾ ਕੀ ਮੇਰਾ ਕੀ ਐਕਸੈਂਟ ਆ ਮੈਂ ਕਿਹੜੇ ਹਿਸਾਬ ਨਾਲ ਮੇਰਾ ਕੀ ਕੰਟੈਂਟ ਆ ਠੀਕ ਆ ਤੇ ਕਈ ਐ ਇਦਾਂ ਹੀ ਇਦਾਂ ਇਹਦਾ ਕੰਦਾ ਨਾ ਵੱਜਦੇ ਬੁਝਦੇ ਹੁੰਦੇ ਨੇ ਉਹਨਾਂ ਸਾਰੇ ਬਸ ਬਲਾਗ ਬਲੁਕ ਕੀਤੇ ਹੁੰਦੇ ਨੇ ਹਾਂ ਫਿਰ ਉਹਨਾਂ ਨੂੰ ਦੇਖਦਾ ਨਹੀਂ ਵੀ ਕਿੱਧਰ ਗੱਲ ਕਰੀਏ ਹੂੰ ਕਿੱਥੇ ਕਮੈਂਟ ਕੀਤੇ ਨੇ ਗੰਦੇ ਬੰਦਿਆਂ ਦੇ ਮੈਂ ਬਲੌਗ ਕੀਤੇ ਨੇ ਵੀਰ ਮੈਂ ਨਹੀਂ ਨਾ ਕਰ ਬਲੌਗ ਨਹੀਂ ਨਹੀਂ ਤੁਹਾਨੂੰ ਨਹੀਂ ਕਰਦੀ ਬਲੌਗ ਨਹੀਂ ਮੈਂ ਕਰਦੀ ਛੇਤੀ ਕੀਤੇ ਆ ਬਲੌਗ ਨਹੀਂ ਕਰਦੀ ਮੈਂ ਚਾਂਸ ਦਿੰਨੀ ਹੁੰਦੀ ਆ ਕਿ ਹਾਂ ਵੀ ਚਲੋ ਸ਼ਾਇਦ ਹੋ ਜਾਦਾ ਬੰਦੇ ਨੇ ਬੰਦੇ ਦੇ ਲਿਖਣ ਦਾ ਤਰੀਕਾ ਉਹ ਨਾ ਹੋਵੇ ਤੇ ਯਾਰ ਹਰਿਆਣਾ ਤੇ ਓਕੇ ਓਕੇ ਯਾਰ ਇੰਗਲੈਂਡ ਸੇ ਹਈ ਯਾਰ ਨਹੀਂ ਮਤਲਬ ਹਮ ਇੰ ਇੰਗਲੈਂਡ ਸੇ ਗੁੱਡ ਨਾਈਟ ਗੁੱਡ ਨਾਈਟ ਹੱਬੀਤ ਖਾਓ ਆਪਣੇ ਰੋਸਟਿੰਗ ਵੀ ਵਧੀਆ ਕਰਦੇ ਹੋ ਹਾਂ ਮੇਰੀਆਂ ਵੀਡੀਓ ਹੈਗੀਆਂ ਨੇ ਪਤਾ ਨਹੀਂ ਆ ਟਿਕਟੋਕ ਵੀ ਇੰਸਟਾਗ੍ਰam ਮੇਰੀਆਂ ਵੀਡੀਓ ਚੱਕੀ ਜਾਂਦਾ ਸੂਟ ਮਹਿੰਗਾ ਪਾਇਆ ਨਾ ਨਾ ਮੈਂ ਮਹਿੰਗੇ ਸੂਟ ਨਹੀਂ ਪਾਉਂਦੀ ਮੈਂ ਸਸਤੇ ਜੇ ਸੂਟ ਪਾਉਂਦੀ ਹਾਂ ਬੂਥਾ ਬਹੁਤ ਮਹਿੰਗਾ ਮੇਰਾ ਜੱਜ ਜਾਂਦਾ ਆਪਣੀ ਤਰੀਫ ਆਪੇ ਹਾਂ ਯਾਰ ਬਹਿਰਨ ਸੇ ਹਾਂ ਹਾਂ ਫੈਮਿਲੀ ਨਾਲ ਮਿਲਾਓ ਹਾਂ ਉਹ ਮਗਮਨੀ ਆ ਜਿਹੜੀ ਉਹ ਡੰਡਾ ਜ ਨਹੀਂ ਹੁੰਦਾਗਾ ਜਿਹਦੇ ਉੱਤੇ ਫੋਨ ਚਪਕੇ ਕੇ ਤੇ ਇਦਾਂ ਤਾਂ ਉਹ ਇਦਾਂ ਵਲੌਗ ਬਣਾਉਂਦੇ ਨੇ ਉਹ ਚ ਮਲਾਵਾਂਗੀ ਮੈਂ ਆਪਣੇ ਫੈਮਿਲੀ ਨੂੰ ਹਮ ði ਗੋਲਡਨ ਚਾਂਸ ਦੇ ਹੋ ਇਹਨਾਂ ਨੂੰ ਇੱਕ ਹਾਂ ਨਹੀਂ ਕਿ ਬਹੁਤ ਵਧੀਆ ਕਮੈਂਟ ਕਰਦੇ ਨੇ ਜਿਨ੍ਹਾਂ ਨੂੰ ਸਮਝ ਆ ਗਈ ਇਹ ਗੱਲ ਕਰਨ ਦੀ ਤੇ ਕਈ ਵਾਰ ਤੇ ਅੱਗ ਲਾਉਣੇ ਉਧਰੋਂ ਵੀ ਧੱਕੇ ਦਿੱਤੇ ਹੁੰਦੇ ਨੇ ਉਧਰੋਂ ਵੀ ਧੱਕੇ ਦਿੱਤੇ ਹੁੰਦੇ ਨੇ ਇਹਨਾਂ ਨੂੰ ਬਲੌਕ ਕੀਤਾ ਹੁੰਦਾ ਸਾਰੇ ਪਾਸਿਓ ਸਾਸਤਰੀ ਕਾਲ ਹੁੰਦੜ ਵੀਰੇ ਸਾਸਤਰੀ ਕਾਲ ਸੂਟ ਦਿਖਾ ਦਿਓ ਭੈਣ ਪ੍ਰੈਸ ਨਹੀਂ ਕੀਤਾ ਹੂੰ ਰੀਵਣ ਕਟਾਈ ਕਰਾਉਣੀ ਆ ਹੋਰ ਕੀ ਆ ਜੀਜੇ ਵਾਲ ਰੀਵਣ ਕਟਾਈ ਕਰਾਉਣੀ ਹੈ ਇਹਨਾਂ ਨੇ ਰਿੰਕੂ ਗਰਦਾਸਪੁਰ ਪਿੰਡ ਜੱਟੂਵਾਲ ਤੋਂ ਜੀ ਓਕੇ ਜੀ ਓਕੇ ਨੇ ਬੁਥਾ ਕੇ ਰੋਕ ਜਾਂਦਾ ਮੇਰਾ ਹਾਂ ਅੰਤਰੇ ਗਏ ਇਕ ਵਰੀ ਅਵੇ ਨਹੀਂ ਵਰਾ ਅੰਤਰੇ ਗੈਂਦੀ ਕਿੰਨਾ ਟਾਈਮ ਬਾਹਰ ਆਇਆ ਨੂੰ ਮੈਨੂੰ 12 ਸਾਲ ਹੋ ਗਏ ਹੂੰ ਕਰੋਨਾ ਕਿਦਾਂ ਤੁਹਾਡੇ ਵਾਲਾ ਸਭ ਖਤਮ ਕਰਤਾ ਅਸੀਂ ਲੜ ਲੜ ਕੇ ਉਹ ਸਾਡਾ ਜਿਹੜਾ ਅੰਤਰਾ ਬੌਰੀਸ ਨਹੀਂ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਹੈ ਤੁਹਾਡਾ ਆਪਣਾ ਇੰਡੀਆ ਵਾਲਾ ਮੋਦੀ ਤੇ ਇਹ ਤੁਮ ਵਾਲਾ ਬੌਰੀਸ ਲੋਕ ਪੀੜ ਨੇ ਆ ਜਦੋਂ ਸਾਨੂੰ ਸਾਰਿਆਂ ਨੂੰ ਅੰਦਰ ਤਾੜਿਆ ਸੀ ਨਾ ਤੇ ਉਦੋਂ ਆ ਪਾਰਟੀਆਂ ਕਰਦਾ ਰਿਆ ਉਹ ਨਾ ਫੜ ਕੇ ਪਾਰਟੀ ਕਾਰਡ ਲਈ ਪੁਰਾਣੀ ਉਹ ਆ ਦੇ ਸਾਨੂੰ ਤੇ ਅੰਦਰ ਬਾੜਿਆ ਤੇ ਆਪ ਪਾਰਟੀਆਂ ਕਰਦਾ ਤੇ ਕਾਹਦਾ ਲੋਕਡਾਊਨ ਹੁਣ ਸਾਰਾ ਚੋਕੇ ਵਲੋਕਡਾਊਨ ਬੰਦ ਕਰਾਤਾ ਹੁਣ ਉਹ ਕਹਿੰਦਾ ਨਿਕਲੋ ਦਫਾ ਹੋਵੋ ਪਰੇ ਮਰੋ ਜਾ ਕੇ ਤਿੰਨ ਤਿੰਨ ਟਿਕਾ ਲਵਾ ਕੇ ਨਿਕਲੋ ਹੈਗੀਆਂ ਹਾਂ ਹੈਗੀਆਂ ਹੈਗੀਆਂ ਜੂਕਿਆਂ ਵੀ ਕੱਟ ਨਹੀਂ ਹੈਗੇ ਲੋਕੀ ਕਹਿੰਦਾ ਡਿਟੇਲ ਨਾਲ ਲਿਖ ਦੇਣੇ ਜੇ ਵਿਰਿਸ਼ਤਾ ਕਰਾਉਣਾ ਆਪਾਂ ਤਾਂ ਡਿਟੇਲਾਂ ਨਾਲ ਲਿਖ ਦੇਣੇ ਯਾਰ ਐਂਡ ਗੜਤੋ ਯਾਰ ਰਹਿਮਤ ਦਾ ਹਾਂ ਅਸ ਇੰਗਲੈਂਡ ਆਣਾ ਸਟੱਡੀ ਵਾਸਤੇ ਆਓ ਆਓ ਹੂੰ ਸ਼ੁਗਾਰਾ ਦੋ ਪਰਤ ਨਾ ਹੈ ਗਈਆਂ ਵੇ ਹੈ ਗਈਆਂ ਮੈਂ ਹਾਂ ਫੋਨ ਚਾਹੀਦਾ ਨਾ ਹੋ ਹੋ ਨਹੀਂ ਬੋਲਦਾ ਕਿ ਫੋਨ ਲਵਾਗਾ ਤੁਹਾਨੂੰ ਆਰ ਯੂ ਐਂਗਰੀ ਵਿਦ ਮੀ ਮਿਸਿਸ ਨਹੀਂ ਨਹੀਂ ਅਸੀਂ ਦਰਾਹੇ ਤੋਂ ਓਕੇ ਜੀ ਓਕੇ ਮੇਰਾ ਨਾਮ ਨਹੀਂ ਲੈਂਦੇ ਕਾਜਲ ਮੈਡਮ ਜੀ ਕਿਵੇਂ ਹੈ मैडम ठीक है। ਮਿੱਤੂ ਵਾਲੀ ਵੀਡੀਓ ਬਣਾ ਦਿਓ। ਹਾਂ ਕਮੈਂਟ ਕਰਿਆ ਜੇ ਉਥੋਂ ਕਮੈਂਟ ਚੁੱਕ ਕੇ ਵੀਡੀਓ ਬਣਾਵਾਂਗੇ ਆਪਾਂ। ਹਾਂ। ਥੈਂਕ ਯੂ so much। ਸੂਟ ਫੱਬਰਿਆ। ਥੈਂਕ ਯੂ ਸਾਨੂੰ ਵੀ ਬੁਲਾ ਲਓ। ਆਈਫੋਨ ਲੈ ਦੋ। ਮੇਰੇ ਕੋ ਤੇ ਆਪ ਹੋ ਆਏ ਦਾ। ਅਸੀਂ 모ਗੇ ਤੋਂ। ਐਦਾਂ ਲਿਖੋ ਯਾਰ 모ਗੇ ਤੋਂ। ਨਹੀਂ ਕਿੱਡਾ ਕਿੰਨੀਆਂ ਚੰਗੀਆਂ ਵਧੀਆ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਹਨਾ। ਯਾਰ 모ਗੇ ਤੋਂ ਯਾਰ ਹਰਿਆਣਾ ਸੇ। ਜਿੱਥੇ ਤੁਸੀਂ ਗਲਤ ਗਲਤੀ ਨਾਲ ਕਮੈਂਟ ਰੀਡ ਨਹੀਂ ਕਰਦੇ ਉੱਥੇ ਲੋਕੀ ਇੱਕ ਦੂਜੇ ਨੂੰ ਰਿਪਲਾਈ ਕਰ ਜਾਂਦੇ ਚਲੋ ਕੋਈ ਗੱਲ ਯਾਰ ਚੰਡੀ ਘੜਤੋਂ ਆਸ਼ਾ ਵਾਲਿਆਂ ਬਹੁਤ ਸੋਹਣੀਆਂ ਆ ਮਾਸੀ ਦੀਆਂ ਨੇ ਯਾਰ ਨਵਾਂ ਸ਼ਹਿਰ ਤੋਂ ਚਲ ਬਾਸ ਕਰ ਹੁਣ ਕਰਦੇ ਲਾਈਵ ਬੰਦ ਤੈਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਅੱਛਾ ਤੇ ਮੈਨੂੰ ਸਰਦਾਰ ਮੁੰਡਾ ਲੱਭਦੇ ਮੈਂ ਵੀ ਯੂਕੇ ਤੋਂ ਆ ਓਕੇ ਜੀ ਓਕੇ ਇੱਥੇ ਥੱਲੇ ਆ ਗਏ ਨਾ ਤੂੰ ਬੱਸ ਇੱਥੋਂ ਲਾਈਵ ਕੱਟਣਾ ਨਾ ਹਾਲੇ ਇੱਕ ਦਿੱਤੀ ਨਾ ਗੱਲ ਤੂੰ ਲਾਈਵ ਕੱਟਣਾ ਤੇ ਤੂੰ ਹੁਣ ਕਿਤੇ ਤੈਨੂੰ ਉਧਰ ਇਨਬਾਕਸ ਭਰਿਆ ਹੋਣਾ ਆ ਸਾਰੇ ਅੰਤਰੇ ਉਧਰ ਹੀ ਜਾਣਗੇ ਵੇਖੀ ਤੈਨੂੰ ਮੈਸੇਜ ਕਰਨਾ ਹੂੰ ਡਰ ਲੱਗਦਾ ਕਮੈਂਟ ਕਰ ਦਿਆਂ ਨਾ ਨਹੀਂ ਕਮੈਂਟ ਕਰਿਆ ਕਰੋ ਤੁਸੀਂ ਚਲੋ ਹੁਣ ਮੈਂ ਜਾਨੀ ਆ ਜਪ ਦੀ ਕਟਰੀਨਾ ਕੈਪ ਐ ਯਾਰ ਪੱਟੀ ਤੋਂ ਹਾਂ ਹਾਂ ਇਹ ਚਲੋ ਮੈਂ ਹੁਣ ਜਾਨੀ ਆ ਬਹੁਤ ਟਾਈਮ ਹੋ ਗਿਆ ਠੀਕ ਆ ਆ ਲਾਈਵ ਮੈਂ ਜਿਹੜਾ ਨਾ ਇੱਧਰ YouTube ਤੇ ਚੇਪ ਦੇਣਾ ਹੁਣ ਮੈਂ ਠੀਕ ਐ ਤੇ ਬੇਗਮ ਭਰੇ ਤੋਂ ਚਲੋ ਸਾਸ੍ਰੀਕਾ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਇੱਦਾਂ ਪਿਆਰ ਕਰਦੇ ਰਹੋ ਤੇ ਹਾਂ ਚੋ ਠੀਕ ਹੈ ਚਲੋ ਹੁਣ ਕਮੈਂਟ ਨਾ ਕਰਿਓ ਤੇ ਚਲੋ ਹੁਣ ਤੁਸੀਂ ਵੀ ਸੋਮੋ ਤੇ ਡਾਟਾ ਡੂਟਾ ਨਾ ਮਕਾ ਲਿਆ ਜੇ ਵੀਡੀਓ ਪਾਵਾਂਗੇ ਆਪਾਂ ਹੋਰ ਤੇ ਫਿਰ ਕਰਦੇ ਗੱਲ ਚੋ ਕੱਟਣ ਲੱਗੀ ਹੁਣ ਮੈਂ ਠੀਕ ਹੈ ਸਾਸਰੀ ਘਰ ਸਾਰੇ